ਨਮਸਕਾਰ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ एग्जाम ਪ੍ਰੈਪਰੇਸ਼ਨ ਤੇ ਤੇ ਪਿਆਰ ਬੱਚਿਓ ਅੱਜ ਆਪਾਂ 14 ਮਾਰਚ ਨੂੰ ਜਿਹੜਾ ਇਕਨੋਮਿਕਸ ਦਾ ਪੇਪਰ ਕੰਡਕਟ ਹੋਣ ਜਾ ਰਿਹਾ ਹੈ ਉਹਦੇ ਵਿੱਚ 20 ਨੰਬਰ ਤੇ ਜਿਹੜੇ ਐਨਸੀਕਿਊ ਨਾਲ ਸੰਬੰਧਿਤ ਜਿਹੜਾ ਪੋਰਸ਼ਨ ਹੈ ਉਹ ਅੱਜ ਆਪਾਂ ਸੋਲਵ ਕਰਾਂਗੇ ਅੱਜ ਦਾ ਇਹ ਜਿਹੜਾ ਵੀਡੀਓ ਹੈ ਬਹੁਤ ਹੀ ਇੰਟਰਸਟਿੰਗ ਹੋਣ ਜਾ ਰਿਹਾ ਤੇ ਜਿੰਨੇ ਵੀ ਐਨਸੀਕਿਊ ਫਿਲ ਇਨ ਦੀ ਬਲੈਂਕਸ ਟਰੂ ਫਾਲਸ एग्जाम ਦੇ ਪੁਆਇੰਟ ਆਫ View ਤੋਂ ਇੰਪੋਰਟੈਂਟ ਹੈ ਉਹ ਅੱਜ ਆਪਣੇ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ ਇਹ ਆਪਣੇ ਵੀਡੀਓ ਦਾ ਪਹਿਲਾ ਭਾਗ ਹੋਏਗਾ ਦੂਸਰੇ ਭਾਗ ਦੇ ਵਿੱਚ ਆਪਾਂ 14 ਨੰਬਰ ਦੇ ਜ ਕਿਵੇਂ ਸੋਲਵ ਹੋਣਗੇ ਕਿਸ ਟਾਈਪ ਦੇ ਐਗਜ਼ਾਮ ਦੇ ਵਿੱਚ ਪੁੱਛੇ ਜਾਣਗੇ ਉਹ ਕਵਰ ਕਰਾਂਗੇ ਤੇ ਤੀਸਰੇ ਭਾਗ ਦੇ ਵਿੱਚ ਆਪਾਂ ਹੋਰ ਵੈਰੀ ਇੰਪੋਰਟੈਂਟ ਜਿਹੜੇ 2 2 ਨੰਬਰ ਦੇ ਚਾਚਾ ਨੰਬਰ ਦੇ 6 ਨੰਬਰ ਦੇ ਜਿਹੜੇ ਸਵਾਲ ਪੁੱਛੇ ਜਾਣਗੇ ਉਹਨਾਂ ਤੇ ਆਪਾਂ ਚਰਚਾ ਕਰਾਂਗੇ ਚਲਦੇ ਹਾਂ ਜੀ ਅੱਜ ਦੇ ਆਪਣੇ ਇਸ ਪਹਿਲੇ ਭਾਗ ਦੇ ਹਾਂਜੀ ਪਹਿਲਾ ਸਵਾਲ ਹੈ ਇਹ ਜਿਹੜੇ ਸਵਾਲ ਹੈ ਮੈਂ ਮੇਰੇ ਵੱਲੋਂ WhatsApp ਗਰੁੱਪ ਦੇ ਵਿੱਚ ਪੁੱਛੇ ਗਏ ਸੀ ਤੇ ਕੁਝ ਕੁ ਬੱਚਿਆਂ ਨੇ ਇਹਦੇ ਰਾਈਟ ਉੱਤਰ ਦਿੱਤੇ ਹੈ ਤੇ ਇਹ ਤੇ ਆਪਾਂ ਅੱਜ ਚਰਚਾ ਕਰਾਂਗੇ ਹਾਂਜੀ ਪਹਿਲਾ ਸਵਾਲ ਹੈ ਸਮਸਟਰੀ ਅਰਧ ਸ਼ਾਸਤਰ ਅਧਿਐਨ ਕਰਦਾ ਹੈ ਹਾਂਜੀ ਇਹਦਾ ਰਾਈਟ ਆਨਸਰ ਹੋਣਾ ਸੀਗਾ ਸੰਪੂਰਨ ਅਰਥਵਿਵਸਥਾ ਦਾ ਹਾਂਜੀ ਸਮਸਤੀ ਤੋਂ ਜਿੱਥੇ ਵਿਅਕਤੀ ਪੁੱਛਿਆ ਜਾਂਦਾ ਤਾਂ ਫਿਰ ਉਹ ਇੱਕ ਵਿਅਕਤੀ ਇੱਕ ਅਦਜੋਗ ਦਾ ਜਿਹੜਾ ਧਿਆਨ ਹੈ ਉਹਦੇ ਦੁਆਰਾ ਕੀਤਾ ਜਾਂਦਾ ਦੂਸਰਾ ਸਵਾਲ ਹੈ ਜੀ ਆਪਣੀ ਕੋਲ ਉਹ ਵਸਤੂਆਂ ਜੋ ਮਾਨਵੀ ਲੋੜਾਂ ਨੂੰ ਪ੍ਰਤੱਖ ਰੂਪ ਵਿੱਚ ਪੂਰਾ ਕਰਦੀਆਂ ਹਨ ਠੀਕ ਹੈ ਜੀ ਪ੍ਰਤੱਖ ਰੂਪ ਮੀਨਸ ਸਿੱਧੇ ਰੂਪ ਵਿੱਚ ਉਹਨਾਂ ਵਸਤੂਆਂ ਨੂੰ ਆਪਾਂ ਉਹ ਵਸਤੂਆਂ ਕਹਿੰਦੇ ਹਾਂ ਵਿੱਤੀ ਖੇਤਰ ਉਹ ਖੇਤਰ ਹੈ ਜੋ ਵਿੱਤੀ ਖੇਤਰ ਤੋਂ ਆਪਾਂ ਬੈਂਕਿੰਗ ਸੈਕਟਰ ਤੋਂ ਹੈ ਇਹ ਦੋ ਮਕਰੂਪ ਵਿੱਚ ਕੰਮ ਕਰਦਾ ਹੈ ਉਧਾਰ ਦਿੰਦਾ ਹੈ ਤੇ ਜਮਾ ਸਵੀਕਾਰ ਕਰਦਾ ਹੈ ਤੇ ਇਸ ਸਵਾਲ ਦਾ ਜਿਹੜਾ ਰਾਈਟ ਆਨਸਰ ਹੋਏਗਾ ਆਪਸ਼ਨ ਨੰਬਰ ਏਡੀ ਦੋਵੇਂ ਠੀਕ ਹਨ ਭਾਰਤ ਵਿੱਚ 1 ਰੁਪਏ ਦਾ ਨੋਟ ਕੌਣ ਜਾਰੀ ਕਰਦਾ ਹੈ ਭਾਰਤ ਵਿੱਚ 1 ਰੁਪਏ ਦਾ ਨੋਟ ਜਿਹੜਾ ਉਹ ਭਾਰਤ ਸਰਕਾਰ ਦੇ ਵਿੱਤ ਵਿਭਾਗ ਦੁਆਰਾ ਜਾਰੀ ਕੀਤਾ ਜਾਂਦਾ ਹੈ ਤੇ 1 ਰੁਪਏ ਦੇ ਨੋਟ ਉੱਪਰ ਜਿਹੜੇ ਸਾਈਨ ਹੁੰਦੇ ਆ ਉਹ ਵਿੱਤ ਸਚਿਵ ਦੇ ਹੁੰਦੇ ਆ 1 ਰੁਪਏ ਦੇ ਨੋਟ ਨੂੰ ਛੱਡ ਕੇ ਬਾਕੀ ਸਾਰੇ ਨੋਟ ਜਿਹੜੇ ਉਹ ਭਾਰਤ ਦੇ ਕੇਂਦਰੀ ਬੈਂਕ ਰਿਜ਼ਰਵ ਬੈਂਕ ਆਫ ਇੰਡੀਆ ਦੁਆਰਾ ਜਾਰੀ ਕੀਤੇ ਜਾਂਦੇ ਹਨ आरबीआई ਦੀ ਜਿਹੜੀ ਸਥਾਪਨਾ 1935 ਵਿੱਚ ਹੋਈ ਸੀ ਤੇ आरबीआई ਦਾ ਜਿਹੜਾ ਹੈੱਡਕੁਆਟਰ ਹੈ ਉਹ ਬੰਬਈ ਦੇ ਵਿੱਚ ਸਥਿਤ ਹੈ ਤੇ आरबीआई ਦਾ ਜਿਹੜਾ ਨੈਸ਼ਨਲਾਈਜੇਸ਼ਨ 1949 ਵਿੱਚ ਹੋਇਆ ਸੀ ਤੇ ਇੱਕਮਾਤਰ ਅਧਿਕਾਰ ਨੋਟ ਜਾਰੀ ਕਰਨ ਦਾ ਉਹ आरबीआई ਕੋਲ ਹੈ ਬੈਂਕਾਂ ਦਾ ਬੈਂਕ आरबीआई ਹੈ ਸਰਕਾਰ ਦਾ ਬੈਂਕ आरबीआई ਹੈ ਤੇ ਅੰਤਿਮ ਰਿੰਦਤਾ ਉਹ ਵੀ आरबीआई ਹੈ ਵਸਤੂਆਂ ਤੇ ਸੇਵਾਵਾਂ ਦੇ ਪ੍ਰਵਾਹ ਨੂੰ ਕੀ ਕਹਿੰਦੇ ਹਾਂ ਹਾਂਜੀ ਇਸ ਸਵਾਲ ਦੇ ਦੋ ਆਨਸਰ ਬੰਦੇ ਆ ਵਸਤੂਆਂ ਤੇ ਸੇਵਾਵਾਂ ਦੇ ਪ੍ਰਵਾਹ ਨੂੰ ਆਪਾਂ ਕੁੱਲ ਪੂਰਤੀ ਵੀ ਕਹਿੰਦੇ ਆ ਤੇ ਵਸਤੂਆਂ ਦੇ ਸੇਵਾਵਾਂ ਦੇ ਪ੍ਰਵਾਹ ਨੂੰ ਰੀਅਲ ਫਲੋ ਵਾਸਤਿਕ ਪ੍ਰਵਾਹ ਵੀ ਕਿਹਾ ਜਾਂਦਾ ਹੈ ਇਹ ਤੁਸੀਂ ਆਪਸ਼ਨਾਂ ਦੇਖ ਕੇ ਇਹਦੇ ਬਿਲਕੁਲ ਸਹੀ ਜਿਹੜੇ ਉੱਤਰ ਹੈ ਜਿਹੜੇ ਉਹ ਲਗਾਉਣੇ ਆ ਵਸਤੂ ਵਟਾਂਦਰਾ ਪ੍ਰਣਾਲੀ ਉਹ ਪ੍ਰਣਾਲੀ ਹੈ ਜਿਸ ਵਿੱਚ ਵਸਤੂ ਦੇ ਬਦਲੇ ਵਸਤੂ ਦਾ ਲੈੰਦਨ ਜਾਂ ਵਟਾਂਦਰਾ ਹੁੰਦਾ ਹੈ ਇਸ ਨੂੰ ਆਪਾਂ ਬਾਟਰ ਸਿਸਟਮ ਵੀ ਕਹਿੰਦੇ ਹਾਂ ਜੇ ਐਮਪੀਅਰਸ 1/4 ਹੋਵੇ ਗੁਣਕ ਦਾ ਮੁੱਲ ਪਤਾ ਕਰਨਾ ਹੈ ਕੇ ਦੀ ਵੈਲਿਊ ਫਾਈਂਡ ਆਊਟ ਕਰਨੀ ਆਪਾਂ ਹਾਂਜੀ ਕੇ ਦਾ ਫਾਰਮੂਲਾ ਹੋਏਗਾ ਕੇ ਇਕੁਅਲ ਟੂ 1 एमपीएस ਤੇ ਜਦੋਂ ਇਹ ਰੈਸੀਪਰਕਲ ਹੋ ਜਾਏਗਾ ਤਾਂ ਆਪਣਾ ਆਨਸਰ ਬਣ ਜਾਏਗਾ ਇਹਦੇ ਵਿੱਚ 4 ਠੀਕ ਹੈ ਜੀ ਇਹ ਕਿਵੇਂ ਸੋਲਵ ਹੋਏਗਾ ਇਹ ਮੈਂ ਤੁਹਾਨੂੰ ਇੱਥੇ ਦਿਖਾਉਣਾ ਹੈ ਕੇ ਕੇ 1 एमपीएस ਤੇ ਇਥੇ ਆਪਾਂ ਵੈਲਿਊ ਪੁੱਟ ਕਰ ਲਾਂਗੇ 1/1/4 ਤੇ ਉਲਟ ਜਾਏਗਾ ਤਾਂ ਉੱਪਰ ਬੰਜੇਗਾ 4 ਮੈਨੂੰ ਉਮੀਦ ਹੈ ਤੁਹਾਨੂੰ ਇਹ ਸਮਝ ਚ ਆ ਗਿਆ ਹੋਵੇਗਾ ਨੈਕਸਟ ਜੀ ਆਪਣੇ ਕੋਲ ਅਤੀ ਅधिक ਮੰਗ ਦੀ ਸਥਿਤੀ ਦੇ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੀ ਸਥਿਤੀ ਠੀਕ ਹੋਏਗੀ ਹਾਂ ਜੀ ਜਦੋਂ ਵੀ ਮੰਗ ਅਧਿਕਾ ਹੈ ਤਾਂ ਉਦੋਂ AD ਵੱਧ ਹੋਏਗੀ AS ਨਾਲੋਂ ਜਦੋਂ ਘੱਟ ਮੰਗ ਦੀ ਸਥਿਤੀ ਦੀ ਗੱਲ ਕਰਨੀ ਹੈ ਤਾਂ ਉਦੋਂ AD ਘੱਟ ਹੋਏਗੀ AS ਨਾਲੋਂ ਠੀਕ ਹੈ ਜੀ ਇਹਦੇ ਅੰਝ ਰੱਖ ਲੈਣਾ ਇਸ ਸਵਾਲ ਦਾ ਰਾਈਟ ਆਨਸਰ ਹੋਏਗਾ ਆਪਸ਼ਨ ਨੰਬਰ ਕੁੜਾ ਰਾਸ਼ਟਰੀ ਆਮਦਨ ਪਤਾ ਕਰੋ ਜਦੋਂ ਘਰੇਲੂ ਸਾਧਨ ਆਮਦਨ 27000 ਤੇ ਵਿਦੇਸ਼ਾਂ ਤੋਂ ਪ੍ਰਾਪਤ ਸ਼ੁੱਧ ਸਾਧਨ ਆਮਦਨ 3000 ਹੈ ਹਾਂਜੀ ਆਪਾਂ ਪਤਾ ਕਰਨੀ ਹੈ ਨੈਸ਼ਨਲ ਇਨਕਮ ਤੇ ਰਾਸ਼ਟਰੀ ਆਮਦਨ ਦਾ ਜਿਹੜਾ ਫਾਰਮੂਲਾ ਹੁੰਦਾ ਹੈ ਠੀਕ ਹੈ ਜੀ ਉਹਦੇ ਵਿੱਚ ਪਤਾ ਕਰਨ ਦੇ ਲਈ ਆਪਾਂ ਕੀ ਪਤਾ ਕਰਨਾ ਹੈ ਘਰੇਲੂ ਸਾਧਨ ਆਮਦਨ ਆਪ ਨੂੰ ਦਿੱਤੀ ਹੋਈ ਹੈ 27000 ਉਹਦੇ ਵਿੱਚ ਵਿਦੇਸ਼ਾਂ ਤੋਂ ਪ੍ਰਾਪਤ ਸ਼ੁੱਧ ਸਾਧਨ ਆਮਦਨ 3000 ਜੋੜ ਲਾਂਗੇ ਤੇ ਉੱਤਰ ਬਣ ਜਾਏਗਾ ਆਪਣੇ ਕੋਲ 30000 ਇਸ ਟ੍ਰਿਕ ਦੇ ਨਾਲ ਇਹ ਸਵਾਲ ਦਾ ਜਿਹੜਾ ਆਨਸਰ ਆ ਉਹ ਬਣੇਗਾ অপਸ਼ਨ ਨੰਬਰ ਏ 30000 ਸਿਮਾਂਤ ਉਪਭੋਗ ਪ੍ਰਵਿਰਤੀ ਦਿੱਤੀ ਆਪਾਂ ਨੂੰ 0.65 ਸਿਮਾਂਤ ਬਚਤ ਪ੍ਰਵਿਰਤੀ ਪਤਾ ਕਰਨੀ ਹੈ ਐਮ ਪੀ ਸੀ ਦਿੱਤੀ 0.6 ਤੇ ਐਮ ਪੀ ਐਸ ਜਿਹੜਾ ਉਹ ਪਤਾ ਕਰਨਾ ਹੈ ਤੇ ਆਪਾਂ ਨੂੰ ਪਤਾ ਹੈ ਦੋਹਾਂ ਦਾ ਜੋੜ ਹੁੰਦਾ ਹੈ ਜੀ 1 ਤੇ ਪਿਆਰ ਬੱਚੋ ਮੈਂ ਬਹੁਤ ਵਾਰੀ ਤੁਹਾਨੂੰ ਸਮਝਾਇਆ ਹੈ ਪੁਆਇੰਟ ਤੋਂ ਬਾਅਦ ਆਪਾਂ ਅੱਖਰ ਦੇਖਣੇ ਆ ਕਿੰਨੇ ਆ ਦੋ ਅੰਕ ਦਿੱਤੇ ਹੋਏ ਆ ਜਦੋਂ ਪੁਆਇੰਟ ਤੋਂ ਬਾਅਦ ਦੋ ਅੰਕ ਦਿੱਤੇ ਹੋਣ ਤਾਂ ਉਦੋਂ ਆਪਾਂ 100 ਬਣਾਉਣਾ ਹੁੰਦਾ ਹੈ ਹੁਣ 65 ਦੇ ਵਿੱਚ ਦੇਖੋ ਕੀ ਜੋੜੀਏ ਤੇ 100 ਬਣ ਜ ਠੀਕ ਹੈ ਜੀ ਸਵਾਲ ਨੰਬਰ ਇਹਦਾ ਉੱਤਰ ਸਹੀ ਹੋਏਗਾ ਸੀ 0.35 ਭਾਰਤ ਵਿੱਚ ਪੰਜ ਸਾਲਾ ਯੋਜਨਾਵਾਂ ਕੌਣ ਤਿਆਰ ਕਰਦਾ ਹੈ ਹਾਂਜੀ ਜਿਹੜੀਆਂ ਪੰਜ ਸਾਲਾ ਯੋਜਨਾਵਾਂ ਤਿਆਰ ਕੀਤੀਆਂ ਜਾਂਦੀਆਂ ਸੀ ਉਹ ਪਲਾਨਿੰਗ ਕਮਿਸ਼ਨ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਸੀ ਠੀਕ ਹੈ ਜੀ ਪਲਾਨਿੰਗ ਕਮਿਸ਼ਨ ਬਾਰੇ ਕੁਝ ਹੋਰ ਮਹੱਤਵਪੂਰਨ ਜਿਹੜੇ ਸਵਾਲ ਐਗਜ਼ਾਮ 'ਚ ਪੁੱਛੇ ਜਾਂਦੇ ਆ ਇਹਦੀ ਸਥਾਪਨਾ ਕਦੋਂ ਹੋਈ ਸੀ ਸਟੈਬਲਿਸ਼ਮੈਂਟ ਇਅਰ ਇਹ ਧਿਆਨ ਚ ਰੱਖ ਲੈਣਾ ਹੈ 1950 ਦੇ ਵਿੱਚ ਇਹਦੀ ਸਥਾਪਨਾ ਹੋਈ ਸੀ ਤੇ ਪਹਿਲੀ ਪੰਜ ਸਾਲਾ ਯੋਜਨਾ ਪੁੱਛੀ ਜਾਂਦੀ ਹੈ ਉਹਦਾ ਸਮਾਂ ਪੀਰੀਅਡ ਸੀਗਾ ਜੀ 1951 ਤੋਂ ਲੈ ਕੇ 56 ਤੱਕ ਆਖਰੀ ਜਿਹੜੀ ਪੰਜ ਸਾਲਾਂ ਯੋਜਨਾ ਸੀ ਉਹ 12ਵੀਂ ਪੰਜ ਸਾਲਾਂ ਯੋਜਨਾ ਸੀ ਇਹਦਾ ਟਾਈਮ ਪੀਰੀਅਡ ਸੀਗਾ ਜੀ 2012 ਤੋਂ ਲੈ ਕੇ 2017 ਤੱਕ ਇੱਕ ਸਵਾਲ ਹੋਰ ਪੁੱਛਿਆ ਜਾਂਦਾ ਉਹ ਪੁੱਛਿਆ ਜਾਂਦਾ ਹੈ ਪਲਾਨਿੰਗ ਕਮਿਸ਼ਨ ਦਾ ਜਿਹੜਾ ਚੇਅਰਮੈਨ ਕੌਣ ਹੈ ਉਹ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਆ ਉਹ ਪੰਜ ਸਾਲਾਂ ਯੋਜਨਾ ਦਾ ਜਿਹੜਾ ਪਲਾਨਿੰਗ ਕਮਿਸ਼ਨ ਦਾ ਜਿਹੜਾ ਪ੍ਰਧਾਨ ਜਾਂ ਚੇਅਰਮੈਨ ਹੁੰਦਾ ਹੈ ਠੀਕ ਹੈ ਜੀ ਮੈਨੂੰ ਲੱਗਦਾ ਇਹਨਾਂ ਸਵਾਲ ਤੁਹਾਨੂੰ ਸਮਝੇ ਆਗੇ ਹੋਣਗੇ ਅਗੇ ਹੈ ਜੀ ਦੇਸ਼ ਦੀ ਪਹਿਲੀ ਉਦਯੋਗਿਕ ਨੀਤੀ ਕਦੋਂ ਕੁੱਛਿਤ ਕੀਤੀ ਗਈ ਹਾਂਜੀ ਪਹਿਲੀ ਉਦਯੋਗਿਕ ਨੀਤੀ ਡਾਕਟਰ ਸ਼ਾਮਾ ਪ੍ਰਸ਼ਾਦ ਮੁਖਰਜੀ 6 ਅਪ੍ਰੈਲ 1948 ਦੇ ਵਿੱਚ ਇਸ ਦੀ ਕੁਛ ਨਾ ਕੀਤੀ ਗਈ ਸੀ ਠੀਕ ਹੈ ਜੀ ਤੇ ਜਿਹੜੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਉਦਯੋਗਿਕ ਨੀਤੀ ਹੈ ਉਹ ਨਿਯਮ ਨਵੀਂ ਉਦਯੋਗਿਕ ਨੀਤੀ 1991 ਹੈ ਜਿਹੜੀ ਕਿ ਐਲ ਪੀਜੀ ਦੇ ਆਧਾਰਤ ਹੈ ਠੀਕ ਹੈ ਜੀ ਜਿਹਦੇ ਵਿੱਚ ਪੰਜ ਉਦਯੋਗਾਂ ਦੇ ਲਈ ਲਾਇਸੈਂਸ ਲੈਣਾ ਜ਼ਰੂਰੀ ਕਰ ਦਿੱਤਾ ਗਿਆ ਸੀ ਤੇ ਸਰજન ਖੇਤਰ ਵਿੱਚ ਉਦਯੋਗਾਂ ਦੀ ਗਿਣਤੀ ਘਟਾ ਕੇ ਦੋ ਕਰ ਦਿੱਤੀ ਗਈ ਸੀ 1956 ਦੀ ਉਦਯੋਗਿਕ ਨੀਤੀ ਹੈ ਜਿਹੜੀ ਇਹਨੂੰ ਆਪਾਂ ਸਰਵਜਨਕ ਖੇਤਰ ਦੀ ਨੀਤੀ ਵੀ ਕਹਿ ਸਕਦੇ ਹਾਂ ਕਿਉਂਕਿ ਇਹਦੇ ਵਿੱਚ 17 ਉਦਯੋਗਾਂ ਨੂੰ ਰੱਖਵੇਂ ਰੱਖਿਆ ਗਿਆ ਸੀ ਸਰਕਾਰੀ ਖੇਤਰ ਵਿੱਚ ਸਰજન ਖੇਤਰ ਵਿੱਚ ਜੜੀ ਕਿ 1999 ਦੀ ਪਾਲਿਸੀ ਦੇ ਵਿੱਚ ਇਸ ਨੂੰ ਘਟਾ ਕੇ ਸਿਰਫ ਮਾਤਰ 17 ਤੋਂ 2 ਕਰ ਦਿੱਤਾ ਗਿਆ ਸੀ। ਭਾਰਤ ਵਿੱਚ ਆਰਥਿਕ ਸੁਧਾਰਾਂ ਦੀ ਸ਼ੁਰੂਆਤ ਕਦੋਂ ਹੋਈ? ਹਾਂਜੀ ਇਕਨੋਮਿਕ ਰਿਫਾਰਮਸ ਦੀ ਗੱਲ ਹੋ ਰਹੀ ਹੈ। ਹਾਂਜੀ 24 ਜੁਲਾਈ 1991 ਨੂੰ ਭਾਰਤ ਵਿੱਚ ਆਰਥਿਕ ਸੁਧਾਰਾਂ ਦੀ ਜੜੀ ਉਸ ਸ਼ੁਰੂਆਤ ਹੋਈ ਸੀ। ਬਹੁਤ ਇੰਪੋਰਟੈਂਟ ਆ ਇਹ। ਇਗਜ਼ਾਮ ਦੇ ਪੁਆਇੰਟ ਆ ਆਫ 뷰 ਤੋਂ। ਪੜ੍ਹਨ ਲਿਖਣ ਦੀ ਯੋਗਤਾ ਨੂੰ ਕੀ ਕਹਿੰਦੇ ਹਨ? ਹਾਂਜੀ ਇਹ ਵੀ ਮਹੱਤਵਪੂਰਨ ਸਵਾਲ ਹੈ। ਇਹਨੂੰ ਆਪਾਂ ਲਿਟਰੇਸੀ ਕਹਿੰਦੇ ਆ। ਲਿਟਰੇਸੀ ਰੇਟ ਸਾਖਰਤਾ ਦਰ। ਜੇ ਤੁਹਾਨੂੰ ਪੁੱਛਿਆ ਇਹਨਾਂ ਸਾਖਰਤਾ ਦਰ ਤੋਂ ਕੀ ਭਾਵ ਹੈ ਜਿਹੜੇ ਜਿੰਨੇ ਵੀ ਵਿਅਕਤੀ ਐ ਪ੍ਰਤੀ ਹਜ਼ਾਰ ਕਿੰਨੇ ਪੜੇ ਲਿਖੇ ਐ ਉਹਦੇ ਆਧਾਰ ਤੇ ਸੱਖਤਾ ਦਾਰਾ ਜੜੀ ਪ੍ਰਤੀ 100 ਸੌਰੀ ਪ੍ਰਤੀ 100 ਕਿੰਨੇ ਲੋਕ ਪੜੇ ਲਿਖੇ ਐ ਉਹਦੇ ਆਧਾਰ ਤੇ ਇਹਦਾ ਮਾਪਕ ਕੀਤਾ ਜਾਂਦਾ ਹੈ ਪਰ ਧਿਆਨ ਰੱਖ ਲੈਣਾ 0 ਤੋਂ 6 ਸਾਲ ਦੇ ਬੱਚਿਆਂ ਨੂੰ ਇਹਦੇ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਠੀਕ ਹੈ ਜੀ ਅੱਗੇ ਹਾਂ ਜੀ ਵਾਤਾਵਰਨ ਦੇ ਵਿੱਚ ਹੇਠਾਂ ਵਿੱਚੋਂ ਕਿਸ ਨੂੰ ਸ਼ਾਮਲ ਕੀਤਾ ਜਾਂਦਾ ਹੈ ਹਾਂ ਜੀ ਵਾਤਾਵਰਨ ਦੇ ਵਿੱਚ ਭੂਮੀ ਹਵਾ ਪਾਣੀ ਇਹ ਤਿੰਨੇ ਸ਼ਾਮਲ ਹੋਣਗੇ ਤੇ ਇਲੈਕਟ੍ਰਿਸਿਟੀ ਬਿਜਲੀ ਉਸ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ ਹੇਠ ਲਿਖਿਆਂ ਵਿੱਚੋਂ ਕਿਹੜਾ ਭਾਰਤ ਦੀ ਗਰੀਬੀ ਲਈ ਜ਼ਿੰਮੇਦਾਰ ਨਹੀਂ ਹੈ ਹਾਂਜੀ ਸੰਸਾਧਨਾਂ ਦੀ ਘਾਟ ਇਹ ਜੁਮੇਦਾ ਨਹੀਂ ਹੈ ਭਾਰਤ ਵਿੱਚ ਸੰਸਾਧਨ ਬਹੁਤ ਜ਼ਿਆਦਾ ਹਨ ਪਰ ਉਹਨਾਂ ਦਾ ਪ੍ਰੋਪਰ ਯੂਟਿਲਾਈਜੇਸ਼ਨ ਨਾ ਹੋਣ ਕਾਰਨ ਭਾਰਤ ਹਾਲੇ ਵੀ ਗਰੀਬੀ ਅਵਸਥਾ ਦੇ ਵਿੱਚ ਘੁੰਮ ਰਿਹਾ ਹੈ ਨੈਕਸਟ ਹੈ ਜੀ ਹੇਠਾਂ ਹੇਠਾਂ ਵਿੱਚੋਂ ਖੇਤੀ ਖੇਤਰ ਵਿੱਚ ਕਿਹੜੀ ਬੇਰੋਜ਼ਗਾਰੀ ਪਾਈ ਜਾਂਦੀ ਹੈ ਹਾਂਜੀ ਖੇਤੀ ਖੇਤਰ ਵਿੱਚ ਮੁੱਖ ਰੂਪ ਵਿੱਚ ਦੋ ਬੇਰੋਜ਼ਗਾਰੀਆਂ ਪਾਈ ਜਾਂਦੀਆਂ ਹੈ ਛੁਪੀ ਹੋਈ ਬੇਰੋਜ਼ਗਾਰੀ ਡਿਸਗਾਈਜ਼ਡ ਅਨਪਲਾਈਮੈਂਟ ਤੇ ਦੂਸਰੀ ਹੈ ਸੀਜ਼ਨਲ ਅਨਪਲਾਈਮੈਂਟ ਮੌਸਮੀ ਬੇਰੋਜ਼ਗਾਰੀ ਠੀਕ ਹੈ ਜੀ ਇਹ ਤੇ ਅਨੁਸਰੱਖ ਲੈਣਾ ਹਾਂਜੀ ਨੈਕਸਟ ਜਿਹੜੇ ਆਪਣੇ ਸਵਾਲ ਹੈ ਜੀ ਕੇਨਜ਼ ਦੀ ਵਿਚਾਰਧਾਰਾ ਕਿਸ ਚੀਜ਼ ਦੀ ਵਿਕਲਪ ਕਰਦੀ ਹੈ ਹਾਂਜੀ ਕੇਨਜ਼ ਹੈ ਉਹ ਇਸ ਗੱਲ ਦੀ ਵਿਕਲਪ ਕਰਦਾ ਹੈ ਕਿ ਅਰਥਵਿਵਸਥਾ ਦੇ ਵਿੱਚ ਸਰਕਾਰ ਦੀ ਦਖਲਅੰਦਾਜ਼ੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਨੰਬਰ 2 ਕੇਨਜ਼ ਕਹਿੰਦਾ ਹੈ ਵੀ ਧੀਰਕਾਲ ਦੇ ਸਮੇਂ ਦੇ ਵਿੱਚ ਅਰਥਵਿਵਸਥਾ ਦੇ ਵਿੱਚ ਆਪੂਰਨ ਰੋਜ਼ਗਾਰ ਪਾਇਆ ਜਾਂਦਾ ਹੈ ਠੀਕ ਹੈ ਜੀ ਤੀਸਰਾ ਜਿਹੜਾ ਕੇਨਜ਼ ਹੈ ਉਹ ਅਲਪਕਾਲ ਸਮੇਂ ਦਾ ਸਮਰਥਕ ਹੈ ਤੇ ਲੰਬੇ ਸਮੇਂ ਦੇ ਧੀਰਕਾਲ ਬਾਰੇ ਕੇਨਜ਼ ਦਾ کہنا ਹੈ ਵੀ 올 दैट ਇਨ ਦੀ ਲੌਂਗ ਰਨ ਕਿ ਅਸੀਂ ਸਾਰੇ ਲੰਬੇ ਸਮੇਂ ਵਿੱਚ ਮਰ ਜਾਵਾਂਗੇ ਮੈਨੂੰ ਲੱਗਦਾ ਤੁਹਾਨੂੰ ਇਹ ਪਤਾ ਲੱਗਿਆ ਹੋਵੇਗਾ ਇਹ ਠੰਦੀਆਂ ਵਿੱਚੋਂ ਕਿਹੜਾ ਹਸਤਾ ਤਨ ਭੁਗਤਾਨ ਨਹੀਂ ਹੈ ਗੱਲ ਹੋ ਰਹੀ ਹੈ ਟ੍ਰਾਂਸਫਰ ਪੇਮੈਂਟ ਦੀ ਜਿਹੜੀ ਟ੍ਰਾਂਸਫਰ ਪੇਮੈਂਟ ਹੁੰਦੀ ਹੈ ਉਹ ਵਨ ਸਾਈਡਡ ਹੁੰਦੀ ਹੈ ਜਿਵੇਂ ਕਿ ਵਜੀਫੇ ਬੱਚਿਆਂ ਨੂੰ ਮਿਲਨੇ ਠੀਕ ਹੈ ਵਿਧਵਾ ਪੈਨਸ਼ਨ ਬਡਾਪਾ ਪੈਨਸ਼ਨ ਇਹ ਸਰਕਾਰ ਦਾ ਕੋਈ ਕੰਮ ਨਹੀਂ ਕੀਤਾ ਜਾਂਦਾ ਇਹਨਾਂ ਬੱਚਿਆਂ ਵੱਲੋਂ ਵਿਧਵਾ ਵੱਲੋਂ ਜਾਂ ਬਡਾਪਾ ਵੱਲੋਂ ਸਿਰਫ ਸਰਕਾਰ ਇੱਕ ਪਾਸੇ ਹੀ ਭਗਤਾਨ ਕਰਦੀ ਹੈ ਜਦ ਕਿ ਘਰੇਲੂ ਨੌਕਰ ਨੂੰ ਭੁਗਤਾਨ ਹੈ ਇਹ ਟੂ ਸਾਈਡਡ ਪੇਮੈਂਟ ਹੈ ਜਿਹਦੇ ਵਿੱਚ ਨੌਕਰ ਵੱਲੋਂ ਪਹਿਲਾਂ ਆਪਣੀ ਸਰਵਿਸ ਦੀ ਪੇਮੈਂਟ ਕੀਤੀ ਜਾਂਦੀ ਹੈ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ ਘਰ ਵਿੱਚ ਫਿਰ ਮਾਲਕ ਵੱਲੋਂ ਉਸ ਨੂੰ ਪੇਮੈਂਟ ਕੀਤੀ ਜਾਂਦੀ ਹੈ ਇਸ ਕਰਕੇ ਕਰੇ ਲੂ ਨੋਕਰ ਨੂੰ ਪਗਧਾਨਾ ਜਿਹੜਾ ਉਹ ਹਸਤਾਧਨ ਭੁਗਤਾਨ ਨਹੀਂ ਹੈ ਇੱਕ ਗੱਲ ਹੋਰ ਸਮਝ ਲੈਣੀ ਹੈ ਬੇਟਾ ਜਿਹੜਾ ਹਸਤਾਧਨ ਭੁਗਤਾਨ ਹੈ ਇਹਨਾਂ ਨੂੰ ਰਾਸ਼ਟਰੀ ਆਮਦਨ ਦੀ ਗੱਣਾ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਫਿਰ ਲਿਖਿਆ ਵਿੱਚ ਚੋਂ ਕਿਹੜੇ ਦੋ ਖੇਤਰੀ ਮਾਡਲ ਵਿੱਚ ਸ਼ਾਮਲ ਹਨ ਹਾਂਜੀ ਦੋ ਖੇਤਰੀ ਮਾਡਲ ਦੇ ਵਿੱਚ ਪਰਿਵਾਰਿਕ ਖੇਤਰ ਤੇ ਉਤਪਾਦਕ ਖੇਤਰ ਇਹ ਦੋ ਖੇਤਰ ਸ਼ਾਮਲ ਹੁੰਦੇ ਆ ਇੱਕ ਗੱਲ ਹੋਰ ਧਿਆਨ ਰੱਖਣੀ ਹੈ ਵੀ ਜਿਹੜੇ ਸਾਧਨਾਂ ਦਾ ਜਿਹੜਾ ਮਾਲਕ ਹੁੰਦਾ ਹੈ ਉਤਪਾਦਨ ਦੇ ਸਾਧਨਾਂ ਦਾ ਮਾਲਕ ਹੈ ਜਿਹੜਾ ਉਹ ਪਰਿਵਾਰਿਕ ਖੇਤਰ ਹੁੰਦਾ ਠੀਕ ਹੈ ਜੀ ਨੈਕਸਟ ਜੇਬ ਨੇ ਕੋਲ ਰਾਸ਼ਟਰੀ ਆਮਦਨ ਦਾ ਮਾਪ ਕਰਨ ਲਈ ਆਮਦਨ ਵਿਧੀ ਵਿੱਚ ਕਿਹ ਕਿਹ ਚੋਕਸ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ ਹਾਂਜੀ ਕਰਮਚਾਰੀਆਂ ਦਾ ਮਨਤਾਨਾ ਠੀਕ ਹੈ ਕੰਪਨਸੇਸ਼ਨ ਆਫ এমਪਲਾਈ ਪ੍ਰਚਾਲਨ ਵੇਚੀ ਆਪਰੇਟਿੰਗ ਸਰਪਲਸ ਮਿਸ਼ਰਤ ਆਮਦਨ ਮਿਕਸਡ ਇਨਕਮ ਇਹਨਾਂ ਤੇਨਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਤੇ ਜਿਹੜੀ ਟ੍ਰਾਂਸਫਰ ਇਨਕਮ ਹੈ ਇਸ ਨੂੰ ਰਾਸ਼ਟਰੀ ਆਮਦਨ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਸੰਤੁਲਨ ਕਦੋਂ ਹੁੰਦਾ ਹੈ ਹਾਂਜੀ ਅਰਥਵਿਵਸਥਾ ਉਸ ਸਮੇਂ ਸੰਤੁਲਨ ਵਿੱਚ ਹੁੰਦੀ ਹੈ ਜਦੋਂ ਕੁੱਲ ਪੂਰਤੀ ਕੁੱਲ ਮੰਗ ਦੇ ਬਰਾਬਰ ਹੋ ਜਾਵੇ ਜਾਂ ਦੂਸਰੇ ਕਥਨਾਂ ਵਿੱਚ ਕਹਿ ਸਕਦੇ ਹਾਂ ਬਚਤ ਤੇ ਨਿਵੇਸ਼ ਦੋਨੋਂ ਬਰਾਬਰ ਹੋ ਜਾ ਠੀਕ ਹੈ ਜੀ ਇਸ ਸਵਾਲ ਦਾ ਜਿਹੜਾ ਰਾਈਟ ਆਨਸਰ ਹੋਏਗਾ ਆਪਸ਼ਨ ਨੰਬਰ ਸੀ ਠੀਕ ਹੈ ਜੀ ਹੁਣ ਇਹ ਵੀ ਧਿਆਨ ਰੱਖ ਲੈਣਾ ਹੈ ਜਿਹੜਾ ਬਚਤ ਤੇ ਜਿਹੜਾ ਨਿਵੇਸ਼ ਹੈ ਇਹ ਪਲਾਨਡ ਬਚਤ ਤੇ ਪਲਾਨਡ ਇਨਵੈਸਟਮੈਂਟ ਜਿਹੜੀ ਉਹ ਇਕੁਅਲ ਹੋਣੀ ਚਾਹੀਦੀ ਹੈ ਨੈਕਸਟ ਹੈ ਜੀ ਪੂਰਤੀ ਆਪਣੀ ਮੰਗ ਆਪ ਪੈਦਾ ਕਰਦੀ ਹੈ ਇਹ ਕथन ਕਿਸਦਾ ਹੈ ਸਪਲਾਈ ਕ੍ਰੀਏਟਸ ਇਟਸ ਆਪਣੀ ਮੰਗ ਬਹੁਤ ਇੰਪੋਰਟੈਂਟ ਹੈ ਇੱਕ ਕਲਾਸਿਕਲ ਅਰਥਸ਼ਾਸਤਰੀ ਪਰੰਪਰਾਵਦੀ ਅਰਥਸ਼ਾਸਤਰੀ ਜੇ ਬੀ ਸੇ ਦਾ ਜਿਹੜਾ ਇਹ ਕਥਨ ਹੈ ਪੂਰਤੀ ਆਪਣੀ ਮੰਗ ਆਪੇ ਦਾ ਕਰਦੀ ਹੈ ਭਾਰਤ ਦੇ ਵਿੱਚ ਕਿਹੜੀ ਸੰਸਥਾ ਦੁਆਰਾ ਮੁਦਰਾ ਜਾਰੀ ਕੀਤੀ ਜਾਂਦੀ ਹੈ ਹਾਂਜੀ ਕੰਸੀ ਈਸ਼ੂ ਕਰਨਾ ਇੱਕ ਮਾਤਰਾ ਅਧਿਕਾਰ ਹੈ ਉਹ ਭਾਰਤੀ ਰਿਜ਼ਰਵ ਬੈਂਕ ਕੋਲ ਹੈ ਪਰ 1 ਰੁਪਏ ਦਾ ਜਿਹੜਾ ਨੋਟ ਹੈ ਉਹ ਭਾਰਤ ਸਰਕਾਰ ਦੇ ਵਿੱਤ ਵਿਭਾਗ ਦੁਆਰਾ ਜਾਰੀ ਕੀਤਾ ਜਾਂਦਾ ਹੈ ਜੇਕਰ ਐਮ ਪੀ ਸੀ ਦਾ ਮੁੱਲ 0.9 ਹੋਵੇ ਤਾਂ ਐਮ ਪੀ ਐਸ ਦਾ ਮੁੱਲ ਕੀ ਹੋਏਗਾ ਅਚੀ ਦੇਖੋ ਪੁਆਇੰਟ ਤੋਂ ਬਾਅਦ ਇੱਕ ਹੀ ਡਿਜਟ ਹੈ ਜਦੋਂ ਇੱਕ ਡਿਜਟ ਹੋਵੇ ਉਹਦਾ ਆਪਾਂ 10 ਬਣਾਉਣਾ ਹੁੰਦਾ ਹੈ 9 ਵਿੱਚ ਕੀ ਜੋੜਾਂਗੇ 10 ਬਣ ਜਾਏਗਾ 1 ਤੇ ਪੁਆਇੰਟ ਮੈਂ ਤੁਹਾਨੂੰ ਦੱਸਿਆ ਸੀ ਬੇਟਾ ਲਗਉਣਾ ਨਹੀਂ ਲਾਉਣਾ 0.1 ਇਸਵਾਲ ਦਾ ਉੱਤਰ ਹੋਏਗਾ ਜੇ ਦੋ ਡਿਜਟ ਹੁੰਦੇ ਤਾਂ ਆਪਾਂ 100 ਬਣਾਉਣਾ ਸੀਗਾ ਜੇ ਤਿੰਨ ਡਿਜਟ ਹ ਠੀਕ ਹੈ ਜੀ ਆਜ਼ਾਦੀ ਦੇ ਸਮੇਂ ਭਾਰਤੀ ਅਰਥਵਿਵਸਥਾ ਕਿਸ ਤਰ੍ਹਾਂ ਦੀ ਅਰਥਵਿਵਸਥਾ ਸੀ ਹਾਂਜੀ ਆਜ਼ਾਦੀ ਦੇ ਸਮੇਂ ਅਲਪ ਵਿਕਸਿਤ ਅਰਥਵਿਵਸਥਾ ਸੀ ਹਾਂਜੀ ਅਲਪ ਵਿਕਸਿਤ ਅਰਥਵਿਵਸਥਾ ਕਿਹੜੀ ਹੁੰਦੀ ਹੈ ਅਜਿਹੀ ਅਰਥਵਿਵਸਥਾ ਜਿਸ ਦੇ ਵਿੱਚ ਪ੍ਰ ਗਟਾ ਇਨਕਮ ਘਟ ਹੁੰਦੀ ਹੈ ਰਾਸ਼ਟਰੀ ਅੰਧਨ ਘਟ ਹੁੰਦੀ ਹੈ ਸਟੈਂਡਰਡ ਆਫ ਲੀਵਿੰਗ ਜਿਹੜਾ ਲੋ ਹੁੰਦਾ ਹੈ ਮੌਤ ਦਰ ਤੇ ਜਨਮ ਦਰ ਦੋਨੋਂ ਜ਼ਿਆਦਾ ਹੁੰਦੀਆਂ ਸਿੱਧ ਸੁਵਿਧਾਵਾਂ ਦੀ ਕਮੀ ਹੁੰਦੀ ਹੈ ਉਸ ਅਰਥਵਿਵਸਥਾ ਨੂੰ ਆਪਾਂ ਕਾਵਾਂਗੇ ਅਲਪ ਵਿਕਸਿਤ ਅਰਥਵਿਵਸਥਾ ਭਾਰਤ ਵਿੱਚ ਨੀਤੀ ਆਯੋਗ ਦਾ ਚੇਅਰਮੈਨ ਕੌ ਤੇ ਨੀਤੀਯੋਗ ਦੀ ਜਿਹੜੀ ਸਥਾਪਨਾ ਹੈ 1 ਜਨਵਰੀ 2015 ਨੂੰ ਹੋਈ ਸੀ ਤੇ ਇਸ ਨੇ ਯੋਜਨਾ ਕਮਿਸ਼ਨ ਦਾ ਜਿਹੜਾ ਨੂੰ ਰਿਪਲੇਸ ਕੀਤਾ ਸੀ ਤੇ ਇਹਦੀ ਨੀਤੀਯੋਗ ਬਾਰੇ ਦੋ ਚੀਜ਼ਾਂ ਹੋਰ ਧਿਆਨ ਚ ਰੱਖਣੀਆਂ ਜਿਹੜੀਆਂ ਕਿ ਐਗਜ਼ਾਮ ਦੇ ਪੁਆਇੰਟ ਆਫ 뷰 ਤੋਂ ਬਹੁਤ ਇੰਪੋਰਟੈਂਟ ਹੈ ਸਭ ਤੋਂ ਪਹਿਲਾਂ ਨੀਤੀ ਦੀ ਫੁੱਲ ਫਾਰਮ ਨੈਸ਼ਨਲ ਇੰਸਟੀਚੂਨ ਫਾਰ ਟਰਾਂਸਫਾਰਮਿੰਗ ਇੰਡੀਆ ਯਾਦ ਰੱਖਣਾ ਬੇਟਾ 4 ਲੱਗਣਾ ਹੈ ਕਈ ਵਾਰ 4 ਤੇ of ਦੇ ਵਿੱਚ ਕਨਫਿਊਜ਼ਨ ਹੋ ਜਾਂਦੀ ਹੈ ਨੈਸ਼ਨਲ ਇੰਸਟੀਚੂਨ ਫਾਰ ਟਰਾਂਸਫਾਰਮਿੰਗ ਇੰਡੀਆ ਤੇ ਦੂਸਰਾ ਇਹ ਧਿਆਨ ਰੱਖਣਾ ਕਿਸ ਪ੍ਰਕਾਰ ਦੀ ਸੰਸਥਾ ਹੈ ਇਹ ਬਾਟਮ ਟੂ ਅਪ ਅਪ ਹੀਠੋਂ ਉੱਪਰ ਵੱਲ ਦੀ ਸੰਸਥਾ ਹੈ ਠੀਕ ਹੈ ਇਹ ਧਿਆਨ ਚ ਰੱਖ ਲੈਣਾ ਫਿਰ ਲਿਖਿਆ ਵਿੱਚੋ ਕਿਹੜਾ ਭਾਰਤੀ ਖੇਤੀਬਾੜੀ ਦੇ ਪਿਛੜੇ ਪੰਦਾ ਕਾਰਨ ਨਹੀਂ ਹੈ ਹਾਂਜੀ ਜੋਤਾਂ ਦਾ ਛੋਟਾ ਆਕਾਰ ਠੀਕ ਹੈ ਜਨਕੇ ਜੋਤ ਮੀਨਸ ਖੇਤ ਖੇਤ ਦਾ ਆਕਾਰ ਛੋਟਾ ਹੈ ਪੁਰਾਣੇ ਖੇਤੀ ਕਰਨ ਦੇ ਜੰਦਰ ਅਨਪੜਤਾ ਇਹ ਤਿੰਨੋਂ ਕਾਰਨ ਹਨ ਉਹਨਾਂ ਨੇ ਪੁੱਛਿਆ ਸੀ ਨਹੀਂ ਹੈ ਉਹ ਹੈ ਕਮਰਸ਼ੀਅਲਾਈਜੇਸ਼ਨ ਠੀਕ ਹੈ ਆਫ ਕrops ਖੇਤੀ ਦਾ ਵਪਾਰੀਕਰਨ ਕਿਤੇ ਵਪਾਰੀਕਰਨ ਦੇ ਨਾਲ ਕਿਸਾਨਾਂ ਨੂੰ ਲਾਭ ਹੋਏਗਾ ਨਾ ਕਿ ਨੁਕਸਾਨ ਹੋਏਗਾ ਖੇਤੀ ਦਾ ਪਿਛੜਾ ਪੰਦੂਰ ਹੋਏਗਾ ਠੀਕ ਹੈ ਜੀ ਇਹਦਾ ਮਤਲਬ ਫਿਰ ਪਪਾਰੀ ਖੇਤੀ ਜੜੀ ਉਹ ਕਾਰਨ ਨਹੀਂ ਹੈ ਵਿਸ਼ਵੀਕਰਨ ਜਿਹਨੂੰ ਆਪਾਂ ਗਲੋਬਲਾਈਜੇਸ਼ਨ ਕਹਿੰਦੇ ਨੇ ਆ ਸਭ ਤੋਂ ਪਹਿਲਾਂ ਡੈਫੀਨੇਸ਼ਨ ਸਾਰੇ ਬੱਚਿਆਂ ਨੂੰ ਪਤਾ ਹੋਣੀ ਚਾਹੀਦੀ ਹੈ ਕਿ ਗਲੋਬਲਾਈਜੇਸ਼ਨ ਦਾ ਮਤਲਬ ਇਹ ਹੈ ਕਿ ਦੇਸ਼ ਦੀ ਅਰਥਵਿਵਸਥਾ ਨੂੰ ਵਿਸ਼ਵ ਦੀ ਅਰਥਵਿਵਸਥਾ ਨਾਲ ਜੋੜਨਾ ਇਸ ਨੂੰ ਵਿਸ਼ਵੀਕਰਨ ਕਹਿੰਦੇ ਆ ਇਹਦੇ ਨਾਲ ਕੀ ਹੋਏਗਾ ਇਹਦੇ ਨਾਲ ਜਿਹੜਾ ਨਿਵੇਸ਼ ਹੈ ਜਿਹੜਾ ਉਹ ਵਧੇਗਾ ਭਾਰਤ ਵਿੱਚ ਜੇ ਭਾਰਤ ਵਿਸ਼ਵੀਕਰਨ ਨੂੰ ਅਪਣਾਇਆ 1991 ਦੇ ਵਿੱਚ ਠੀਕ ਹੈ ਤੇ ਨਿਵੇਸ਼ ਹੈ ਜਿਹੜੇ ਉਹ ਮੁੱਖ ਰੂਪ ਵਿੱਚ ਦੋ ਤਰ੍ਹਾਂ ਦੇ ਹੁੰਦੇ ਆ ਪੋਰਟਫੋਲੀਓ ਨਿਵੇਸ਼ ਠੀਕ ਹੈ ਤੇ ਇੱਕ ਹੁੰਦਾ ਡਾਇਰੈਕਟ ਇਨਵੈਸਟਮੈਂਟ ਐਫ ਡੀ ਤੇ ਦੇਸ਼ ਦੇ ਲਈ ਜ਼ਿਆਦਾ ਇੰਪੋਰਟੈਂਟ ਹੈ ਐਫ ਡੀ ਆਈ ਕਿਉਂਕਿ ਲੰਬੇ ਸਮੇਂ ਦਾ ਨਿਵੇਸ਼ ਚਾਹੀਏ ਤੇ ਜਿਹੜਾ ਹੁੰਦਾ ਪੋਰਟਫੋਲੀਓ ਨਿਵੇਸ਼ ਚਾਹੀਏ ਅਲਪ ਕਾਲੀ ਨਿਵੇਸ਼ ਹੁੰਦਾ ਹੈ ਤੇ ਨਿਵੇਸ਼ ਚਾਹੀਏ ਦੇ ਨਾਲ ਵਧੇਗਾ ਇੱਥਾਂ ਦਿੱਤੀਆਂ ਜ਼ਰੂਰਤਾਂ ਵਿੱਚੋਂ ਕਿਹੜੀ ਮਨੁੱਖ ਦੀ ਬੁਨਿਆਦੀ ਜ਼ਰੂਰਤ ਨਹੀਂ ਹੈ ਹਾਂਜੀ ਰੋਟੀ ਕੱਪੜਾ ਮਕਾਨ ਪਹਿਲਾਂ ਮੁੱਖ ਰੂਪ ਵਿੱਚ ਤਿੰਨ ਹੀ ਚੀਜ਼ਾਂ ਨੂੰ ਮੁੱਢਲੀਆਂ ਲੋੜਾਂ ਕਿਹਾ ਜਾਂਦਾ ਸੀ ਪਰ ਹੁਣ ਇਹ ਡੈਫੀਨੇਸ਼ਨ ਥੋੜੀ ਜੀ ਵਾਈਡ ਹੋ ਚੁੱਕੀ ਹੈ ਇਹਦੇ ਵਿੱਚ ਸਿੱਖਿਆ ਤੇ ਨਾਲ ਨਾਲ ਸਿਹਤ ਸਹੂਦਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਰੋਟੀ ਕੱਪੜਾ ਮਕਾਨ ਸਿੱਖਿਆ ਤੇ ਸਿਹਤ ਸਹੂਦਾਵਾਂ ਇਹ ਮ ਪਾਣੀ ਵਿਕਾਸ ਕਿਹੜੀ ਪੀੜ੍ਹੀ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਾ ਹੈ ਗੱਲ ਹੋ ਰਹੀ ਹੈ ਸਸਟੇਨੇਬਲ ਡਵੈਲਪਮੈਂਟ ਦੀ ਇਹ ਧਾਰਨਾ ਨੂੰ ਜੋ ਜਿਹੜੀ ਹੈ 80 ਵਿੱਚ ਇਸ ਧਾਰਨਾ ਦਾ ਜਨਮ ਹੋਇਆ ਜਦੋਂ ਉਦਯੋਗਿਕਕਰਨ ਦੇ ਕਾਰਨ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਟੈਂਪਰੇਚਰ ਵੱਧ ਰਿਹਾ ਸੀ ਕੁਦਰਤੀ ਸਾਧਨਾਂ ਦਾ ਸ਼ੋਸ਼ਣ ਹੋ ਰਿਹਾ ਸੀ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਸੀ ਨੇਚਰਲ ਸਰਸਸ ਦੀ ਬਰਬਾਦੀ ਹੋ ਰਹੀ ਸੀ ਤਾਂ ਉਹਦੇ ਧਾਰਨਾ ਦਾ ਜਨਮ ਹੋਇਆ ਧਿਆਨ ਰੱਖਣਾ ਹੈ 1987 ਦੇ ਵਿੱਚ ਇਹ ਧਾਰਨਾ ਜਨਮ ਹੋਈ ਹੈ ਤੇ ਇਹ ਵਰਤਮਾਨ ਪੀੜ੍ਹੀ ਦੇ ਨਾਲ-ਨਾਲ ਭਵਿੱਖ ਦੀ ਪੀੜ੍ਹੀਆਂ ਲੋੜਾਂ ਨੂੰ ਵੀ ਧਿਆਨ ਵਿੱਚ ਰੱਖਦੀ ਹੈ ਇਸ ਤੋਂ ਬਿਨਾਂ ਕੁਦਰਤੀ ਸਾਧਨਾਂ ਦੀ ਸੰਜਮ ਨਾਲ ਵਰਤੋਂ ਕਰਨ ਤੇ ਜ਼ੋਰ ਦਿੰਦੀ ਹੈ ਇਸ ਤੋਂ ਇਲਾਵਾ ਵਾਤਾਵਰਨ ਨੂੰ ਫ੍ਰੀ ਫ੍ਰੋਮ ਪੋਲੂਸ਼ਨ ਤੇ ਵੀ ਇਹ ਜਾਦਾ ਸਟ्रेस ਜਿਹੜੀ ਧਾਰਨਾ ਦਿੰਦੀ ਹੈ ਯੋਜਨਾ ਅਜੋਕ ਕਦੋਂ ਬਣਿਆ ਹਾਂਜੀ ਪਲਾਨਿੰਗ ਕਮਿਸ਼ਨ ਦੀ ਜਿਹੜੀ ਸਥਾਪਨਾ ਹੈ 1950 ਦੇ ਵਿੱਚ ਹੋਈ ਪਹਿਲੀ ਯੋਜਨਾ 1951 ਤੋਂ 55 ਤੱਕ ਹੋਈ ਪਹਿਲੀ ਯੋਜਨਾ ਬਾਰੇ ਮਹੱਤਵਪੂਰਨ ਪਹਿਲੂ ਇਹ ਹੈ ਕਿ ਇਹ ਖੇਤੀ ਦੇ ਵਿਕਾਸ ਦੇ ਆਧਾਰ ਸੀ ਤੇ ਜਿਹੜਾ ਮਾਡਲ ਬਣਾਇਆ ਗਿਆ ਸੀ ਹੈਰਡ ਐਂਡ ਡੋਮਰ ਮਾਡਲ ਤੇ ਆਧਾਰ ਸੀ ਦੂਸਰੀ ਜਿਹੜੀ ਪੰਜ ਸਾਲਾ ਯੋਜਨਾ ਹੈ ਜਿਹਦਾ ਟਾਈਮ ਪੀਰੀਅਡ 1956 ਤੋਂ ਲੈ ਕੇ 61 ਤੱਕ ਹੈ ਇਹ ਛੋਟੇ ਲਘੂ ਉਦਯੋਗ ਤੇ ਵੱਡੇ ਉਦਯੋਗਾਂ ਦੇ ਵਿਕਾਸ ਤੇ ਆਧਾਰਿਤ ਸੀ ਤੇ ਇਹ ਮਹਾ ਲਾਉਨੋ ਬਿਸ ਮਾਡਲ ਠੀਕ ਇੰਝ ਰੱਖ ਲੈਣਾ ਮਹਾ ਲਾਣੋ ਬਿਸ ਮਾਡਲ ਦੇ ਆਧਾਰ 'ਤੇ ਇਹ ਥੋੜੇ ਜਿ ਇੰਪੋਰਟੈਂਟ ਤੇ ਜਟਿਲ ਸਵਾਲ ਹੈ ਪਰ ਇਗਜ਼ਾਮ ਦੇ ਪੁਆਇੰਟ ਆਫ View ਤੋਂ ਇੰਪੋਰਟੈਂਟ ਹੈ ਹਾਂਜੀ ਆਜ਼ਾਦੀ ਸਮੇਂ ਭਾਰਤੀ ਅਰਥਵਿਵਸਥਾ ਕਿਹੋ ਜੀ ਸੀ ਅਲਪ ਵਿਕਸਤ ਸੀ ਅਰਧ ਸੰਤਤੀ ਸੀ ਗਤੀਹੀਣ ਸੀ ਅਲਪ ਵਿਕਸਤ ਬਾਰੇ ਮੈਂ ਦੱਸ ਚੁੱਕਿਆ ਤੁਹਾਨੂੰ ਅਰਧ ਸੰਤਤੀ ਦਾ ਮਤਲਬ ਇਹ ਹੈ ਨਾ ਤਾਂ ਇਹ ਪੂਰੀ ਤਰ੍ਹਾਂ ਸਮਾਤਵਾਦੀ ਸੀ ਜ਼ਗੀਰਦਾਰੀ ਸੀ ਤੇ ਨਾ ਹੀ ਪੂਰੀ ਤਰ੍ਹਾਂ ਪੂੰਜੀਵਾਦੀ ਸੀ ਠੀਕ ਹੈ ਜੀ ਇਹ ਦੋਹਾਂ ਦਾ ਮਿਲਿਆ ਜੁਲਿਆ ਰੂਪ ਸੀ ਇਸ ਕਰਕੇ ਸੈਮੀ ਫਿਊਡਲਿਜ਼ਮ ਇਕਨੋਮੀ ਸੀ ਤੇ ਗਤੀਹੀਣ ਇਕਨੋਮੀ ਕਿਹੜੀ ਹੁੰਦੀ ਹੈ ਜਿਹੜੀ ਹੈਗੀ ਨਾ ਮਾਤਰ ਹੁੰਦੀ ਹੈ ਲਗਭਗ 100 ਸਾਲਾਂ ਦੇ ਸਮੇਂ ਦੇ ਵਿੱਚ ਜਿਹੜੀ ਆਮਦਨ ਦੀ ਵਾਧਾ ਦਰ 0.5 ਜਿਹੜੀ ਹੁੰਦੀ ਹੈ ਠੀਕ ਹੈ ਜੀ ਉਹਨੂੰ ਆਪਾਂ ਗਤੀਹੀਨ ਜਾਂ ਖੜੋਤ ਅਰਥਵਸਥਾ ਜਾਂ ਸਟੈਗਨਟ ਇਕਨੋਮੀ ਕਹਿੰਦੇ ਨੇ ਹਾਂਜੀ ਇਹਦਾ ਉੱਤਰ ਬਣੇਗਾ ਪ੍ਰੋਬਲ ਸਾਰੇ ਹਾਂਜੀ ਬਰੋਜ਼ਗਾਰ ਵਿਅਕਤੀਆਂ ਦੀ ਸੰਖਿਆ ਬਰਾਬਰ ਮਜ਼ਦੂਰ ਸ਼ਕਤੀ ਮਾਈਨਸ ਕੀ ਆਏਗਾ ਹਾਂਜੀ ਇਹ ਬਹੁਤ ਇੰਪੋਰਟੈਂਟ ਸਵਾਲ ਹੈ ਕਿ ਅਕਸਰ ਹੀ ਬੱਚੇ ਕਨਫਿਊਜ਼ ਹੋ ਜਾਂਦੇ ਆ ਮੈਂ ਥੋੜਾ ਜਿਆਦਾ ਨੂੰ ਐਕਸਪਲੇਨ ਇੱਥੇ ਕਰਨਾ ਚਾਹਾਂਗਾ ਬਈ ਆਪਣੇ ਪਿੰਡ ਦੇ ਵਿੱਚ ਇਕ ਕੋਈ ਦਰਖਤ ਹੁੰਦਾ ਆਮ ਤੌਰ ਤੇ ਬੋਰਡ ਜਾਂ ਪੀਪਲ ਦਾ ਦਰਖਤ ਜਿੱਥੇ ਸਵੇਰੇ ਮਜ਼ਦੂਰ ਆ ਕੇ ਖੜਦੇ ਆ 8 ਵਜੇ ਤੋਂ ਪਹਿਲਾਂ ਤੇ 8 ਵਜੇ ਉਹ ਕੰਮ ਤੇ ਚਲੇ ਜਾਂਦੇ ਆ ਸਪੋਜ਼ ਕਰੋ ਤੁਹਾਡੇ ਪਿੰਡ ਦੇ ਵਿੱਚ 80 ਜਣੇ ਅੱਜ ਸਵੇਰੇ ਬੋਰਡ ਦੇ ਦਰਖਤ ਹੇਠ ਕੰਮ ਕਰਨ ਦੇ ਲਈ ਆਏ ਠੀਕ ਹੈ ਜੀ ਉਹ 80 ਜਣੇ ਜਿਹੜੇ ਆਏ ਸੀਗੇ ਉਹਨੂੰ ਆਪਾਂ ਲੇਬਰ ਫੋਰਸ ਕਹਾਂਗੇ ਠੀਕ ਹੈ ਜੀ ਉਹਨੂੰ ਕਹਾਂਗੇ ਮਜ਼ਦੂਰ ਸ਼ਕਤੀ ਜਾਂ ਕਿਰਤ ਸ਼ਕਤੀ ਕਲੀਅਰ ਹੋ ਗਿਆ ਉਸ ਤੋਂ ਬਾਅਦ ਕੀ ਹੋਇਆ ਜਦੋਂ 8:10 ਹੋ ਗਏ ਤਾਂ ਉਹਨਾਂ 80ਾਂ ਦੇ ਵਿੱਚੋਂ 70 ਜਣੇ ਕੰਮ ਤੇ ਚਲੇ ਗਏ ਠੀਕ ਹੈ ਜਿਹੜੇ ਕੰਮ ਤੇ ਚਲੇ ਗਏ ਉਹਨੂੰ ਆਪਾਂ ਕਵਾਂਗੇ ਵਰਕ ਫੋਰਸ ਕਿਰਤ ਕੰਮ ਸ਼ਕਤੀ ਕਾਰਜ ਸ਼ਕਤੀ ਜਿਹੜੇ ਕਿ ਐਕਚੁਅਲ ਦੇ ਵਿੱਚ ਕੰਮ ਕਰ ਰਹੇ ਐ 10 ਉੱਥੇ ਬੋਰਡ ਦੇ ਥੱਲੇ ਹੀ ਖੜੇ ਰਹਿ ਗਏ ਉਹ 10 ਜਿਹੜੇ ਖੜੇ ਰਹਿ ਗਏ ਉਹਨੂੰ ਆਪਾਂ ਕਵਾਂਗੇ ਬੇਰੋਜ਼ਗਾਰਾਂ ਦੀ ਗਿਣਤੀ ਫਿਰ ਬੇਰੋਜ਼ਗਾਰਾਂ ਦੀ ਗਿਣਤੀ ਕਿਵੇਂ ਬਣੇਗੀ 80 70 70 ਜਿਹੜੇ ਕੰਮ ਤੇ ਚਲੇ ਗਏ ਠੀਕ ਹੈ ਜੀ ਹੁਣ ਜਿਹੜੇ 80 ਸੀਗੇ ਉਹ ਤਾਂ ਹੋ ਗਈ ਆਪਣੇ ਕੋਲ ਲੇਬਰ ਫੋਰਸ ਤੇ ਜਿਹੜੀ ਕੰਮ ਤੇ ਗਈ ਸੀਗੀ ਉਹ 70 ਸੀ ਉਹ ਸੀ ਵਰਕ ਫੋਰਸ ਦੋਨੀਆਂ ਮਾਈਨਸ ਕਰ ਜਿੱਦਾਂ ਆਪਣੇ ਕੋਲ ਆ ਜੇ ਕੀ ਨੰਬਰ ਆਫ ਅਨ EMPLOIED ਨੈਕਸਟ ਹੈ ਜੀ ਇੱਕ ਰਾਸ਼ਟ੍ਰ ਵਿੱਚ ਔਰਤਾਂ ਨੂੰ ਘੱਟ ਰੋਜ਼ਗਾਰ ਮਿਲਣਾ। ਹਾਂਜੀ ਇਹ ਕਿਸ ਚੀਜ਼ ਦਾ ਪ੍ਰਤੀਕ ਹੈ? ਇਸ ਗੱਲ ਦਾ ਪ੍ਰਤੀਕ ਹੈ ਵੀ ਉੱਥੇ ਆਰਥਿਕ ਪਛੜਾਪਨ ਹੈ। ਵੀ ਬੰਦਿਆਂ ਨੂੰ ਤਾਂ ਕੰਮ ਮਿਲਦਾ ਨਹੀਂ, ਲੇਡੀਆਂ ਨੂੰ ਕੰਮ ਕਿੱਥੇ ਮਿਲ ਜੇਗਾ? ਦੂਸਰਾ ਇੱਥੇ ਇਹ ਵੀ ਹੋ ਸਕਦਾ ਹੈ ਵੀ ਉੱਥੇ ਕੰਮ ਬਹੁਤ ਹੋਵੇ ਪਰ ਲੇਡੀਆਂ ਜਿਹੜੀਆਂ ਉਹਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ। ਠੀਕ ਹੈ ਜੀ। ਉਹਨਾਂ ਨੂੰ ਘੁੰਗੜ ਵਿੱਚ ਹੀ ਰਹਿਣਾ ਪੈ ਰਿਹਾ। ਇਹਦਾ ਮਤਲਬ ਉੱਥੇ ਸਮਾਜਿਕ ਪਛੜਾਪਨ ਵੀ ਪਾਇਆ ਜਾ ਰਿਹਾ। ਸਮਾਜ ਦੇ ਵਿੱਚ ਜਿਹੜੀ ਵਿਚਾਰਧਾਰਾ ਜਿਹੜੀ ਉਹ ਰੂੜੀਵਾਦੀ ਹੈ। ਠੀਕ ਹੈ ਜੀ। ਇਹਦਾ ਮ ਸਮੇਂ ਦੇ ਨਾਲ ਮਾਨਵ ਪੂੰਜੀ ਦੇ ਸਟਾਕ ਵਿੱਚ ਹੋਣ ਵਾਲੀ ਵਾਧੇ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ ਇਹ ਬਹੁਤ ਇੰਪੋਰਟੈਂਟ ਹੈ ਧਿਆਨ ਰੱਖ ਲੈਣਾ ਇਹਨੂੰ ਆਪਾਂ ਹਿਊਮਨ ਕੈਪੀਟਲ ਫਾਰਮੇਸ਼ਨ ਕਹਿੰਦੇ ਆ ਜਦੋਂ ਮਨੁੱਖੀ ਪੂੰਜੀ ਦੇ ਸਟਾਕ ਵਿੱਚ ਵਾਧਾ ਹੁੰਦਾ ਹੈ ਸਮੇਂ ਦੇ ਨਾਲ ਨਾਲ ਤਾਂ ਉਹਨੂੰ ਕੀ ਕਵਾਂਗੇ ਆਪਾਂ ਮਾਨਵ ਪੂੰਜੀ ਨਿਰਮਾਣ ਇਹ ਮਾਨਵ ਪੂੰਜੀ ਨਿਰਮਾਣ ਦੇ ਦੋ ਮਤੰਪੂਰਨ ਕਟਕ ਹੈ ਉਹ ਹੈ ਇੱਕ ਸਿੱਖਿਆ ਤੇ ਦੂਸਰਾ ਹੈ ਸਿਹਤ ਇਹ ਦੋਨੋਂ ਹੀ ਕਟ ਇੰਪੋਰਟੈਂਟ ਰੋਲ ਪਲੇ ਕਰਦੇ ਆ ਹਿਊਮਨ ਕੈਪੀਟਲ ਫਾਰਮੇਸ਼ਨ ਵਿੱਚ ਤਾਂ ਨਵੇਂ ਵਿਕਾਸ ਦੀ ਜ਼ਰੂਰੀ ਸ਼ਰਤ ਕੀ ਹੈ ਗੱਲ ਹੋ ਰਹੀ ਹੈ ਸਸਟੇਨੇਬਲ ਡਵੈਲਪਮੈਂਟ ਦੀ ਅੱਜ ਇਹਦੇ ਬਾਰੇ ਮੈਂ ਕੁਝ ਤੁਹਾਨੂੰ ਦੱਸ ਚੁੱਕਿਆ ਸੀਗਾ ਵੀ ਇਹ ਜੀਵਨ ਦੀ ਕੁਆਲਿਟੀ ਆਫ ਲਾਈਫ ਦੇ ਵਿੱਚ ਇੰਪਰੂਵਮੈਂਟ ਪ੍ਰਦੂਸ਼ਣ ਦੀ ਕਮੀ ਵਿੱਚ ਸੁਧਾਰ ਤੇ ਕੁਦਰਤੀ ਜਾਂ ਪ੍ਰਕਿਰਤਿਕ ਪੂੰਜੀ ਜਿਹਨੂੰ ਆਪਾਂ ਕੁਦਰਤੀ ਸਰੋਤ ਕਹਿੰਦੇ ਨੇ ਆ ਉਹਦੀ ਰੱਖਿਆ ਕਰਨੀ ਠੀਕ ਹੈ ਉਹਦੀ ਵੇਸਟੇਜ ਨਾ ਹੋਣ ਦੇਣੀ ਇਹਨਾਂ ਸਾਰੀਆਂ ਚੀਜ਼ਾਂ ਤੇ ਇਹ ਜ਼ੋਰ ਦਿੰਦਾ ਧਾਰਨੀ ਵਿਕਾਸ ਇਸ ਤੋਂ ਬਿਨਾਂ ਇਹ ਗੱਲ ਹੋਰ ਧਿਆਨ ਰੱਖਣੀ ਹੈ ਸਸਟੇਨੇਬਲ ਡਵੈਲਪਮੈਂਟ ਗੋਲ ਹੈ ਇਹਨਾਂ ਦੀ ਕੁੱਲ ਗਿਣਤੀ 17 ਸੀ ਤੇ ਟਾਰਗੇਟ ਜਿਹੜਾ ਮਿੱਥਿਆ ਗਿਆ ਸੀ 2 ਨੈਕਸਟ ਅਜੇ ਆਪਣੀ ਕੋਲ ਸਾਸ ਬੰਦ ਗੁਨਾਕਮ ਇਹ ਕਿਸੇ ਦੇ ਵਿੱਚ ਕਰ ਰਿਹਾ ਹੁੰਦਾ ਬਹੁਤ ਇੰਪੋਰਟੈਂਟ ਇੰਪੋਰਟੈਂਟ ਆ ਆਰ ਦੀ ਵੈਲਿਊ ਦੱਸਣੀ ਹੈ ਹਮੇਸ਼ਾ ਮਾਈਨਸ 1 ਤੇ ਪਲੱਸ 1 ਦੇ ਵਿੱਚ ਰਹਿੰਦੀ ਹੈ ক্লোਜ਼ਡ ਬ੍ਰੈਕਟ ਦੇ ਵਿੱਚ ਅਨਸਰ ਹੋਵੇ ਜੇ ਮੰਨ ਲਓ ਅਨਸਰ 2 ਆ ਗਿਆ ਇੱਕ ਓਪਨ ਬ੍ਰੈਕਟ ਜਿਹਨੂੰ ਆਪਾਂ ਗੋਲ ਬ੍ਰੈਕਟ ਕਹਿੰਦੇ ਨੇ ਉਹਦੇ ਵਿੱਚ ਉੱਤਰ ਆ ਗਿਆ ਮਾਈਨਸ 1 ਪਲੱਸ 1 ਇੱਕ ਅਗਰ ਚੌਰਸ ਬ੍ਰੈਕਟ ਦੇ ਵਿੱਚ ਤਾਂ ਆਪਾਂ ਉੱਤਰ ਲਗਾ ਕੇ ਉਹਨਾ ਚੌਰਸ ਬ੍ਰੈਕਟ ਦੇ ਵਿੱਚ ਮਾਈਨਸ 1 ਪਲੱਸ 1 ਠੀਕ ਹੈ ਧਿਆਨ ਚ ਰੱਖ ਲੈਣਾ ਬਾਜ਼ਾਰ ਕੀਮਤ ਅਤੇ ਸਾਧਨ ਲਾਗਤ ਧਾਰਨਾਵਾਂ ਵਿੱਚ ਅੰਤਰ ਦੱਸਣਾ ਜ ਗੱਲ ਹੋ ਰਹੀ ਹੈ ਐਮਪੀ ਤੇ ਐਫਸੀ ਹਾਂਜੀ ਐਮਪੀ ਤੇ ਐਫਸੀ ਦੀ ਗੱਲ ਹੋ ਰਹੀ ਹੈ ਤਾਂ ਇਹ ਪੁਆਇੰਟ ਨੰਬਰ ਜਿਹੜਾ 5 ਹੈ ਜਦੋਂ ਆਪਾਂ 465 ਫਾਰਮੂਲਾ ਇੰਪਲੀਮੈਂਟ ਕਰਦੇ ਹਾਂ ਤਾਂ ਉਹਦੇ ਵਿੱਚ ਦੇਖੋ ਕਿੱਥੇ ਹੁੰਦੀ ਹੈ ਅ ਐਨ ਸੌਰੀ ਜੀ ਗ੍ਰੋਸ ਹੋ ਗਿਆ ਤੇ ਐਨ ਤੇ ਨੈਸ਼ਨਲ ਹੋ ਗਿਆ ਤੇ ਐਮਪੀ ਐਮਪੀ ਤੇ ਨੰਬਰ ਤੇ ਹੁੰਦੀ ਹੈ 465 ਤੇ ਪੁਆਇੰਟ ਨੰਬਰ 5 ਪੁਆਇੰਟ ਨੰਬਰ 5 ਆਪਣੇ ਕੋਲ ਕੀ ਹੁੰਦਾ 14% ਇਸ ਵਾਲ ਡਾਕਟਰ ਬਣੇਗਾ 14% ਵਾਸਤਵਿਕ ਰਾਸ਼ਟਰੀ ਆਮਦਨ ਦੋ ਪ੍ਰਕਾਰ ਦੀ ਰਾਸ਼ਟਰੀ ਆਮਦਨ ਆਮਦਨ ਹੁੰਦੀ ਹੈ ਇੱਕ ਰੀਅਲ ਨੈਸ਼ਨਲ ਇਨਕਮ ਹੁੰਦੀ ਹੈ ਦੂਸਰੀ ਨੋਮੀਨਲ ਨੈਸ਼ਨਲ ਇਨਕਮ ਹੁੰਦੀ ਹੈ ਜਿਹਨੂੰ ਮੋਦਰੀਕ ਰਾਸ਼ਟਰੀ ਆਮਦਨ ਕਹ ਦਿੰਦੇ ਆ ਜਿਹੜੀ ਵਾਸਤਵਿਕ ਹੁੰਦੀ ਆ ਉਹ ਸਥਿਰ ਕੀਮਤਾਂ ਦੀ ਹੁੰਦੀ ਆ ਧਿਆਨ ਰੱਖ ਲੈਣਾ ਜਿਹੜੀ ਹੁੰਦੀ ਆ ਨੋਮੀਨਲ ਜ ਜਿਹਨੂੰ ਆਪਾਂ ਚਾਲੂ ਰਾਸ਼ਟਰੀ ਆਮਦਨ ਕਹ ਦਿੰਦੇ ਆ ਤਾਂ ਉਹ ਹੁੰਦੀ ਆ ਜੀ ਚਾਲੂ ਕੀਮਤਾਂ ਤੇ ਠੀਕ ਹੈ ਜੀ ਕਿਹੜੀ ਨੀਤੀ ਸਰਕਾਰ ਦੀ ਆਮਦਨ ਦੇ ਖਰਚ ਨਾਲ ਸੰਬੰਧਿਤ ਹੈ ਹਾਂਜੀ ਰਾਜਕੋਸ਼ੀ ਨੀਤੀ ਹੈ ਜਿਹੜੀ ਉਹ ਆਮਦਨ ਤੇ ਖਰਚ ਨਾਲ ਸੰਬੰਧਿਤ ਹੁੰਦੀ ਹੈ ਇਸੇ ਨੂੰ ਵਿੱਤੀ ਨੀਤੀ ਵੀ ਕਹ ਦਿੰਦੇ ਆ ਫਿਸਕਲ ਪਾਲਿਸੀ ਜਿਹੜੀ ਹੁੰਦੀ ਹੈ ਮੋਦਰੀਕ ਨੀਤੀ ਇਹ ਦੋ ਗੱਲਾਂ ਤੇ ਜ਼ੋਰ ਦਿੰਦੀ ਹੈ ਇੱਕ ਤਾਂ ਮੁਦਰਾ ਦੀ ਸਪਲਾਈ ਤੇ ਠੀਕ ਹੈ ਤੇ ਦੂਸਰਾ ਹੈ ਵਿਆਜ ਦੀ ਦਰ ਤੇ ਇਹਦਾ ਮਤਲਬ ਉਹ ਨੀਤੀ ਸਰਕਾਰ ਦੀ ਜਿਹੜੀ ਕਿ ਵਿਆਜ ਦੀ ਦਰ ਅਤੇ ਮੁਦਰਾ ਦੀ ਪੂਰਤੀ ਨਾਲ ਸੰਬੰਧਤ ਹੈ ਉਹਨੂੰ ਆਪਾਂ ਮੋਦਰੀਕ ਨੀਤੀ ਕਹਾਂਗੇ ਹਾਂਜੀ ਵਿਦੇਸ਼ੀ ਨੀਤੀ ਜਿਹੜੀ ਇਹ ਐਕਸਟਰਨਲ ਅਫੇਅਰ ਜਿਹੜੇ ਇੱਕ ਦੇਸ਼ ਦੇ ਦੂਜੇ ਦੇਸ਼ਾਂ ਨਾਲ ਜਿਹੜੇ ਸਬੰਧ ਹੁੰਦੇ ਆ ਉਸ ਸਬੰਧਾਂ ਦੀ ਨੀਤੀ ਨੂੰ ਆਪਾਂ ਵਿਦੇਸ਼ ਨੀਤੀ ਕਹਿੰਦੇ ਆ ਜਦੋਂ ਕੁੱਲ ਮੰਗ ਕੁੱਲ ਪੂਰਤੀ ਤੋਂ ਵੱਧ ਹੁੰਦੀ ਹੈ ਠੀਕ ਹੈ ਜੀ ਇਹ ਸਵਾਲਾਂ ਦੇ ਉੱਤਰ ਕਾਲੀ ਵਿੱਚ ਨਹੀਂ ਦੇਤੇ ਉਹਨੇ ਸਟੇਟਮੈਂਟ ਨੂੰ ਧਿਆਨ ਨਾਲ ਸਮਝ ਕੇ ਫਿਰ ਉੱਤਰ ਦੇਣੇ ਆ ਉਹ ਗੱਲ ਕਹਿ ਰਹੇ ਆ ਕੁੱਲ ਮੰਗ ਤੇ ਹੀ ਆਪਾਂ ਜ਼ੋਰ ਦੇਣਾ ਜੇ ਕੁੱਲ ਮੰਗ ਵੱਧ ਹੈ ਤਾਂ ਉਹ ਵੱਧ ਮੰਗ ਦੀ ਸਮੱਸਿਆ ਹੈ ਜੇ ਕੁੱਲ ਮੰਗ ਘੱਟ ਹੈ ਤਾਂ ਘਟ ਮੰਦੀ ਸਮੱਸਿਆ ਹੈ ਨਹੀਂ ਦੇ ਵਿੱਚ ਕਿਹਾ ਗਿਆ ਕੁੱਲ ਮੰਗ ਕੁੱਲ ਪੂਰਤੀ ਤੋਂ ਵੱਧ ਹੈ ਇਹਦਾ ਮਤਲਬ ਇਹ ਵੱਧ ਮੰਗ ਦੀ ਸਮੱਸਿਆ ਹੈ ਪਰ ਇੱਕ ਕੀ ਹੈ ਹਾਂਜੀ ਕਰਾ ਜਿਹੜਾ ਉਹ ਜ਼ਰੂਰੀ ਭੁਗਤਾਨ ਨਹੀਂ ਹੈ ਤੇ ਨਾਲ-ਨਾਲ ਕਾਨੂੰਨੀ ਭੁਗਤਾਨ ਨਹੀਂ ਹੈ ਠੀਕ ਹੈ ਜਰੂਰੀ ਤੇ ਕਾਨੂੰਨੀ ਭੁਗਤਾਨ ਹੈ ਆਮਦਨ ਦੀ ਆਸਮਾਨ ਬੰਦ ਨੂੰ ਕੱਟ ਕੀਤਾ ਜਾ ਸਕਦਾ ਹੈ ਆਮਦਨ ਦੀ ਆਸਮਾਨਮੰਡ ਦਾ ਮਤਲਬ ਅਮੀਰਾਂ ਕੋਲ ਪੈਸਾ ਦਿਨੋ ਦਿਨ ਵਧਦਾ ਜਾਵੇ ਗਰੀਬਾਂ ਕੋਲ ਘਟਦਾ ਜਾਵੇ ਇਹਨੂੰ ਆਮਦਨ ਦੀ ਆਸਮਾਨਮੰਡ ਕਹਿੰਦੇ ਆ ਇਹਦੇ ਲਈ ਪ੍ਰੋਗਰੈਸਿਵ ਟੈਕਸ ਜਿਹੜੀ ਪ੍ਰਗਤੀਸ਼ੀਲ ਕਰਨ ਅਪਣਾ ਲਈ ਨੂੰ ਅਪਣਾਇਆ ਜਾਂਦਾ ਹੈ ਇਸ ਵਿੱਚ ਅਮੀਰਾਂ ਤੇ ਭਾਰੀ ਟੈਕਸ ਲੱਗਦੇ ਆ ਤੇ ਉਹ ਟੈਕਸ ਦੇ ਥਰੂ ਸਰਕਾਰ ਆਮਦਨ ਖਚਲਿੰਦੀ ਅਮੀਰਾਂ ਤੋਂ ਤੇ ਉਹਦੇ ਨਾਲ ਗਰੀਬਾਂ ਦੇ ਲਈ ਲੋਕ ਪਲੇ ਸਕੀਮਾਂ ਉਸ ਪੈਸੇ ਨਾਲ ਚਲਾਈਆਂ ਜਾ ਸਕਦੀਆਂ ਆ ਤਾਂ ਅਮੀਰਾਂ ਤੋਂ ਪੈਸਾ ਖਿੱਚ ਕੇ ਗਰੀਬਾਂ ਦੇ ਵਿੱਚ ਵੰਡਿਆ ਜਾ ਸਕਦਾ ਟਕਸਾਲੀ ਦਰ ਤੋਂ ਕੀ ਭਾਵ ਹੈ ਹਾਂਜੀ ਇਹ ਟਕਸਾਲੀ ਬਹੁਤ ਇੰਪੋਰਟੈਂਟ ਹੈ ਵੀ ਦ ਦਰ ਕੀ ਨਿਹਾ ਹਾਂਜੀ ਨੈਕਸਟ ਸਟੇਜ ਜਿਹਨੇ ਕੋਲ ਬਚਤ ਕੀ ਹੈ ਹਾਂਜੀ ਸੇਵਿੰਗ ਜਿਹੜੀ ਉਹ ਥਿਆ ਰੱਖਣਾ ਹੈ ਆਮਦਨਾਂ ਜਿਹੜੀ ਉਹ ਵੀ ਪ੍ਰਵਾਹ ਹੁੰਦੀ ਆ ਆਮਦਨ ਦੇ ਦੋ ਕੰਪੋਨੈਂਟ ਹੁੰਦੇ ਆ ਜਦਾ ਵਿਅਕਤੀ ਖਰਚ ਕਰਦਾ ਹੈ ਜਾਂ ਬਚਾਉਂਦਾ ਹੈ ਇਹਦਾ ਮਤਲਬ ਖਰਚ ਤੇ ਬਚਤ ਇਹ ਵੀ ਪ੍ਰਵਾਹ ਹੋਣਗੇ ਬਚਤ ਨੂੰ ਗਾਂ ਆਪਾਂ ਨਿਵੇਸ਼ ਵਿੱਚ ਕਰ ਸਕਦੇ ਆ ਇਹਦਾ ਮਤਲਬ ਨਿਵੇਸ਼ ਵੀ ਪ੍ਰਵਾਹ ਹੋਏਗਾ ਨਿਵੇਸ਼ ਨੂੰ ਆਪਾਂ ਨਿਵੇਸ਼ ਆ ਜਿਹੜਾ ਉਹ ਪੂੰਜੀ ਨਿਰਮਾਣ ਨੂੰ ਅਧਾਰਿਤ ਕਰਦਾ ਹੈ ਠੀਕ ਹੈ ਜੀ ਪੂੰਜੀ ਨਿਰਮਾਣ ਵੀ ਕੀ ਹੋਏਗਾ ਆਪਣੇ ਕੋਲ ਪ੍ਰਵਾਹ ਉਹ ਥਿਆ ਰੱਖ ਲੋ ਆਮਦਨ ਆਪੋ ਖਰਚ ਬਚਤ ਨਵੇਸ਼ ਤੇ ਪੂੰਜੀ ਨਰਮਾਣ ਇਹ ਸਾਰੇ ਦੇ ਸਾਰੇ ਕੀ ਚੀਜ਼ ਆਪਣੇ ਕੋਲ ਪ੍ਰਵਾਹ ਹੈ ਤੇ ਨਾਲ ਨਾਲ ਧਿਆਨ ਰੱਖਣਾ ਜਿਹੜਾ ਬਚਤ ਹੈ ਉਹ ਵਾਪਸੀ ਜਾਂ ਲੀਕੇਜ ਦਾ ਵੀ ਕੰਮ ਕਰਦੀ ਹੈ ਹਾਂਜੀ ਇਹ ਉਹ ਆਰਥਿਕ ਚਾਰ ਹੁੰਦੇ ਆ ਵਾਪਸੀ ਜਿਹੜੇ ਕਿ ਆਮਦਨ ਦੇ ਚੱਕਰੀ ਪ੍ਰਵਾਹ ਨੂੰ ਛੋਟਾ ਕਰ ਦਿੰਦੇ ਆ ਜਾਂ ਉਸ ਦੇ ਰਣਾਤਮਕ ਪ੍ਰਭਾਵ ਹੁੰਦੇ ਆ ਠੀਕ ਹੈ ਜੀ ਉਹਨਾਂ ਨੂੰ ਆਪਾਂ ਵਾਪਸੀ ਕਹਿ ਦਿੰਨੇ ਆ ਲੀਕੇਜ ਕਹਿ ਦਿੰਨੇ ਆ ਰਿਸਾਬ ਕਹਿ ਦਿੰਨੇ ਆ ਇਹਦੇ ਵਿੱਚ ਬਚਤ ਵੀ ਆ ਜਾਂਦੀ ਹੈ ਤੇ ਇਹਦੇ ਵਿੱਚ ਆਯਾਤ ਆ ਜਾਂਦਾ ਇੰਪੋਰਟ ਆ ਜਾਂਦਾ ਤੇ ਟੈਕਸ ਸਰਕਾਰ ਦੁਆਰਾ ਲਗਾਏ ਜਾਣ ਵਾਲੇ ਇਹ ਆ ਜਾਂਦੇ ਆ ਇਸ ਸਵਾਲ ਦਾ ਰਾਈਟ ਉੱਤਰ ਹੋਏਗਾ ਜੀ ਇਸ ਵਿੱਚ ਕੀ ਕੀ ਸ਼ਾਮਲ ਕਰਾਂਗੇ ਆਪਾਂ ਅ ਪ੍ਰਵਾਹ ਤੇ ਵਾਪਸੀ ਇਹ ਦੋਨੋਂ ਠੀਕ ਹੋਣਗੇ ਵਧ ਮੰਗ ਦੀ ਸਮੱਸਿਆ ਹੁੰਦੀ ਹੈ ਜਦੋਂ ਹਾਂਜੀ ਵਧ ਮੰਗ ਦੀ ਸਮੱਸਿਆ ਕਦੋਂ ਹੋਏਗੀ ਜਦੋਂ ਵਧ ਮੰਗ ਵਧ ਹੋਏਗੀ ਕਿਹਦੇ ਨਾਲੋਂ ਕੁੱਲ ਪੂਰਤੀ ਨਾਲੋਂ ਕੁੱਲ ਮੰਗ ਵਧ ਹੋਏਗੀ ਕੁੱਲ ਪੂਰਤੀ ਨਾਲੋਂ ਐਮ ਪੀ ਸੀ ਇਕੁਅਲ ਟੂ 0.6 ਤੇ ਐਮ ਪੀ ਐਸ ਦਾ ਮੁੱਲ ਪਤਾ ਕਰੋ ਮੈਂ ਬਹੁਤ ਵਾਰੀ ਤੁਹਾਨੂੰ ਦੱਸਿਆ ਬਟਾ ਪੁਆਇੰਟ ਤੋਂ ਬਾਅਦ ਅੱਖਰ ਡਿਸਟ ਦੇਖੋ 2 ਹੈ 0 ਤੇ 6 ਇਹਦਾ ਮਤਲਬ 100 ਬਣਾਉਣਾ ਹੈ 06 ਦੇ ਵਿੱਚ ਕੀ ਜੋੜੀਏ ਕਿ 100 ਬਣ ਜੇ 94 ਇਹਦਾ ਮਤਲਬ 0.94 ਇਸ ਵਾ ਦਾ ਰਾਈਟ ਅਨਸਰ ਹੋਏਗਾ ਬਸਟ ਖਰਚ ਹੈ ਹਾਂ ਜਿਹੜਾ ਬਸਟ ਖਰਚ ਹੈ ਦੋ ਤਰ੍ਹਾਂ ਦੇ ਖਰਚਾਂ ਦਾ ਜੋੜ ਹੁੰਦਾ ਹੈ ਆਮਦਨ ਖਰਚ ਤੇ ਪੂੰਜੀਗਤ ਖਰਚ ਠੀਕ ਹੈ ਜੀ ਇਹ ਧਿਆਨ ਚ ਰੱਖ ਲੈਣਾ ਨੈਕਸਟ ਹੈ ਜੀ ਆਪਣੀ ਕੋਲ ਇਹ ਤਾਂ ਦਿੱਤੇ ਆ ਕਿਹੜਾ ਆਮਦਨ ਵਿਧੀ ਨਾਲ ਸੰਬੰਧਿਤ ਨਹੀਂ ਹੈ ਪਰਚਾਲਨ ਵਿਸ਼ੀ ਕਰਮਚਾਰੀਆਂ ਦਾ ਮਨਦਾਨਾ ਮਿਸ਼ਰਤ ਆਮਦਨ ਇਹ ਤਿੰਨੋਂ ਸੰਬੰਧਿਤ ਹੈ ਇਹਨਾਂ ਤਿੰਨਾਂ ਨੂੰ ਆਪਾਂ ਸਾਧਨ ਆਮਦਨ ਵੀ ਕਹਿ ਦਿੰਨੇ ਆ ਠੀਕ ਹੈ ਜੀ ਤੇ ਜਿਹੜਾ ਅਪੋਹ ਖਰਚਾ ਹੈ ਇਹ ਇੱਕਪੇ ਦਾ ਨੋਟ ਕੌਣ ਜਾਰੀ ਕਰਦਾ ਹੈ ਇਹ ਭਾਰਤ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਜਾਰੀ ਕੀਤਾ ਜਾਂਦਾ ਹੈ ਪਹਿਲੀ ਪੰਜ ਸਾਲਾ ਯੋਜਨਾ 1952 ਵਿੱਚ ਸ਼ੁਰੂ ਹੋਈ ਸੀ ਤੇ 1952 ਦੇ ਵਿੱਚ ਇਹ ਸਮਾਪਤ ਹੋਈ ਸੀ ਛੁਪੀ ਹੋਈ ਬੇਰੋਜ਼ਗਾਰੀ ਕਦੋਂ ਹੁੰਦੀ ਹੈ ਜਦੋਂ ਲੋੜ ਤੋਂ ਵੱਧ ਮਜ਼ਦੂਰ ਕੰਮ ਤੇ ਲੱਗੇ ਹੋਣ ਤਾਂ ਇਸ ਨੂੰ ਛੁਪੀ ਹੋਈ ਬੇਰੋਜ਼ਗਾਰੀ ਕਹਿੰਦੇ ਆ ਡਿਸਗਾਈਜ਼ਡ ਅਨਪਲਾਈਮੈਂਟ ਕਹਿੰਦੇ ਆ ਤੇ ਇਹ ਖੇਤੀਬਾੜੀ ਖੇਤਰ ਵਿੱਚ ਪਾਈ ਜਾਂਦੀ ਹੈ ਇੱਕ ਸਵਾਲ ਹੋਰ ਜਿਹੜਾ ਇੱਥੋਂ ਬੰਦਾ ਹੈ ਵੀ ਛੁਪੇ ਹੋਏ ਬੇਰੋਜ਼ਗਾਰਾਂ ਦੀ ਸਮਾਂਤ ਉਤਪਾਦਕਤਾ ਕਿੰਨੀ ਹੁੰਦੀ ਹੈ ਠੀਕ ਹੈ ਜੀ ਐਮਪੀ ਕਿੰਨੀ ਹੁੰਦੀ ਹੈ ਮ ਨਿਜੀਕਰਨ ਦਾ ਅਰਥ ਕੀ ਹੈ ਹਾਂਜੀ ਨਿਜੀਕਰਨ ਦਾ ਅਰਥ ਹੈ ਵੀ ਸਰਕਾਰੀ ਖੇਤਰ ਦੇ ਉਦਯੋਗਾਂ ਨੂੰ ਨਿੱਜੀ ਲੋਕਾਂ ਵੱਸਤੇ ਖੋਲ ਦੇਣਾ ਸਰਕਾਰੀ ਖੇਤਰ ਨੂੰ ਛੋਟਾ ਕਰਨਾ ਪ੍ਰਾਈਵੇਟ ਖੇਤਰ ਦਾ ਵਿਸਥਾਰ ਕਰਨਾ ਇਹਨੂੰ ਆਪਾਂ ਨਿਜੀਕਰਨ ਕਹਿੰਦੇ ਆ ਠੀਕ ਹੈ ਜੀ ਸਰਕਾਰੀ ਉਦਮ ਨੂੰ ਨਿੱਜੀ ਲੋਕਾਂ ਨੂੰ ਵੇਚਣਾ ਬਿਲਕੁਲ ਸਹੀ ਹੈ ਜੀ ਠੀਕ ਹੈ ਜੀ ਨਿੱਜੀ ਉਦਮਾਂ ਦਾ ਰਾਸ਼ਟਰੀਕਰਨ ਕਰਨਾ ਇਹਦਾ ਤਾਂ ਮਤਲਬ ਇਹ ਹੈ ਵੀ ਜਿੰਨੇ ਵੀ ਪ੍ਰਾਈਵੇਟ ਕੋਈ ਵੀ ਸਕੂਲ ਬੈਂਕ ਹੈ ਉਹਨਾਂ ਨੂੰ ਸਰਕਾਰ ਆਪ ਦੇ ਅਧੀਨ ਲੈ ਲਵੇ ਇਹ ਤਾਂ ਬਿਲਕੁਲ ਆਪੋਜ਼ਿਟ ਪੁਆਇੰਟ ਹੋ ਗਿਆ ਜੀ ਇੰਡੈਕਸ ਨੰਬਰ ਕਿੰਨੇ ਪ੍ਰਕਾਰ ਦੇ ਹੁੰਦੇ ਆ ਇਹ ਦੋ ਹੁੰਦੇ ਆ ਜੀ ਸਿੰਪਲ ਇੰਡੈਕਸ ਤੇ ਜਿਦੀ ਵੇਚ ਆਪਾਂ 14 ਦੀ ਵੈਲਿਊ ਯੂਜ਼ ਕਰਦੇ ਹਾਂ ਇੱਕ ਕੱਲੀ ਆਪਾਂ ਕੀਮਤੀ ਲੈਨੇ ਆ ਪੀ1 ਪੀ0 ਤੇ ਕੁਝ ਸਵਾਲ ਦੇ ਵਿੱਚ ਆਪਾਂ ਪੀ ਤੇ ਕਿਆ ਦੋਨੋਂ ਚੀਜ਼ਾਂ ਨੂੰ ਇਸਤੇਮਾਲ ਕਰਦੇ ਹਾਂ ਸਹਿਸਬੰਧ ਦਾ ਅਰਥ ਹੈ ਸਹਿਸਬੰਧ ਜਿਹੜਾ ਹੁੰਦਾ ਹੈ ਉਹ ਦੋ ਚਰਾਂ ਵਿੱਚ ਪਾਇਆ ਜਾਣ ਵਾਲਾ ਸੰਬੰਧ ਹੈ ਇਹ ਧਨਾਤਮਕ ਵੀ ਹੋ ਸਕਦਾ ਹੈ ਰਣਾਤਮਕ ਵੀ ਹੋ ਸਕਦਾ ਹੈ ਠੀਕ ਹੈ ਜੀ ਉਪਰੋਕਤ ਫਿਰ ਦੋਨੋਂ ਕਥਨਾ ਜਿਹੜੇ ਉਹ ਠੀਕ ਹੈ ਵਾਤਾਵਰਣ ਵਿੱਚ ਕਿਹੜੇ ਤੱਤ ਸ਼ਾਮਲ ਹੁੰਦੇ ਆ ਬਾਇਓਟਿਕ ਤੇ ਅਬਾਇਓਟਿਕ ਜੈਵਿਕ ਤੇ ਅਜੈਵਿਕ ਜੈਵਿਕ ਕਿਹੜੇ ਜਿਨ੍ਹਾਂ ਵਿੱਚ ਜੀਵਨ ਹੈਗਾ ਆ ਅਜੈਵਿਕ ਜਿਵੇਂ ਹਵਾ ਪਾਣੀ ਇਹ ਅਬਾਇਓਟਿਕ ਪਾਟ੍ਰਿਕ ਕਿੰਨੇ ਉਦਯੋਗਾਂ ਲਈ ਲਾਇਸੈਂਸ ਲੈਣਾ ਜ਼ਰੂਰੀ ਹੈ ਹਾਂਜੀ ਉਹ 5 ਉਦਯੋਗ ਜਿਨ੍ਹਾਂ ਲਈ ਲਾਇਸੈਂਸ ਲੈਣਾ ਜ਼ਰੂਰੀ ਹੈ ਹਾਂਜੀ ਨੈਕਸਟ ਸਟੇਜ ਜੀ ਆਪਣੇ ਕੋਲ ਇਹਨਾਂ ਵਿੱਚੋਂ ਕਿਹੜਾ ਗਰੀਬੀ ਦਾ ਪਹਿਲੂ ਨਹੀਂ ਹੈ ਹਾਂਜੀ ਸਾਪੇਖ ਗਰੀਬੀ ਚਰਕਾਲੀ ਗਰੀਬੀ ਨਰਪੇਖ ਗਰੀਬੀ ਇਹ ਤਿੰਨੇ ਦੇ ਤਿੰਨੇ ਜਿਹੜੇ ਗਰੀਬੀ ਦੇ ਜਿਹੜੇ ਪਹਿਲੂ ਹਨ ਇਸਵਾਲ ਦਾ ਰਾਈਟ ਪਰਮਣਗਾ ਇਨਾਂ ਵਿੱਚ ਕੋਈ ਨਹੀਂ ਸਮੇਂ ਦੇ ਨਾਲ ਮਾਣਮ ਪੂੰਜੀ ਦੇ ਸਟਾਕ ਵਿੱਚ ਹੋਣ ਵਾਲੇ ਵਾਧੇ ਨੂੰ ਆਪਾਂ ਹਿਊਮਨ ਕੈਪੀਟਲ ਫਾਰਮੇਸ਼ਨ ਕਹਿੰਦੇ ਆ। ਇੱਥਾ ਵਿੱਚੋਂ ਖੇਤੀ ਖੇਤਰ ਵਿੱਚ ਕਿਹੜੀ ਬੇਰੋਜ਼ਗਾਰੀ ਪਾਈ ਜਾਂਦੀ ਹੈ? ਖੇਤੀ ਖੇਤਰ ਵਿੱਚ ਆਦਰਿਸ਼ ਬੇਰੋਜ਼ਗਾਰੀ ਪਾਈ ਜਾਂਦੀ ਹੈ ਤੇ ਸੀਜ਼ਨਲ ਮੌਸਮੀ ਬੇਰੋਜ਼ਗਾਰੀ ਦੋ ਤਰ੍ਹਾਂ ਦੀਆਂ ਬੇਰੋਜ਼ਗਾਰੀਆਂ ਪਈ ਹੁੰਦੀਆਂ। ਹਾਂਜੀ ਸਿੱਖੇਤ ਬੇਰੋਜ਼ਗਾਰੀ ਤੇ ਅਯੋਗਿਕ ਬੇਰੋਜ਼ਗਾਰੀ ਇਹ ਛਾਲੀ ਖੇਤਰ ਵਿੱਚ ਪਾਈ ਜਾਂਦੀ ਹੈ। ਸਰਚਨਾਤਮਕ ਬੇਰੋਜ਼ਗਾਰੀ ਕੀ ਚੀਜ਼ ਹੈ? ਜਦੋਂ ਅਰਥਵਿਵਸਥਾ ਦੀ ਸਰਚਨਾ ਵਿੱਚ ਪਰਵਰਤਨ ਆਉਣ ਦੇ ਲੋਕਾਂ ਦਾ ਬੇਰੋਜ਼ਗਾਰ ਹੋਣਾ ਤੁਸੀਂ ਦੇਖਦੇ ਹੋਵੋਗੇ ਵੀ ਪਹਿਲਾਂ ਘਰਾਂ ਵਿੱਚ ਬਲੈਕ ਐਂਡ ਵਾਈਟ ਟੀਵੀ ਹੁੰਦੇ ਸੀ ਠੀਕ ਹੈ ਅੱਜ ਬਲੈਕ ਐਂਡ ਵਾਈਟ ਟੀਵੀ ਜਿਹੜੀਆਂ ਉਹਦੀਆਂ ਸਾਰੀਆਂ ਇੰਡਸਟਰੀਆਂ ਜਿਹੜੀਆਂ ਉਹ ਖਤਮ ਹੋ ਗਈਆਂ ਉਹ ਸਾਰੇ ਕਾਰੀਗਰ ਜਿਹੜੇ ਬਲੈਕ ਐਂਡ ਵਾਈਟ ਟੀਵੀ ਠੀਕ ਕਰ ਰਹੇ ਸੀ ਉਹ ਬੇਰੋਜ਼ਗਾਰ ਹੋ ਗਏ ਠੀਕ ਹੈ ਜੀ ਤੇ ਤਕਨੀਕ ਵਿੱਚ ਪਰਵਰਤਨ ਆਉਣਾ ਇਹਦਾ ਮੁੱਖ ਕਾਰਨ ਹੈ ਠੀਕ ਹੈ ਉਸ ਤੋਂ ਬਾਅਦ ਹੈ ਜੀ ਜੇਕਰ ਐਮ ਪੀ ਐਸ 0.5 ਹੋਵੇ ਤਾਂ ਗੁਣਕ ਦਾ ਮੁੱਲ ਦੱਸਣਾ ਹਾਂਜੀ ਫਾਰਮੂਲਾ ਕੇ ਬਰਾਬਰ ਹੁੰਦਾ ਹੈ 1/ਐਮ ਪੀ ਐਸ ਠੀਕ ਹੈ ਜੀ ਜੇ ਜਦੋਂ ਆਪਾਂ ਨੂੰ ਸੋਲਵ ਕਰਾਂ ਹਾਂਜੀ ਗੱਲ ਹੋ ਰਹੀ ਹੈ ਵਸਤੂਆਂ ਦੇ ਆਜ਼ਾਦ ਤੇ ਨਰਜਾਤ ਯਾਨੀ ਕਿ ਦ੍ਰਿਸ਼ ਵਸਤੂਆਂ ਦੀ ਗੱਲ ਹੋ ਰਹੀ ਹੈ ਤੇ ਤਾਂ ਉਹਨੂੰ ਆਪਾਂ ਕਵਾਂਗੇ ਵਪਾਰ ਬਾਕੀ ਇਹ ਵੀ ਬਹੁਤ ਇੰਪੋਰਟੈਂਟ ਹੈ ਠੀਕ ਹੈ ਜੀ ਇਹ ਵੀ ਪੁੱਛਿਆ ਜਾਂਦਾ ਵੀ ਇਹ ਵਪਾਰ ਬਾਕੀ ਅਨੁਕੂਲ ਹੈ ਜਾਂ ਪ੍ਰਤੀਕੂਲ ਹੈ ਇਹ ਵੀ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿਆਂ ਜਦੋਂ ਨਰਜਾਤ ਵੱਧ ਹੁੰਦਾ ਹੈ ਉਦੋਂ ਵਪਾਰ ਬਾਕੀ ਅਨੁਕੂਲ ਹੁੰਦਾ ਹੈ ਫੇਵਰੇਬਲ ਹੁੰਦਾ ਹੈ ਠੀਕ ਹੈ ਜੀ ਜਦੋਂ ਆਜ਼ਾਦ ਵੱਧ ਹੁੰਦੇ ਆ ਨਰਜਾਤਾਂ ਨਾਲੋਂ ਉਦੋਂ ਵਪਾਰ ਬਾਕੀ ਪ੍ਰਤੀਕੂਲ ਹੁੰਦਾ ਹੈ ਠੀਕ ਹੈ ਜੀ ਧਿਆਨ ਰੱਖਣਾ ਪਰਿਵਾਰ ਦੀ ਆਮਦਨ ਕਿਸ ਪ੍ਰਕਾਰ ਦੀ ਚਰ ਹੈ ਅੰਮੀ ਮੈਂ ਪਹਿਲਾਂ ਹੀ ਦੱਸਿਆ ਸੀਗਾ ਆਮਦਨ ਬਚਤ ਆਪੋ ਖਰਚ ਨਿਵੇਸ਼ ਪੂੰਜੀ ਨਿਰਮਾਣ ਇਹ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਪ੍ਰਵਾਹ ਚਾਰਿਆ ਦੂਸਰੇ ਪਾਸੇ ਆਪਾਂ ਗੱਲ ਕਰ ਰਹੀਏ ਸੰਪਤੀ ਦੀ ਠੀਕ ਹੈ ਐਸੈਟ ਦੀ ਪ੍ਰਾਪਰਟੀ ਦੀ ਠੀਕ ਹੈ ਜੀ ਜਾਂ ਮudra ਦੀ ਗੱਲ ਕਰ ਲਈਏ ਮudra ਮudra ਵੀ ਸਟਾਕ ਵਿੱਚ ਕੰਸੀਡਰ ਕੀਤੀ ਜਾਂਦੀ ਹੈ ਇਹ ਧਿਆਨ ਰੱਖ ਲੈਣਾ ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ 1935 ਵਿੱਚ ਹੋਈ ਸੀ ਤੇ 1949 ਦੇ ਵਿੱਚ ਇਸ ਦਾ ਰਾਸ਼ਟਰੀਕਰਨ ਹੋਇਆ ਸੀਗਾ ਇਹ ਵੀ ਧਿਆਨ ਰੱਖ ਲੈਣਾ ਠੀਕ ਹੈ ਇਹਦਾ ਹੈੱਡ ਕੁਆਰਟਰ ਬੰਬਈ ਦੇ ਵਿੱਚ ਦਿੱਤਾ ਹੈ ਹਾਂਜੀ ਇਹਦੇ ਜੇ ਪੁੱਛ ਲੈਣਾ RBI ਦੇ ਵਰਤਮਾਨ ਸਮੇਂ ਦੇ ਵਿੱਚ ਗਵਰਨਰ ਸ਼ਕਤੀ ਕਾਂਤ ਦਾਸ ਈ ਵਿਦਿਆ ਅੰਚਰ ਗਣਕ ਸ਼ਕਤੀ ਕਾਂਤ ਦਾਸ RBI ਦੇ ਸਮੇਂ ਗਵਰਨਰ ਹਨ ਇਹ ਲਿਖਾ ਵਿੱਚ ਉਹ ਕਿਹੜਾ ਪ੍ਰਤਕ ਕਰ ਹੈ ਹਾਂਜੀ ਮੈਂ ਤੁਹਾਨੂੰ ਦੱਸਿਓ ਇਹ ਚਾਰਕ ਟੈਕਸ ਤੁਸੀਂ ਦਿਮਾਗ 'ਚ ਰੱਖਣੇ ਆ ਆਮਦਨ ਕਰ ਪ੍ਰੋਪਰਟੀ ਟੈਕਸ ਠੀਕ ਹੈ ਸੰਪਤੀ ਕਰ ਜਿਹਨੂੰ ਕਹਦੇ ਨੇ ਆਪਾਂ ਪ੍ਰੋਫਿਟ ਜਿਹਨੂੰ ਆਪਾਂ ਕਾਰਪੋਰੇਟ ਟੈਕਸ ਨਿਗਮ ਕਰ ਕਹਦੇ ਨੇ ਆ ਗਿਫਟ ਟੈਕਸ ਗਿਫਟ ਟੈਕਸ ਹੋਗਾ ਡੈਥ ਟੈਕਸ ਇਹ ਪੰਜ ਟੈਕਸ ਦਿਮਾਗ 'ਚ ਰੱਖ ਲਿਓ ਗਿਫਟ ਟੈਕਸ ਡੈਥ ਟੈਕਸ ਕਾਰਪੋਰੇਟ ਟੈਕਸ ਜਾਂ ਪ੍ਰੋਫਿਟ ਟ ਇਹ ਸਾਰੇ ਤੇ ਸਾਰੀ ਕਿਹੜੀ ਕਰ ਰਿਹਾ ਡਾਇਰੈਕਟ ਟੈਕਸ ਹੈ ਬਾਕੀ ਸਾਰੇ ਜਿਹੜੇ ਵਿਕਰੀ ਕਰ ਗੈਟ ਇਹ ਸਾਰੇ ਇਨਡਾਇਰੈਕਟ ਆਪਰ ਟੈਕਸ ਕਰ ਰਿਹਾ ਇਸ ਸਵਾਲ ਦਾ ਰਾਈਟ ਆਨਸਰ ਹੋਏਗਾ ਆਮਦਨ ਕਰ ਹਾਂਜੀ ਕੀਮਤ ਸੂਚਕ ਅੰਕ ਪ੍ਰਾਈਸ ਇੰਡੈਕਸ ਨੰਬਰ ਇਕੁਅਲ ਟੂ ਉੱਪਰ ਹੈ ਜੀ ਵਰਤਮਾਨ ਸਾਲ ਦੀ ਕੀਮਤ ਯਾਨਕੀ ਪੀ1 ਉੱਪਰ ਆ ਗਿਆ ਥੱਲੇ ਵਾਈ ਵਾਈ ਤੇ ਕੀ ਆਏਗਾ ਫਿਰ ਪੀ0 ਪੀ0 ਆਏਗਾ ਵਾਈ ਦਾ ਮਲ ਪੀ0 ਉਹਦੀ ਆਧਾਰ ਸਾਲ ਦੀ ਕੀਮਤ ਠੀਕ ਹੈ ਜੀ ਇਸ ਸਵਾਲ ਦਾ ਰਾਈਟ ਆਨਸਰ ਹੋਏਗਾ ਭਾਰ ਦੇ ਸਖਲ ਕਰੇ ਲੋ ਉਤਪਾਦ ਜੀਡੀਪੀ ਵਿੱਚੋਂ ਤਦ ਜੋਗਦਾਨ ਕਿੰਨੇ ਪਰਸੈਂਟ ਜੋਗਦਾਨ ਹੈ ਭਾਰਤ ਦੀ ਜਿਹੜੀ ਜੀਡੀਪੀ ਆ ਉਹਦੇ ਵਿੱਚ 29% ਜਿਹੜਾ ਯੋਗਦਾਨ ਹੈ ਉਹ ਕਿਹਦਾ ਜੀ ਅਧਿਯੋਗਦਾਨ ਹੈ ਤੇ 17 ਤੋਂ ਵੀ ਘੱਟ ਜਿਹੜਾ ਉਹ ਪ੍ਰਾਇਮਰੀ ਸੈਕਟਰ ਦਾ ਹੈ ਠੀਕ ਹੈ ਪ੍ਰਾਇਮਰੀ ਸੈਕਟਰ ਦੇ ਵਿੱਚ ਕੀ ਆ ਜਾਂਦਾ ਹੈ ਖੇਤੀਬਾੜੀ ਮੱਛੀ ਪਾਲਣ ਪਸ਼ੂ ਪਾਲਣ ਠੀਕ ਹੈ ਜੰਗਲ ਆ ਜਾਂਦੇ ਆ ਇਹਦੇ ਵਿੱਚ ਤੇ ਮਾਈਨਿੰਗ ਆ ਜਾਂਦੀ ਆ ਉਹ ਸਾਰੇ ਦਾ ਯੋਗਦਾਨ 17% ਹੈ ਧਿਆਨ ਚ ਰੱਖ ਲੈਣਾ ਤੇ 29% ਜਿਹੜਾ ਯੋਗਦਾਨ ਹੈ ਉਹ ਦੂਸਰੇ ਸੈਕਟਰ ਜਿਹਨੂੰ ਆਪਾਂ ਗੌਨ ਸੈਕਟਰ ਸੈਕੰਡਰੀ ਸੈਕਟਰ ਮੈਨੂਫੈਕਚਰਿੰਗ ਸੈਕਟਰ ਅਧਿਯੋਗ ਖੇਤਰ ਕਹਿੰਦੇ ਆ ਉਹਦਾ ਬਾਕੀ ਸਾਰਾ ਉਹ ਟਰਸਰੀ ਸੈਕਟਰ ਦਾ ਰਹ ਜੇਗਾ ਇਹਨਾਂ ਦੋਨਾਂ ਦਾ ਜੋੜ ਕਰ ਲਿਓ 17 ਤੇ 29 ਜੇ ਆਪਾਂ ਕੋ ਜੋੜ ਕਰੀ ਤਾਂ 46 ਹੋ ਗਿਆ ਇਹਦੇ 54 ਜਾਂ 53% ਜਿਹੜਾ ਉਹ ਜਿਹੜਾ ਯੋਗਦਾਨ ਹੈ ਅੰਡਸਟਰੀ ਸੈਕਟਰ ਦਾ ਰਹ ਜੇਗਾ 2011 ਦੀ ਜਨਗਨਨਾ ਦੇ ਅਨੁਸਾਰ ਆਪਾਂ ਦੱਸਣੀ ਹੈ ਲਿਟਰੇਸੀ ਰੇਟ ਭਾਰਤ ਦੀ ਲਿਟਰੇਸੀ ਰੇਟ ਹੈ ਜਿਹੜੀ ਉਹ ਕਿੰਨੀ ਸੀ 74.04% ਜੇ ਗੱਲ ਕਰ ਲੈਣ ਪੰਜਾਬ ਦੀ ਤਾਂ ਪੰਜਾਬ ਦੀ 76 ਸੀਗੀ ਠੀਕ ਹੈ ਜੀ ਇਹ ਧਿਆਨ ਚ ਰੱਖ ਲੈਣਾ 76 ਗਰੀਬੀ ਦਾ ਮੁੱਖ ਕਾਰਨ ਹੈ ਸਥਿ ਨਿਰੰਤਰਵਾਦ ਹੈ ਹਾਂਜੀ ਜਨਸੰਖਿਆ ਜਨਸੰਖਿਆ ਜਿਹੜੀ ਇਨਕਰੀਜ਼ਨ ਪਾਪੂਲੇਸ਼ਨ ਇਜ਼ ਦੀ ਮੇਨ ਰੂਟ ਆਫ 올 ਲਿਵਲ ਸਾਰੀਆਂ ਬਰਾਈਆਂ ਦੀ ਜਿਹੜੀ ਜੜ ਹੈ ਉਹ ਹੈ ਜੀ ਜਨਸੰਖਿਆ ਵਿੱਚ ਵਾਧਾ ਚਾਹੇ ਉਹ ਤੁਸੀਂ ਪਾਵਰਟੀ ਗੱਲ ਕਰ ਲੋ ਚਾਹੇ ਉਹ ਅਨਪਲਾਈਮੈਂਟ ਦੀ ਗੱਲ ਕਰ ਲੋ ਚਾਹੇ ਲੈਕ ਆਫ ਫੂਡ ਭੋਜਨ ਦੀ ਸਮੱਸਿਆ ਦੀ ਗੱਲ ਕਰ ਲੋ ਸਾਰੀਆਂ ਬਰਾਈਆਂ ਦੀ ਜੜ ਹੈ ਉਹ ਜਨਸੰਖਿਆ ਵਿੱਚ ਵਾਧਾ ਹੈ ਇਹ ਤਾਂ ਵਿੱਚ ਕਿਹੜਾ ਭਾਰਤੀ ਖੇਤੀਬਾੜੀ ਦੇ ਪਿਛੜੇ ਬੰਦਾ ਕੰਨ ਨਹੀਂ ਇਹ ਆਪਾਂ ਪਹਿਲਾਂ ਪੜ ਚੁੱਕੇ ਆ ਵਪਾਰਿਕ ਖੇਤੀ ਭਾਰਤ ਦੀ ਨਵੀਂ ਆਰਥਿਕ ਨੀਤੀ ਕਦੋਂ ਆਰੰਭ ਹੋਈ 1991 ਦੇ ਵਿੱਚ ਹੋਈ ਸੀ ਇਹਦੀ ਆਰੰਭ 24 ਜਲਾਈ 1991 ਧਿਆਨ ਰੱਖ ਲੈਣਾ ਦੋ ਫੈਕਟ ਹੋਰ ਧਿਆਨ ਰੱਖਣੀਆਂ ਉਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਪੀ ਵੀ ਨਰਸਮਹਾਓ ਸੀ ਤੇ ਉਸ ਸਮੇਂ ਦੇ ਜਿਹੜੇ ਫਾਈਨੈਂਸ ਮਿਨਿਸਟਰ ਵਿੱਤ ਮੰਤਰੀ ਇਹ ਸਵਾਲ ਬਹੁਤ ਇੰਪੋਰਟੈਂਟ ਬਣ ਜਾਂਦਾ ਹੈ ਉਹ ਸੀਗੇ ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਕੌਣ ਸੀਗੇ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਾਰੇ ਬੱਚਿਆਂ ਨੇ ਦੱਸਣਾ ਹੈ ਇਹ ਕੌਣ ਸੀਗੇ ਉਹ ਸਮੇਂ ਵਿੱਤ ਮੰਤਰੀ ਸੀਗੇ ਜਿਨ੍ਹਾਂ ਨੇ ਨਿਊ ਇਕਨੋਮਿਕ ਪਾਲਿਸੀ ਲੈ ਕੇ ਆਂਦੀ ਹਾਂਜੀ ਜਿਹੜੀ ਸਮੂਹਿਕ ਪੱਧਰ ਤੇ ਆਰਥਿਕ ਸਮੱਸਿਆਵਾਂ ਦਾ ਧਿਆਨ ਕਰਦੀ ਹੈ ਠੀਕ ਹੈ ਅਰਥ ਸ਼ਾਸਤਰ ਦੀ ਸ਼ਾਖਾ ਦੱਸਨੀ ਆ ਉਹ ਜਿਹੜੀ ਸਮੂਹਿਕ ਪੱਧਰ ਤੇ ਸ ਸ ਤੇ ਸਮੂਹਿਕ ਆ ਗਿਆ ਸ ਸ ਤੇ ਸਮਸਟੀ ਆ ਜਾਏਗਾ ਮੈਕਰੋ ਇਕਨੋਮਿਕਸ ਆ ਜਾਏਗਾ ਹਾਂਜੀ ਸਵਾਲ ਇਹ ਪੁੱਛੇ ਜਾਂਦੇ ਆ ਵੀ ਮਾਈਕਰੋ ਤੇ ਮੈਕਰੋ ਸ਼ਬਦ ਕਿਹੜੀ ਭਾਸ਼ਾ ਤੋਂ ਲੈ ਗਏ ਆ ਤੇ ਯਾਦ ਰੱਖਣਾ ਹੈ ਗ੍ਰੀਕ ਭਾਸ਼ਾ ਤੋਂ ਇਹ ਦੋਨੋਂ ਸ਼ਬਦ ਲੈ ਗਏ ਆ ਤੇ ਮੈਕਰੋ ਅਰਥਸ਼ਾਸਤਰ ਦਾ ਪਦਾਮਾ ਉਹ ਜੀ ਐਮ ਕੇਂਜ ਨੂੰ ਕਿਹਾ ਜਾਂਦਾ ਧਿਆਨ ਰੱਖਣਾ ਸਮਸ਼ਟ ਅਰਥਸ਼ਾਸਤਰ ਦਾ ਪਦਾਮਾ ਕਿਹਨੂੰ ਕਿਹਾ ਜਾਂਦਾ ਹੈ ਜੀ ਐਮ ਕੇਂਜ ਨੂੰ ਤੇ ਜਦੋਂ ਆਪਾਂ ਜਨਾਨੀ ਭਾਸ਼ਾ ਗ੍ਰੀਕ ਭਾਸ਼ਾ ਤੋਂ ਇਹ ਸ਼ਬਦ ਲਿਖਦੇ ਆਂ ਤਾਂ ਉਦੋਂ ਇੱਕ ਗੱਲ ਧਿਆਨ ਰੱਖਣੀ ਹੈ ਸੀ ਦੀ ਜਗ੍ਹਾ ਤੇ ਕੇ ਲਿਖਣਾ ਐਮ ਏ ਕੇ ਆਰ ਓ ਇੱਕ ਐਸਾ ਜਿਹੜੀ ਉਹ ਜਰੂਰ ਲਗਾਉਣੀ ਹੈ ਮੈਕਰੋਜ਼ ਠੀਕ ਹੈ ਐਮ ਏ ਕੇ ਆਰ ਓ ਐਸ ਇਹਦਾ ਮਤਲਬ ਹੁੰਦਾ ਹੈ ਵਿਸ਼ਾਲ ਵੱਡਾ ਲਾਰਜ ਹਾਂਜੀ ਨੈਕਸਟ ਜੀ ਐਮ ਪੀ ਸੀ 0.7 ਹੈ ਤਾਂ ਐਮ ਪੀ ਸੀ ਦੇਤੀ ਆਪ ਨੂੰ اس دسنی ہے دوہاں دا جوڑ 10 ਬਣੇਗਾ ਤਾਂ 0.3 ਆ ਜਾਏਗਾ ਹੁਣ ਤੁਸੀਂ ਸੋਚਦੇ ਹੋਵੋਗੇ 0.3 ਨਹੀਂ ਹੈ ਦੇਖੋ ਧਿਆਨ ਬੇਟਾ ਇਸ ਤਰ੍ਹਾਂ ਹੁੰਦਾ ਹੈ ਮੈਥ ਦੇ ਵਿੱਚ ਜਦੋਂ ਵੀ ਲਾਸਟ ਵਿੱਚ ਜਿੰਨੀਆਂ ਵੀ ਡਿਜੀਟ ਪਾਈਆਂ ਹੋਣ ਉਹਦੀ ਕੋਈ ਵੈਲਿਊ ਨਹੀਂ ਹੁੰਦੀ ਪੁਆਇੰਟ ਤੋਂ ਬਾਅਦ ਠੀਕ ਹੈ ਜੀ 0.30 ਲਿਖ ਲਓ 0.300 ਕਰ ਲਓ ਇਹਦਾ ਮਤਲਬ 0.3 ਹੀ ਰਹਿਣਾ ਆਖਰੀਆਂ ਸਿਫਰਾਂ ਦੀ ਕੋਈ ਵੈਲਿਊ ਨਹੀਂ ਇਹ ਲਿਖਿਆਂ ਵਿੱਚੋਂ ਕਿਹੜਾ ਕਥਨ ਠੀਕ ਹੈ ਐਮ ਪੀ ਸੀ ਐਮ ਪੀ ਐਸ ਦਾ ਜੋੜ 1 ਹੈ ਐਮ ਪੀ ਐਸ 1 ਐਮ ਪੀ ਸੀ ਐਮ ਪੀ ਸੀ 1 ਐਮ ਪੀ ਐਸ ਉਪਰੋਂ ਸਾਰੇ ਇਹ ਸਾਰੇ ਦੇ ਸਾਰੇ ਕਥਨ ਬਿਲਕੁਲ ਅਗੇ ਹੈ ਜੀ ਸ਼ੁੱਧ ਘਰੇਲੂ ਉਤਪਾਦ ਦੀ ਗਣਨਾ ਵਿੱਚ ਵਿਦੇਸ਼ਾਂ ਤੋਂ ਪ੍ਰਾਪਤ ਸ਼ੁੱਧ ਆਮਦਨ ਨੂੰ ਲੱਗਦਾ ਜਾਵੇ ਅਜੇ ਵਿਦੇਸ਼ਾਂ ਤੋਂ ਪ੍ਰਾਪਤ ਸ਼ੁੱਧ ਸਾਧਨ ਆਮਦਨ ਹੁੰਦਾ ਪੁਆਇੰਟ ਨੰਬਰ 6 ਜਦੋਂ ਵੀ ਆਪਾਂ ਪੁਆਇੰਟ ਨੰਬਰ 6 ਜੋੜਦੇ ਹਾਂ ਤਾਂ ਉਹ ਆਮਦਨ ਰਾਸ਼ਟਰੀ ਬਣ ਜਾਂਦੀ ਹੈ ਕੀ ਬਣ ਜਾਂਦੀ ਹੈ ਜੀ ਰਾਸ਼ਟਰੀ ਤੇ ਸ਼ਬਦ ਘਰੇਲੂ ਦੀ ਜਗ੍ਹਾ ਤੇ ਕੀ ਬਣ ਜਾਏਗਾ ਜੀ ਆਪਣੇ ਕੋਲ ਹਾਂਜੀ ਇਹ ਕੁਛ ਇਹ ਵੀ ਸ਼ਾਮਿਲ ਕੀਤਾ ਸ਼ੁੱਧ ਘਰੇਲੂ ਆਮਦਨ ਦੀ ਗਣਨਾ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ ਜਾਂ ਨਹੀਂ ਹਾਂਜੀ ਇਸ ਘਰੇਲੂ ਦੇ ਵਿੱਚ ਨਹੀਂ ਕੀਤਾ ਜਾਏਗਾ ਠੀਕ ਹੈ ਜੇ ਰਾਸ਼ਟਰੀ ਹੋਵੇ ਉਹਦੇ ਵਿੱਚ ਵਿਦੇਸ਼ਾਂ ਤੋਂ ਪ੍ਰਾਪਤ ਸ਼ੁੱਧ ਸਾਧਨ ਆਮਦਨ ਨੂੰ ਸ਼ਾਮਲ ਕੀਤਾ ਜਾਂਦਾ ਹੈ ਗੱਲ ਹੋ ਰਹੀ ਹੈ ਘਰੇਲੂ ਦੀ ਘਰੇਲੂ ਦੇ ਵਿੱਚ ਹਮੇਸ਼ਾ ਸਕੇਲੇ 3 ਪੁਆਇੰਟ ਹੀ ਜੋੜਦੇ ਹੁੰਨੇ ਆਪਾਂ ਠੀਕ ਹੈ ਜੀ ਪਰ ਚਾਲਣ ਵਿਸ਼ੇਸ਼ੀ ਮਿਸ਼ਰਤ ਆਮਦਨ ਤੇ ਪੁਆਇੰਟ ਨੰਬਰ 1 ਕਰਮਚਾਰੀਆਂ ਦਾ ਮਿਹਨਤਾਨਾ ਪੁਆਇੰਟ ਨੰਬਰ 6 ਨੂੰ ਨਹੀਂ ਜੋੜਦੇ ਕਿਹਾਵਟ ਖਰਚਾ ਕਿਸ ਵਿੱਚ ਸ਼ਾਮਲ ਹੁੰਦਾ ਹੈ ਹਾਂਜੀ ਗੱਲ ਹੋ ਰਹੀ ਹੈ ਕਿਹਾਵਟ ਖਰਚਾ ਡੈਪ੍ਰੀਸੀਏਸ਼ਨ ਦੀ ਜਿਹਨੂੰ ਆਪਾਂ ਸਥਿਰ ਪੂੰਜੀ ਦਾ ਆਪੋ ਕਹਿੰਦੇ ਆ ਪੁਆਇੰਟ ਨੰਬਰ 4 ਪੁਆਇੰਟ ਨੰਬਰ 4 465 ਫਾਰਮੂਲੇ ਦੇ ਵਿੱਚ 4 ਦੇ ਉੱ ਠੀਕ ਹੈ ਜੀ ਗ੍ਰੋਥ ਜਿੱਥੇ ਗ੍ਰੋਥ ਸ਼ਬਦ ਆ ਰਿਹਾ ਗ੍ਰੋਥ ਸਿਰਫ ਆਪਸ਼ਨ ਨੰਬਰ A ਦੇ ਵਿੱਚ ਜੀ ਆ ਰਹੀ ਹੈ ਹੋਰ ਕਿਤੇ ਨਹੀਂ ਆ ਰਹੀ ਇਸ ਸਵਾਲ ਦਾ ਰਾਈਟ ਆਨਸਰ ਹੋਏਗਾ ਜੀ ਆਪਣੇ ਕੋਲ ਆਪਸ਼ਨ ਨੰਬਰ A ਇੱਕ ਨਿਸ਼ਚਿਤ ਸਮੇਂ ਦੇ ਮਾ ਬਿੰਦੂ ਤੇ ਮਾਪਨ ਜੋਗਾ ਮਾਤਰਾ ਨੂੰ ਆਪਾਂ ਸਟਾਕ ਕਹਿੰਦੇ ਆ ਤੇ ਜਿੱਥੇ ਸਮਾਂ ਆਪਦੀ ਆ ਜੀ ਉਹਨੂੰ ਆਪਾਂ ਪ੍ਰਵਾਹ ਕਹਿੰਦੇ ਆ ਉਸ ਵਸਤੂ ਦਾ ਨਾਮ ਜੋ ਵਟਾਂਦਰੇ ਦੇ ਮਾਧਿਅਮ ਦੇ ਰੂਪ ਵਿੱਚ ਸਕਾਰ ਕੀਤੀ ਜਾਂਦੀ ਹੈ ਉਹਨੂੰ ਆਪਾਂ ਮੁਦਰਾ ਕਹਿੰਦੇ ਆ ਠੀਕ ਹੈ ਜੀ ਧਿਆਨ ਰੱਖ ਲੈਣਾ ਅਤੀਅਧਿਕ ਮੰਗ ਦੀ ਸਥਿਤੀ ਦੇ ਵਿੱਚ ਕਿਹੜਾ ਕਥਨ ਸਹੀ ਹੈ ਜਦੋਂ ਮੰਗ ਅਧਿਕ ਹੈ ਤਾਂ ਉਹਦਾ AD ਵੱਧ ਹੋਏਗੀ AS ਨਾਲੋਂ ਇਹ ਕੋਈ ਨਹੀਂ ਜਦੋਂ ਦੋ ਚਾਰਾਂ ਦੇ ਵਿੱਚ ਪਰਵਰਤਨ ਇੱਕ ਦਿਸ਼ਾ ਵੱਲ ਹੁੰਦਾ ਹੈ ਤਾਂ ਸਹਿਸਬੰਧ ਹੁੰਦਾ ਹੈ ਹਾਂਜੀ ਤਾਂਨਾਤਮਕ ਸਹਿਸਬੰਧ ਹੁੰਦਾ ਹੈ ਠੀਕ ਹੈ ਜੀ ਇਹ ਥੋੜਾ ਜੀ ਇਹਦੇ ਵਿੱਚ ਸਵਾਲ ਥੋੜਾ ਜਿਹਾ ਮੇਰੇ ਗਲਤ ਹੋ ਗਿਆ ਜਦੋਂ ਦੋ ਚਾਰਾਂ ਵਿੱਚ ਪਰਵਰਤਨ ਇੱਕ ਦਿਸ਼ਾ ਵਿੱਚ ਹੁੰਦਾ ਤਾਂ ਉਹਨੂੰ ਆਪਾਂ ਤਨਾਤਮਕ ਸਹਿਸਬੰਧ ਕਹਿੰਦੇ ਹਾਂ ਉਤਪਾਦਨ ਵਿੱਚ ਵਾਧਾ ਹੋਣ ਦੇ ਨਾਲ ਨਾਲ ਆਰਥਿਕ ਕਲਿਆਣ ਵਿੱਚ ਹੋਣ ਵਾਲੇ ਵਾਧੇ ਨੂੰ ਕੀ ਕਿਹਾ ਜਾਂਦਾ ਹੈ ਅੱਛਾ ਤੇ ਇਹ ਇਹ ਤਿੰਨ ਧਾਰਨਾਵਾਂ ਹੈ ਇੱਕ ਹੁੰਦਾ ਆਰਥਿਕ ਵਾਧਾ ਦੂਸਰਾ ਹੁੰਦਾ ਆਰਥਿਕ ਵਿਕਾਸ ਤੀਸਰਾ ਹੁੰਦਾ ਧਾਰਨੀ ਵਿਕਾਸ ਸਸਟੇਨੇਬਲ ਡਿਵੈਲਪਮੈਂਟ ਹਾਂ ਜਦੋਂ ਉਤਪਾਦਨ ਵਿੱਚ ਵਾਧੇ ਦੇ ਨਾਲ-ਨਾਲ ਆਰਥਿਕ ਕਲਿਆਣ ਵੀ ਹੋ ਰਿਹਾ ਤਾਂ ਉਹਨੂੰ ਆਪਾਂ ਆਰਥਿਕ ਵਿਕਾਸ ਕਹਿੰਦੇ ਆ ਠੀਕ ਹੈ ਜੀ ਤੇ ਜਦੋਂ ਤਿੰਨ ਚੀਜ਼ਾਂ ਹੋ ਜਾਣ ਉਤਪਾਦਨ ਵੀ ਵਧੇ ਆਰਥਿਕ ਕਲਿਆਣ ਦੀ ਵਧੇ ਤੇ ਨਾਲ-ਨਾਲ ਜੀਵਨ ਦੀ ਗੁਣਵਤਾ ਵਿੱਚ ਵੀ ਸੁਧਾਰ ਹੋਵੇ ਤਾਂ ਉਹਨੂੰ ਆਪਾਂ ਧਾਰਨੀ ਵਿਕਾਸ ਕਹਿੰਦੇ ਆ ਠੀਕ ਹੈ ਜੀ ਇਸ ਸਵਾਲ ਦੇ ਵਿੱਚ ਦੋ ਚੀਜ਼ਾਂ ਸੀ ਇਸ ਕਰਕੇ ਆਏਗਾ ਆਰਥਿਕ ਵਿਕਾਸ ਜੇ ਤਿੰਨ ਚੀਜ਼ਾਂ ਹੁੰਦੀਆਂ ਫਿਰ ਧਾਰਨੀ ਵਿਕਾਸ ਹੋਣਾ ਸੀ ਜੇ ਕੱਲਾ ਇੱਕ ਚੀਜ਼ ਹੀ ਹੁੰਦੀ ਫਿਰ ਆਰਥਿਕ ਵਾਤਾ ਹੋਣਾ ਸੀ ਵਾਤਾ ਪਰਨ ਦੇ ਵਿੱਚ ਹੀ ਲਿਖਿਆ ਵਿੱਚ ਕਿ ਕਿਸ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ ਆਪਾਂ ਬਹੁਤ ਵਾਰੀ ਕਰ ਲਿਆ ਪਹਿਲਾਂ ਵੀ ਹਾਂ ਜੀ ਸਧਾਰਨ ਨਿਵਾਸੀ ਵਿੱਚ ਵਿਅਕਤੀ ਤੇ ਸੰਸਥਾਵਾਂ ਦੋਨੋਂ ਸ਼ਾਮਲ ਹੁੰਦੀਆਂ ਹਨ ਬਿਲਕੁਲ ਸਹੀ ਹੈ ਜੀ ਜਿਹੜੇ ਨੋਰਮਲ ਰੈਜ਼ੀਡੈਂਟ ਹੁੰਦੇ ਆ ਉਹਦੇ ਉਹ ਵਿਅਕਤੀ ਵੀ ਹੋ ਸਕਦੀ ਹੈ ਤੇ ਉਹ ਸੰਸਥਾ ਵੀ ਹੋ ਸਕਦੀ ਹੈ ਕੀਮਤ ਤੇ ਮੰਗ ਵਿੱਚ ਕਿਹੋ ਜਿਹਾ ਸਬੰਧ ਹੈ 네ਗੇਟਿਵ ਰਿਲੇਸ਼ਨ ਹੈ ਜੀ ਕੀਮਤ ਵਧਦੀ ਹੈ ਤਾਂ ਮੰਗ ਘਟ ਜਾਂਦੀ ਹੈ ਇੱਕ ਦੇ ਵਧਣ ਤੇ ਦੂਸਰੀ ਚੀਜ਼ ਦਾ ਘਟਣਾ ਹੋਵੇ ਉਦੋਂ ਰਹਾਨਾਤਮਕ ਸਬੰਧ ਪਾਇਆ ਜਾਂਦਾ ਹਾਂਜੀ ਭਾਰਤ ਵਿੱਚ ਵਾਤਾਵਰਣ ਸੁਰੱਖਿਆ ਐਕਟ ਕਦੋਂ ਪਾਸ ਹੋਇਆ ਸੀ 1986 ਦੇ ਵਿੱਚ এনवायरमेंट ਪ੍ਰੋਟੈਕਸ਼ਨ ਐਕਟ ਜਿਹੜਾ ਉਹ ਪਾਸ ਹੋਇਆ ਸੀ 1986 ਇਹ ਧਿਆਨ ਚ ਰੱਖ ਲੈਣਾ ਭਾਰਤ ਵਿੱਚ ਇਹ ਲਿਖਿਆਂ ਵਿੱਚੋਂ ਕਿਹੜੀ ਕਿਸਮ ਦੀ ਬਰੋਜ਼ਗਾਰੀ ਪਾਈ ਜਾਂਦੀ ਹੈ ਮੌਸਮੀ ਛੁਪੀ ਪੜੇ ਲਿਖੀ ਬਰੋਜ਼ਗਾਰੀ ਇਹ ਸਾਰੇ ਪ੍ਰਕਾਰ ਦੀ ਬਰੋਜ਼ਗਾਰੀ ਭਾਰਤ ਵਿੱਚ ਪਾਈ ਜਾਂਦੀ ਹੈ ਇਹ ਲਿਖਿਆਂ ਵਿੱਚੋਂ ਕਿਹੜਾ ਮਨੁੱਖੀ ਪੂੰਜੀ ਨਰਮਾਨ ਦਾ ਨਾਇਕ ਹੈ ਹਾਂਜੀ ਤਿੰਨੋਂ ਚੀਜ਼ਾਂ ਜਿਹੜੀਆਂ ਸਿੱਖਿਆ ਸਹੂਲਤਾਂ ਸਿਹਤ ਸਹੂਲਤਾਂ ਤੇ ਪ੍ਰਵਾਸ ਮਾਈਗ੍ਰੇਸ਼ਨ ਇਹ ਤਿੰਨੇ ਮਨੁੱਖੀ ਪੂੰਜੀ ਨਰਮਾਨ ਦੇ ਨਰਦਾਰਕ ਤੱਧ ਹਨ ਜਿਹੜੇ ਲੋਕ ਕਦੇ ਵੀ ਗਰੀਬੀ ਦੀ ਸਥਿਤੀ ਤੋਂ ਬਾਹਰ ਨਹੀਂ ਆ ਸਕਦੇ ਉਹਨਾਂ ਨੂੰ ਆਪਾਂ ਹਮੇਸ਼ਾ ਗਰੀਬ ਆਲਵੇਜ਼ ਪੋਅਰ ਜਾਂ ਸਦਾ ਗਰੀਬ ਕਹਾਂਗੇ ਭਾਰਤ ਵਿੱਚ ਕਿਤੇ ਗਏ ਆਰਥਿਕ ਸੁਧਾਰਾਂ ਨੂੰ ਇਸ ਤਰ੍ਹਾਂ ਕਿਸ ਤਰ੍ਹਾਂ ਸਰੈਣੀ ਬੰਦ ਕਰਾਂਗੇ ਹਾਂਜੀ ਭਾਰਤ ਵਿੱਚ ਜਿਹੜੇ ਆਰਥਿਕ ਸੁਧਾਰ ਕੀਤੇ ਗਏ ਸੀ ਉਹ ਨੈਸ਼ਨਲ ਲੈਵਲ ਤੇ ਕੀਤੇ ਗਏ ਸੀ ਉਹ ਮੈਕਰੋ ਉਹਦਾ ਧਿਆਨ ਆਪਾਂ ਮੈਕਰੋ ਇਕਨੋਮਿਕਸ ਵਿੱਚ ਕਰਦੇ ਹਾਂ ਇਸ ਕਰਕੇ ਮੈਕਰੋ ਆਰਥਿਕ ਸਥਿਰਤਾ ਦੇ ਲਈ ਸੁਧਾਰ ਕਰਾਂਗੇ ਦੂਸਰਾ ਉਹਦੇ ਨਾਲ ਜਿਹੜਾ ਸਟਰਕਚਰਲ ਚੇਂजेस ਬਹੁਤ ਆਈਆਂ ਭਾਰਤੀ ਤਾਂ ਇਹ ਦੋਵੇਂ ਪ੍ਰਕਾਰ ਦੇ ਜਿਹੜੇ ਸੁਧਾਰ ਸੀ ਢਾਂਚਾਗਤ ਸੁਧਾਰ ਵੀ ਸੀ ਤੇ ਮਾਈਕਰੋ ਆਰਥਿਕ ਸਤਰ ਆਰਥਿਕ ਲਈ ਕੀਤੇ ਗਏ ਸੁਧਾਰ ਵੀ ਸੀ ਕਿੰਨੇ ਵਿਯੋਗਾਂ ਦੇ ਲਈ ਲਾਇਸੈਂਸ ਲੈਣਾ ਜ਼ਰੂਰੀ ਹੈ ਹਾਂਜੀ ਇਹ ਪੰਜ ਵਿਯੋਗ ਹੈ ਭਾਰਤੀ ਦੇ ਪਿਛੜੇ ਪੰਦੇ ਵੀ ਕਾਰਨ ਦੱਸਣੇ ਆ ਸਿੰਚਾਈ ਸੁਲਤਾਨੀ ਕਾਟ ਪਰਦੇ ਯੋਜਨਾ ਜੋਗ ਨੂੰ ਕਿਸ ਸੰਸਥਾ ਦੇ ਵਿੱਚ ਬਦਲ ਦਿੱਤਾ ਗਿਆ ਸੀ ਨੀਤੀਯੋਗ ਦੇ ਵਿੱਚ ਪੂਲ ਫਾਰਮ ਤੇ ਅੰਜ ਰੱਖ ਲੈਣੀ ਹੈ ਨੈਸ਼ਨਲ ਇੰਸਟੀਚਿਊਸ਼ਨ ਫॉर ਟ੍ਰਾਂਸਫਾਰਮਿੰਗ ਇੰਡੀਆ 1 ਜਨਵਰੀ 2015 ਨੂੰ ਇਸ ਦੀ ਸਥਾਪਨਾ ਹੋਈ ਇਹਦੇ ਚੇਅਰਮੈਨ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਹਨ ਤੇ ਇਹ ਬਾਟਮ ਟੂ ਅਪ ਠੀਕ ਹੈ ਜਾਂ ਡਾਊਨ ਟੂ ਅਪ ਅਪਰੋਚ ਵਾਲੀ ਇਹ ਇੰਸਟੀਚਿਊਸ਼ਨ ਹੈ ਬਹੁਤ ਇੰਪੋਰਟੈਂਟ ਹੈ ਮੈਂ ਬਾਰ ਬਾਰ ਇਸ ਸਵਾਲ ਦਾ ਜ਼ਿਕਰ ਕਰਾਂ ਇਹਥੇ ਲਿਖਿਆ ਹੈ ਵਿਸ਼ਿਸ਼ਤਾਵਾਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਭਾਰਤੀ ਅਰਥਵਿਵਸਥਾ ਵਿੱਚ ਮੌਜੂਦ ਸਨ ਜਦੋਂ ਭਾਰਤ ਦੀ ਆਜ਼ਾਦੀ ਪ੍ਰਾਪਤ ਕੀਤੀ ਹਾਂਜੀ ਗਤੀਹੀਨ ਅਰਥਵਿਵਸਥਾ ਅਲਪ ਵਿਕਸਤ ਅਰਧ ਸੰਪਤੀ ਇਹ ਸਾਰੇ ਪ੍ਰਕਾਰ ਦੀਆਂ ਵਿਸ਼ੇਸ਼ਤਾਵਾਂ ਮੌਜੂਦ ਸਨ ਹਾਂਜੀ ਜਦੋਂ ਐਮਪੀਸੀ ਵਧਦਾ ਹੈ ਤਾਂ ਕੇ ਦਾ ਮੁੱਲ ਹਾਂਜੀ ਐਮਪੀਸੀ ਤੇ ਕੇ ਦੇ ਵਿਚਕਾਰ ਸਿੱਧਾ ਸਬੰਧ ਪਾਇਆ ਜਾਂਦਾ ਹੈ ਠੀਕ ਹੈ ਜੀ ਐਮਪੀਸੀ ਵਧੇਗਾ ਕੇ ਦਾ ਮੁੱਲ ਵੀ ਵਧੇਗਾ ਐਮਪੀਸੀ ਘਟੇਗੀ ਤਾਂ ਕੇ ਦਾ ਮੁੱਲ ਵੀ ਘਟੇਗਾ ਜੇ ਇਥੇ ਐਮਪੀਐਸ ਹੁੰਦਾ ਤੇ ਫਿਰ ਕੇ ਦੇ ਨਾਲ ਉਹਦਾ ਉਲਟਾ ਸਬੰਧ ਪਾਇਆ ਜਾਂਦਾ ਇਹ ધ્યાન ਚ ਰੱਖਣਾ ਹੈ ਪੂੰਜੀ ਖਰਚ ਦੀ ਠੀਕ ਹੈ ਜੀ ਜਿਹੜਾ ਪੂੰਜੀਗਤ ਖਰਚ ਹੁੰਦਾ ਹੈ ਇਹਦੇ ਵਿੱਚ ਕੀ ਕੀਤਾ ਜਾਂਦਾ ਵੀ ਜੇ ਸਰਕਾਰ ਨੇ ਜਿਹੜੀ ਉਦਯੋਗ ਵਿੱਚ ਸੀ ਉਹਨਾਂ ਨੂੰ ਵਾਪਸ ਖਰੀਦਾ ਜਾਂਦਾ ਜਾਂ ਨਵੇਂ ਉਦਯੋਗ ਲਗਾਏ ਜਾਂਦੇ ਆ ਪਰੀਸਪਤੀ ਦਾ ਨਿਰਮਾਣ ਹੁੰਦਾ ਨੰਬਰ 1 ਨੰਬਰ 2 ਸਰਕਾਰ ਨੇ ਜਿੰਨੇ ਵੀ ਉਧਾਰ ਕਰਜ਼ੇ ਲਈ ਹੁੰਦੇ ਆ ਉਹਨਾਂ ਦੀ ਵਾਪਸ ਕੀਤੀ ਜਾਂਦੀ ਹੈ ਜਿਹਦੇ ਕਰਕੇ ਸਰਕਾਰ ਦੀ ਤਿੰਦਾਰੀ ਵਿੱਚ ਕਮੀ ਹੁੰਦੀ ਹੈ ਇਹ ਪੂੰਜੀਗਤ ਖਰਚ ਦੀਆਂ ਵਿਸ਼ੇਸ਼ਤਾਵਾਂ ਦੋਨੋਂ ਹੀ ਹਨ ਘਟ ਮੰਗ ਅਤੇ ਜ਼ਿਆਦਾ ਮੰਗ ਦੀ ਸਮੱਸਿਆ ਨੂੰ ਟੈਕਸ ਦੇ ਨਾਲ ਠੀਕ ਕੀਤਾ ਜਾ ਸਕਦਾ ਹਾਂਜੀ ਘਟ ਮੰਗ ਤੇ ਜ਼ਿਆਦਾ ਮੰਗ ਦੀ ਸਮੱਸਿਆ ਨੂੰ ਮੋਦਰੀਕ ਨੀਤੀ ਤੇ ਰਾਜਕੋਸ਼ ਨੀਤੀ ਜਾਂ ਵਿੱਤੀ ਨੀਤੀ ਫਿਸਕਲ ਪਾਲਿਸੀ ਤੋਂ ਹਾਂ ਦੇ ਨਾਲ ਹੀ ਜਾਦਾ ਮੰਗ ਦੀ ਸਮੱਸਿਆ ਹੋਰ ਕਿਹੜੀ ਸਮੱਸਿਆ ਨੂੰ ਜਨਮ ਦਿੰਦੀ ਹੈ ਹਾਂਜੀ ਇਨਫਲੇਸ਼ਨਰੀ ਗੈਪ ਜਿਹਨੂੰ ਆਪਾਂ ਸਫੀਤੀਕ ਅੰਤਰਾਲ ਕਹਿੰਦੇ ਨੇ ਆ ਇਸ ਸਮੱਸਿਆ ਨੂੰ ਜਨਮ ਦੇਗੀ ਜਾਦਾ ਮੰਗ ਜਾਂ ਵੱਧ ਮੰਗ ਦੀ ਸਮੱਸਿਆ ਤੇ ਘੱਟ ਮੰਗ ਦੀ ਸਮੱਸਿਆ ਜਿਹੜੀ ਡੀਫਲੇਸ਼ਨਰੀ ਗੈਪ ਜਿਹਨੂੰ ਵੀ ਸਫੀਤੀਕ ਅੰਤਰਾਲ ਕਹਿੰਦੇ ਨੇ ਉਹਨੂੰ ਜਨਮ ਦਿੰਦੀ ਹੈ ਨੈਕਸਟ ਹੈ ਜੀ ਐਮਪੀਸੀ ਬਾਰੇ ਸਹੀ ਕਥਨ ਸੱਚ ਹੈ ਹਾਂਜੀ ਐਮਪੀਸੀ ਦੀ ਜਿਹੜਾ ਮੁੱਲ ਹਮੇਸ਼ਾ 0 ਤੇ 1 ਦੇ ਵਿੱਚ ਘਰ ਰਿਹਾ ਰਹਿੰਦਾ ਹੈ ਤੇ ਐਮਪੀਸੀ ਦੀ ਵੈਲਿਊ ਹਮੇਸ਼ਾ ਪੋਜ਼ਿਟਿਵ ਧਨਾਤਮਕ ਰਹਿੰਦੀ ਹੈ ਕਦੇ ਵੀ ਨੈਗੇਟਿਵ ਨਹੀਂ ਹੁੰਦੀ ਇਹਦਾ ਮਤਲਬ ਆਪਸ਼ਨ ਨੰਬਰ ਕਿਸੇ ਵੀ ਵਪਾਰਕ ਬੈਂਕ ਦਾ ਮਕੋ ਉਦੇਸ਼ ਲਾਭ ਕਮਾਉਣਾ ਹੁੰਦਾ ਹੈ ਵਪਾਰਕ ਬੈਂਕ ਜਿੰਨੇ ਵੀ ਤੁਸੀਂ ਆਪਣੇ ਪਿੰਡ ਦੇ ਵਿੱਚ ਸ਼ਹਿਰ ਵਿੱਚ ਦੇਖ ਲਈਓ ਸਾਰੇ ਦੇ ਸਾਰੇ ਵਪਾਰਕ ਬੈਂਕ ਆ ਜੋ ਲਾਭ ਕਮਾਉਣ ਦੇ ਉਦੇਸ਼ ਤੇ ਨਾਲ ਹੋਣ ਦੇ ਵਿੱਚ ਆਏ ਆ ਹਾਂਜੀ ਘਰੇਲੂ ਸੈਕਟਰ ਤੋਂ ਉਦਪਾਦਕ ਖੇਤਰ ਤੱਕ ਸਾਧਨ ਸੇਵਾਵਾਂ ਦੇ ਪ੍ਰਵਾਹ ਨੂੰ ਕੀ ਕਹਿੰਦੇ ਆ ਇਹਦੇ ਵਿੱਚ ਦੱਸਿਆ ਗਿਆ ਸਾਧਨ ਦੀਆਂ ਸੇਵਾਵਾਂ ਦਾ ਪ੍ਰਵਾਹ ਹੋ ਰਿਹਾ ਇਹਨੂੰ ਆਪਾਂ ਰੀਅਲ ਫਲੋ ਜਾਂ ਵਾਸਤਿਕ ਪ੍ਰਵਾਹ ਜਾਂ ਅਸਲ ਪ੍ਰਵਾਹ ਕਹਾਂਗੇ ਜਿੱਥੇ ਮੁਦਰਾ ਦਾ ਪ੍ਰਵਾਹ ਦੀ ਗੱਲ ਹੋ ਜੇ ਉਹਨੂੰ ਆਪਾਂ ਮੋਦਰੀਕ ਪ੍ਰਵਾਹ ਕਹਾਂਗੇ ਪਰ ਇੱਥੇ ਸੇਵਾਵਾਂ ਦੇ ਪ੍ਰਵਾਹ ਦੀ ਗੱਲ ਹੋ ਰਹੀ ਬੱਚਾ ਧਿਆਨ ਦੇਣਾ ਹੈ ਹਾਂਜੀ ਇਹ ਲਿਖਿਆ ਵਿੱਚੋਂ ਦੱਸਣਾ ਹੈ ਮੁਦਰਾ ਦੀ ਪੂਰਤੀ ਦਾ ਸਰੋਤ ਕੀ ਹੈ ਹਾਂਜੀ ਮੁਦਰਾ ਦੀ ਪੂਰਤੀ ਦੇ ਸਰੋਤ ਮੁੱਖ ਰੂਪ ਵਿੱਚ ਦੋ ਹੁੰਦੇ ਆ ਕੇਂਦਰੀ ਬੈਂਕ ਤੇ ਭਾਰਤ ਸਰਕਾਰ ਠੀਕ ਹੈ ਜੀ ਇਸ ਤੋਂ ਬਿਨਾ ਜਿਹੜੇ ਵਪਾਰਕ ਬੈਂਕ ਆ ਉਹ ਵੀ ਉਧਾਰ ਦਾ ਨਿਰਮਾਣ ਕਰਦੇ ਆ ਸਾਫ ਦਾ ਨਿਰਮਾਣ ਕਰਕੇ ਠੀਕ ਹੈ ਜੀ ਤਾਂ ਕਿਦਾਂ ਕਰਦੇ ਆ ਜੀ ਉਹ ਮੁਦਰਾ ਦੀ ਪੂਰਤੀ ਦਾ ਨਿਰਮਾਣ ਕਰਦੇ ਆ ਇੱਕ ਗੱਲ ਧਿਆਨ ਰੱਖਣੀ ਹੈ ਹਾਈ ਪਾਵਰਡ ਮਨੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਠੀਕ ਹੈ ਜੀ ਹਾਈ ਪਾਵਰਡ ਮਨੀ ਕੀ ਹੁੰਦਾ ਹੈ ਉੱਚ ਸ਼ਕਤੀ ਜੋਤ ਮੁਦਰਾ ਇਸ ਤੋਂ ਭਾਲ ਲੋਕਾਂ ਦੇ ਕੋਲ ਜੋ ਵੀ ਕਰੰਸੀਪਲ ਆਫ ਦਾ ਚਾਹੀ ਨੋਟ ਤੇ ਸਿੱਕੇ ਤੇ ਬੈਂਕਾਂ ਦੇ ਕੋਲ ਜਿੰਨੀ ਨਗਦੀ ਹੈ ਉਹਦਾ ਜੋੜ ਆਉਣਾ ਆਪਾਂ ਉੱਚ ਸ਼ਕਤੀ ਜੋਗ মুদ্রা ਹਾਈ ਪਾਵਰਡ ਮਨੀ ਕਹਿੰਦੇ ਆ ਤੇ ਹਾਈ ਪਾਵਰਡ ਮਨੀ ਵੀ মুদ্রা ਦੀ ਪੂਰਤੀ ਦਾ ਆਧਾਰ ਹੈ ਸਰੋਤ ਹੈ ਇਹ ਵੀ ਧਿਆਨ ਰੱਖ ਲੈਣਾ ਉਹ ਵਸਤੂਆਂ ਜੋ ਮਨੁੱਖ ਦੀ ਇੱਛਾ ਮਨੁਸਿੱਤੇ ਤੌਰ ਤੇ ਸੰਤੁਸ਼ਟ ਕਰਦੀਆਂ ਉਹਨਾਂ ਨੂੰ ਆਪਾਂ ਉਪਭੋਗ ਵਸਤੂਆਂ ਕਹਿੰਦੇ ਹਾਂ ਇਹਨਾਂ ਵਿੱਚੋਂ ਕਿਹੜਾ ਕਲਾਸਿਕਲ ਪਰੰਪਰਾਵਾਦੀ ਅਰਥਸ਼ਾਸਤਰੀ ਨਹੀਂ ਹੈ ਜੇਬੀ ਸੇ ਪਿੱਗੂ ਕੇਨਸ ਤੇ ਮਾਰਸ਼ਲ ਸਾਰਿਆਂ ਨੂੰ ਉਸ ਬਿਲਕੁਲ ਸਹੀ ਉੱਤਰ ਪਤਾ ਹੀ ਹੋਏਗਾ ਕੇਨਜ਼ ਹੈ ਜੇ ਐਮ ਕੇਨਜ਼ ਹਾਂਜੀ ਜੇ ਐਮ ਕੇਨਜ਼ ਦੀ ਜਿਹੜੀ ਕਿਤਾਬ ਹੈ ਬਹੁਤ ਇੰਪੋਰਟੈਂਟ ਹੈ 1936 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਇਹਦਾ ਕਿਤਾਬ ਦਾ ਨਾਮ ਸਾਰੇ ਬੱਚਿਆਂ ਨੇ ਜ਼ਰੂਰ ਲਿਖਣਾ ਹੈ ਹਾਂਜੀ ਇਹ ਲਿਖਿਆ ਵਿੱਚੋਂ ਕਿਹੜੀ ਸੰਸਥਾ ਭਾਰਤ ਵਿੱਚ ਉੱਚ ਸਿੱਖਿਆ ਨੂੰ ਨਿਯੰਤਰਣ ਕਰਦੀ ਹੈ ਗੱਲ ਹੋ ਰਹੀ ਹੈ ਹਾਇਰ ਐਜੂਕੇਸ਼ਨ ਦੀ ਤਾਂ UGC ਇਹਨੂੰ ਕੰਟਰੋਲ ਕਰਦੀ ਹੈ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ 1954 ਦੇ ਵਿੱਚ ਦੀ ਸਥਾਪਨਾ ਹੋਈ ਸੀ ਸੂਚਕਾਂਕ ਪਤਾ ਕਰਨ ਦੇ ਲਈ ਕਿਹੜਾ ਫਾਰਮੂਲਾ ਸਭ ਤੋਂ ਬਿਹਤਰ ਹੈ ਵਧੀਆ ਹੈ ਉਹ ਹੈ ਜੀ ਫਿਸ਼ਰ ਦਾ ਮੈਥਡ ਠੀਕ ਹੈ ਜੀ ਇਹ ਤਿੰਨ ਚ ਰੱਖ ਲੈਣਾ ਤਿੰਨੇ ਮੈਥਡ ਚੰਗੀ ਤਰੀਕੇ ਦੇ ਨਾਲ ਫਾਰਮੂਲੇ ਯਾਦ ਕਰ ਲੈਣੇ ਕਿੰਨੇ ਚਰਾਂ ਦੇ ਵਿੱਚ ਸਹਿਸੰਬੰਧ ਹੋ ਸਕਦਾ ਹੈ 2 ਜਾਂ 2 ਤੋਂ ਵੱਧ 2 ਤੋਂ ਵੱਧ ਜਿੰਨੇ ਵੀ ਜਾਨੀ ਕਿ ਤੇ ਸਾਰੇ ਦੇ ਸਾਰੇ ਆ ਜਾਣਗੇ ਠੀਕ ਹੈ ਜੀ ਹਾਂ ਜੀ 1947 ਦੀ ਵੰਡ ਦੇ ਸਮੇਂ ਭਾਰਤ ਨੂੰ ਮੁਕਾਬਲੇ ਵਿੱਚ ਜ਼ਮੀਨ ਘੱਟ ਮਿਲੀ ਤੇ ਆਬਾਦੀ ਜਿਹੜੀ ਉਹ ਵੱਧ ਮਿਲੀ ਠੀਕ ਹੈ ਜੀ ਇੱਥੇ ਸ਼ਬਦ ਰਹਿ ਗਏ ਪਰ ਇਸ ਸਵਾਲ ਨੂੰ ਜੇ ਆਪਾਂ ਉਸ ਵੱਲੋਂ ਨਹੀਂ ਦੇਖਦੇ ਦੂਜੂ ਦੇਖਦੇ ਹਾਂ ਕੰਪੈਰੀਜ਼ਨ ਪਾਕਿਸਤਾਨ ਦੇ ਤਾਂ ਭਾਰਤ ਅਬਾਦੀ ਵੀ ਭਾਰ ਦੇ ਹਿੱਸੇ ਜ਼ਿਆਦਾ ਹੈ ਠੀਕ ਹੈ ਪਰ ਇਥੇ ਕੰਪੈਰੀਜ਼ਨ ਨਹੀਂ ਦੋ ਚੀਜ਼ਾਂ ਦੀ ਕੰਪੈਰੀਜ਼ਨ ਕਰਨੀ ਸੀ ਆਪਾਂ ਜ਼ਮੀਨ ਤੇ ਆਬਾਦੀ ਦੀ ਭਾਰਤ ਨੂੰ ਮੁਕਾਬਲੇ ਵਿੱਚ ਜ਼ਮੀਨ ਘੱਟ ਤੇ ਆਬਾਦੀ ਵੱਧ ਆਈ ਜੀ ਆਬਾਦੀ ਦੇ ਹਿਸਾਬ ਨਾਲ ਜ਼ਮੀਨ ਨਹੀਂ ਮਿਲੇਗੀ भूमि ਸੁਧਾਰਾਂ ਦੇ ਕਾਰਨ ਭਾਰਤੀ ਖੇਤੀ ਦੀ ਉਤਪਾਦਕਤਾ ਡੈਸ਼ ਹੈ ਜਦੋਂ ਭੂ ਰਿਫਾਰਮਸ ਹੁੰਦੇ ਆ ਲੈਂਡ ਰਿਫਾਰਮਸ ਹੁੰਦੇ ਆ ਤਾਂ ਖੇਤੀ ਦੀ ਉਤਪਾਦਕਤਾ ਤੇ ਸੁਧਾਰ ਹੁੰਦਾ ਹੈ ਵਧਦੀ ਹੈ ਭਾਰਤ ਵਿੱਚ ਆਰਥਿਕ ਸੁਧਾਰ ਹੈ ਜਿਹੜੀ ਆਪਾਂ ਬਹੁਤ ਵਾਰ ਪੜ ਚੁੱਕੇ ਹਾਂ 24 ਜੁਲਾਈ 1991 ਨੂੰ ਇਹ ਸ਼ੁਰੂ ਹੋਈ ਸੀਗੇ ਸਾਖ ਦਾ ਗੈਰ ਸੰਸਥਾਗਤ ਸਰੋਤ ਦੋ ਪ੍ਰਕਾਰ ਦੇ ਸਾਖ ਜਾਂ ਉਧਾਰ ਦੇ ਸਰੋਤ ਹੁੰਦੇ ਆ ਸੰਸਥਾਗਤ ਤੇ ਗੈਰ ਸੰਸਥਾਗਤ ਸੰਸਥਾਗਤ ਦਾ ਮਤਲਬ ਇੱਕ ਸੰਸਥਾ ਬਣੀ ਹੋਈਗੀ ਜਿਹਦੇ ਵਿੱਚ ਬਹੁਤ ਸਾਰੇ ਲੋਕ ਕੰਮ ਕਰਦੇ ਹੋਣਗੇ ਸਰਕਾਰ ਦੇ ਨਿਯਮ ਉੱਤੇ ਲੱਗ ਹੁੰਦੇ ਹੋਣਗੇ ਉਹਨੂੰ ਸੰਸਥਾਗਤ ਸਰੋਤ ਕਹਿੰਦੇ ਨੇ ਹਰ ਪ੍ਰਕਾਰ ਦੇ ਬੈਂਕ ਠੀਕ ਹੈ ਹਰ ਪ੍ਰਕਾਰ ਦੀਆਂ ਸਰਕਾਰ ਦੀਆਂ ਸਕੀਮਾਂ ਪਾਲਿਸੀਆਂ ਠੀਕ ਹੈ ਇਹਦੇ ਵਿੱਚ ਸ਼ਾਮਲ ਹੋਣੀਆਂ ਤੇ ਗੈਰ ਸੰਸਥਾਗਤ ਸਰੋਤ ਦੇ ਵਿੱਚ ਕੀ ਆਏਗਾ ਜਿਹਦੇ ਵਿੱਚ ਆਉਣਗੇ ਜੀ ਆਪਣੇ ਦੋਸਤ ਰਿਸ਼ਤੇਦਾਰ ਮਹਾਜਨ ਸ਼ਾਹੂ ਕਾਰਵਪਾਰੀ ਜ਼ਕੀਰਦਾਰ ਇਹ ਸਾਰੇ ਕੀ ਚਾਣਗੇ ਗੈਰ ਸੰਸਥਾਗਤ ਸਰੋਤ ਵਿੱਚ ਨੈਕਸਟ ਹੈ ਜੀ ਇਹਨਾਂ ਦਿੱਤਿਆਂ ਵਿੱਚੋਂ ਕਿਹੜਾ ਭਾਰਤ ਵਿੱਚ ਬੁਨਿਆਦੀ ਢਾਂਚੇ ਦਾ ਮੁੱਖ ਹਿੱਸਾ ਹੈ ਗੱਲ ਹੋ ਰਹੀ ਹੈ ਜੀ ਇਨਫਰਾਸਟ੍ਰਕਚਰ ਦੀ ਊਰਜਾ ਸਿੱਖਿਆ ਸਿਹਤ ਇਹ ਸਾਰੇ ਇਨਫਰਾਸਟ੍ਰਕਚਰ ਦੇ ਹਿੱਸੇ ਆ ਇਨਫਰਾਸਟ੍ਰਕਚਰ ਦੋ ਪ੍ਰਕਾਰ ਦਾ ਹੁੰਦਾ ਇਕਨੋਮਿਕ ਤੇ ਸੋਸ਼ਲ ਸੋਸ਼ਲ ਦੇ ਵਿੱਚ ਸਮਾਜਿਕ ਇਨਫਰਾਸਟ੍ਰਕਚਰ ਦੇ ਵਿੱਚ ਦੋ ਚੀਜ਼ਾਂ ਆਉਂਦੀਆਂ ਸਿੱਖਿਆ ਤੇ ਸਿਹਤ ਤੇ ਬਾਕੀ ਸਾਰੀ ਕੀਚੇ ਆਂਦੇ ਐ ਇਕਨੋਮਿਕ ਐਂਡ ਇਨਫਰਾਸਟ੍ਰਕਚਰ ਚ ਗੱਲ ਹੋ ਰਹੀ ਹੈ ਅਗਲੇ ਸਵਾਲ ਦੀ ਆਯੂਸ਼ ਦੀ ਫੁੱਲ ਫਾਰਮ ਦੱਸਣੀ ਹੈ ਇਹਦਾ ਮਤਲਬ ਹੁੰਦਾ ਆਯੁਰਵੈਦਿਕ ਤੇ Y ਦਾ ਮਤਲਬ ਹੁੰਦਾ ਜੁਨਾਨੀ ਸੋਰੀ Y ਦਾ ਮਤਲਬ ਹੁੰਦਾ ਹੈ ਯੋਗਾ ਜੋ ਦਾ ਮਤਲਬ ਹੁੰਦਾ ਜੁਨਾਨੀ ਇਸ ਦਾ ਮਤਲਬ ਸਿੱਧਾ H ਦਾ ਮਤਲਬ ਹੈ ਹੈਮੋਪੈਥੀ ਠੀਕ ਹੈ ਇੱਥੇ A ਦਾ ਮਤਲਬ ਆਯੁਰਵੈਦਿਕ ਹੋਣਾ ਸੀ ਪਰ ਇਨਾਂ ਲਿਖਿਆ ਹੋਇਆ ਐਲੋਪੈਥੀ ਹਾਂਜੀ ਆਯੂਸ਼ ਦੀ ਫੁੱਲ ਫਾਰਮ ਤੇ ਨਾਜ਼ਰ ਕਰ ਲੈਣੀ ਹੈ ਆਯੁਰਵੈਦਿਕ ਠੀਕ ਹੈ ਜੀ Y ਤੇ ਯੋਗਾ J ਦੇ ਜੁਨਾਨੀ S ਤੇ ਸਿੱਧਾ H ਤੇ ਹੈਮੈਥੀ ਠੀਕ ਹੈ ਜੀ ਇਸਵਾਲ ਦਾ ਰਾਈਟ ਆਨਸਰ ਹੋਏਗਾ ਪੁਚੇ ਸੀਗਾ ਐਲੋਪੈਥੀ ਹੂੰ ਭਾਰਤ ਵਿੱਚ ਵਾਤਾਵਰਣ ਸੁਰੱਖਿਆ ਐਕਟ ਕਦੋਂ ਪਾਸ ਕੀਤਾ ਗਿਆ ਹਾਂਜੀ 1986 ਦੇ ਵਿੱਚ ਪਾਸ ਕੀਤਾ ਗਿਆ ਸੀ ਨੈਕਸਟ ਹੈ ਜੀ ਗੰਦੀ ਪਰਵਰਤਨ ਛਿਲਤਾ ਵਟਾਂਦਰਾ ਦਰ ਡੈਸ਼ ਨਾਲ ਸੰਬੰਧਿਤ ਹੈ ਹਾਂਜੀ ਇਹ ਹੈ ਜੀ ਲਚਕਦਾਰ ਵਟਾਂਦਰਾ ਦਰ ਨਾਲ ਠੀਕ ਹੈ ਜੀ ਇਹ ਇਸਦਾ ਇੱਕ ਹਿੱਸਾ ਹੈ ਫਲੋਟਿੰਗ ਜਿਹਨੂੰ ਡਾਟੇ ਫਲੋਟਿੰਗ ਆਪਾ ਫੋਰਨ ਐਕਸਚੇਂਜ ਰੇਟ ਕਹਿੰਦੇ ਨੇ ਨੂੰ ਠੀਕ ਹੈ ਜੀ ਨੈਕਸਟ ਅਜੇ ਆਪਣੇ ਕੋਲ ਸਚਨਾਤਮਕ ਬੇਰੋਜ਼ਗਾਰੀ ਹੈ ਮੈਂ ਬਿਲਕੁਲ ਦੱਸਿਆ ਜੀ ਜਦੋਂ ਟੈਕਨੀਕ ਵਿੱਚ ਪਰਵਰਤਨ ਆਉਂਦੇ ਕਾਨ ਕੁਝ ਲੋਕ ਬੇਰੋਜ਼ਗਾਰ ਹੁੰਦੇ ਹਨ ਸਚਨਾਤਮਕ ਬੇਰੋਜ਼ਗਾਰੀ ਕਿਹਾ ਜਾਂਦਾ ਹੈ ਠੀਕ ਹੈ ਜੀ ਗਾਂ ਦੂਜੀ ਗੱਲ ਹੋ ਰਹੀ ਹੈ ਸਾਧਨਾਂ ਦੀ ਘਾਟ ਜਾਨਕਿ ਕੱਚੇ ਮਾਲ ਦੀ ਘਾਟ ਹੋਰ ਘਾਟ ਬਿਜਲੀ ਦੀ ਘਾਟ ਇਹ ਸੰਘਰਸ਼ਾਤਮਕ ਬੇਰੋਜ਼ਗਾਰੀ ਹੁੰਦੀ ਹੈ ਧਿਆਨ ਚ ਰੱਖ ਲੈਣਾ ਠੀਕ ਹੈ ਜੀ ਨੈਕਸਟ ਅਜੇ ਆਪਣੇ ਕੋਲ ਜਦੋਂ ਐਮ ਪੀਸੀ ਦਾ ਮਲ 0.25 ਹੈ ਐਮ ਪੀਐਸ ਦਸਨੀ ਹੈ ਪੁਆਇੰਟ ਤੋਂ ਬਾਅਦ ਦੋ ਡਿਸਟੈਸ 100 ਬਣਾਉਣਾ ਹੈ ਤਾਂ 0 ਇਹਠਾਂ ਦਿੱਤੇ ਵਿੱਚੋਂ ਕਿਹੜਾ ਟੈਕਸ ਆਪਰਤਕ ਟੈਕਸ ਹੈ ਹਾਂਜੀ ਵੈਲਥ ਟੈਕਸ ਪੱਤੀਕਾਰ ਇਹ ਡਾਇਰੈਕਟ ਹੈ ਜੀ ਇਨਕਮ ਟੈਕਸ ਵੀ ਡਾਇਰੈਕਟ ਹੈ ਉਤਪਾਦਕ ਡਿਊਟੀ ਜਨੋਕਸਾਈਡ ਡਿਊਟੀ ਕਹਿੰਦੇ ਨੇ ਜਿਹਦੇ ਵਿੱਚ ਨਸ਼ੀਲੇ ਪਦਾਰਥਾਂ ਤੇ ਲੱਗਨੇ ਵਾਲੇ ਸਾਰੇ ਕਰ ਸ਼ਾਮਲ ਹੁੰਦੇ ਆ ਉਹਨੂੰ ਆਪਾਂ ਕੀ ਕਵਾਂਗੇ ਆਪਰਤਕ ਟੈਕਸ ਇਥਾਂ ਦਿੱਤੇ ਵਿੱਚੋਂ ਕਿਹੜਾ ਗੈਟ ਕਾਊ ਨਾਸ਼ਵਾਨ ਵਸਤੂ ਹੈ ਨਾਸ਼ਵਾਨ ਜਾਂ ਗੈਟ ਕਾਊ ਮਤਲਬ ਸਹੀ ਨਹੀਂ ਹੈ ਹਾਂਜੀ ਦੁੱਧ ਹੈ ਉਹ ਵੱਤਵਲ 24 ਘੰਟੇ ਜਾਂ 48 ਘੰਟੇ ਚੱਲਦਾ ਬਖਸੀ ਉਹ ਖਰਾਬ ਹੋ ਜਾਂਦਾ ਹੈ ਇਸ ਤੋਂ ਬਾਅਦ ਦੁੱਧ ਫਲ ਸਬਜ਼ੀਆਂ ਇਹ ਸਾਰੀਆਂ ਇਹਦੇ ਵਿੱਚ ਸ਼ਾਮਲ ਵਸਤੂਆਂ ਤੇ ਸਬੰਧ ਦੇ ਪ੍ਰਵਾਹ ਨੂੰ ਆਪਾਂ ਕੁੱਲ ਪੂਰਤੀ ਕਹਿੰਦੇ ਆ ਜਾਂ ਰੀਅਲ ਫਲੋ ਵੀ ਕਹਿ ਸਕਦੇ ਆ ਇੱਥੇ ਲਿਖਿਆ ਵਿੱਚੋਂ ਕਿਹੜਾ ਸਮਾਵੇਸ਼ ਵਿੱਚ ਸ਼ਾਮਿਲ ਲੱਗ ਰਹੀ ਹੈ ਇੰਜੈਕਸ਼ਨ ਦੇ ਕੰਪੋਨੈਂਟ ਦੀ ਇੰਜੈਕਸ਼ਨ ਕੀ ਚੀਜ਼ ਹੈ ਉਹ ਇੱਕ ਇਕਨੋਮਿਕ ਆਰਥਿਕ ਚਾਰ ਹੁੰਦਾ ਹੈ ਜਿਹੜਾ ਕਿ ਆਮਦਨ ਦੇ ਚੱਕਰੀ ਪ੍ਰਵਾਹ ਤੇ ਧਨਾਤਮਕ ਪ੍ਰਭਾਵ ਪਾਉਂਦਾ ਹੈ ਠੀਕ ਹੈ ਜੀ ਨੂੰ ਆਪਾਂ ਸਮਾਵੇਸ਼ ਕਰ ਦਿੰਨੇ ਆ ਇਹਦੇ ਵਿੱਚ ਨਰਜਾਤ ਵੀ ਸ਼ਾਮਿਲ ਹੈ ਇਹਦੇ ਵਿੱਚ ਸਰਕਾਰ ਉਪਭੋਗ ਖਰਚ ਵੀ ਸ਼ਾਮਿਲ ਹੈ ਚਾਹੀਓ ਸਰਕਾਰ ਦੁਆਰਾ ਕੀਤਾ ਹੋ ਗਿਆ ਹੋਵੇ ਠੀਕ ਹੈ ਜੀ ਤੇ ਇੱਕ ਇਹਦੇ ਵਿੱਚ ਨਰਜਾਤ ਹੋ ਗਿਆ ਉਪਭੋਗ ਖਰਚ ਹੋ ਗਿਆ ਠੀਕ ਹੈ ਜੀ ਤੇ ਇੱਕ ਜਿਹੜੀ ਚੀਜ਼ ਹੈ ਹੋਰ ਹੁੰਦਾ ਨਿਵੇਸ਼ ਸੌਰੀ ਇਨਵੈਸਟਮੈਂਟ ਉਹ ਤਿੰਨ ਚੀਜ਼ਾਂ ਦੇ ਵਿੱਚ ਸ਼ਾਮਲ ਹੁੰਦੀਆਂ ਹਾਂਜੀ ਨੈਕਸਟ ਹੈ ਜਿਹੜਾ ਆਪਣੇ ਕੋਲ ਹੈ ਜੀ ਟੋਪਿਕ ਦੇ ਵਿੱਚ ਸਵਾਲ ਜਦੋਂ ਸਹਿਸੰਬੰਧ ਗੁਨਾਕ 0.25 ਅਤੇ 0.75 ਦੇ ਵਿਚਕਾਰ ਹੁੰਦਾ ਹੈ ਤਾਂ ਇੱਕ ਇਸ ਪ੍ਰਕਾਰ ਦਾ ਹੁੰਦਾ ਹੈ ਡਿਗਰੀ ਦੱਸਣੀ ਆਪਾਂ ਹਾਂਜੀ ਇਹ ਮੋਡਰੇਟ ਡਿਗਰੀ ਆਫ ਕੋਰਲੇਸ਼ਨ ਹੁੰਦਾ ਹੈ ਠੀਕ ਹੈ ਜੀ ਯਾਦ ਰੱਖ ਲੈਣਾ ਵਿਚਕਾਰਲੇ ਦਰਜੇ ਦਾ ਸਹਿਸੰਬੰਧ ਹੁੰਦਾ ਹੈ ਠੀਕ ਹੈ ਜੀ ਸਟੇਟਮੈਂਟ ਸੇ ਤੱਕ ਕਿ ਤੇ ਜਨਵਾਲਾ ਖਰਚ ਮਾਨਵੀ ਪੂੰਜੀ ਨਿਰਮਾਣ ਦਾ ਇੱਕ ਨੰਦਾਰਤਕ ਤੱਤ ਹੈ ਇਹ ਵੀ ਬਿਲਕੁਲ ਸਟੇਟਮੈਂਟ ਸ ਅਗਿਆਤ ਜੀ ਸਹਿਸਬੰਧਕ ਗੁਣਾਕ ਹਮੇਸ਼ਾ ਧਨਾਤਮਕ ਹੁੰਦਾ ਹੈ ਇਹ ਗਲਤ ਹੈ ਜੀ ਧਨਾਤਮਕ ਵੀ ਹੋ ਸਕਦਾ ਹੈ ਰਣਾਤਮਕ ਵੀ ਹੋ ਸਕਦਾ ਹੈ ਤੇ ਜ਼ੀਰੋ ਵੀ ਹੋ ਸਕਦਾ ਹੈ ਆਪਰਤਕ ਕਰਨ ਦਾ ਭਾਰ ਦੂਸਰੇ ਵਿਅਕਤੀਆਂ ਤੇ ਪਾਇਆ ਜਾ ਸਕਦਾ ਹੈ ਬਿਲਕੁਲ ਸਹੀ ਹੈ ਜੀ ਇੰਡਾਇਰੈਕਟ ਟੈਕਸ ਜਿਹੜੇ ਇਹ ਸ਼ਿਫਟੇਬਲ ਹੁੰਦੇ ਹੈ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੇ ਦਾ ਭਾਰ ਪਾਇਆ ਜਾ ਸਕਦਾ ਹੈ ਜੋਗਾਂ ਦੇ ਵਿਕਾਸ ਨਾਲ ਖੇਤੀ ਤੇ ਕਿਰਤ ਦਾ ਭਾਰ ਘਟ ਹੋਵੇਗਾ ਬਿਲਕੁਲ ਸਹੀ ਹੈ ਜਿਹੜੇ ਸ਼ੁਪੇ ਹੋਏ ਬੇਰੁਜ਼ਗਾਰ ਖੇਤੀ ਵਿੱਚ ਕੰਮ ਕਰ ਰਹੇ ਹਨ ਉਹਨਾਂ ਨੂੰ ਇੱਥੋਂ ਕੱਢ ਕੇ ਅਰ ਜੋਗੀ ਖੇਤਰਵਲ ਪੇ ਜਾ ਜਾ ਸਕਦਾ ਹੈ ਤੇ ਖੇਤੀਬਾੜੀ ਦੇ ਕਿਰਤਦਾਪ ਹਾਰਾ ਜਿਹੜਾ ਉਹ ਘਟੇਗਾ 1948 ਵਿੱਚ ਭਾਰਤ ਵਿੱਚ ਪੜ੍ਹੇ ਲਿਖੇ ਲੋਕ ਸਿਰਫ 18% ਸਨ ਬਿਲਕੁਲ ਸਹੀ ਸਟੇਟਮੈਂਟ ਹੈ ਜੀ ਤੇ ਜੇ ਗੱਲ ਪੁੱਛ ਲੈਣ ਅਨਪੜ੍ਹ ਤਾਂ 82% ਲੋਕ ਅਨਪੜ੍ਹ ਸਨ ਐਮਪੀਸੀ 0.6 ਹੈ ਤਾਂ ਐਮਪੀਸੀ 0.4 ਹੋਵੇਗੀ ਦੋਨਾਂ ਦਾ ਜੋੜ ਚੈੱਕ ਕਰਕੇ ਦੇਖੋ 10 ਬਣ ਗਿਆ ਹਾਂਜੀ ਬਣ ਗਿਆ ਜੀ ਇਹ ਟੂ ਸਟੇਟਮੈਂਟ ਹੈ ਸਾਡੇ ਦੇਸ਼ ਦਾ ਕੇਂਦਰੀ ਬੈਂਕ ਆਰਬੀਆਈ ਹੈ ਬਿਲਕੁਲ ਸਹੀ ਸਟੇਟਮੈਂਟ ਹੈ ਮੁਦਰਾ ਵਿੱਚ ਕੇਵਲ ਨੋਟ ਸ਼ਾਮਲ ਹੁੰਦੇ ਹਨ ਇਹ ਗਲਤ ਹੈ ਜੀ ਸਿੱਕੇ ਵੀ ਸ਼ਾਮਲ ਹੁੰਦੇ ਹੈ ਜੀ ਜਸਟੀਆ ਤੇ ਸ਼ਾਸਤਰ ਦੇ ਲਈ ਜੋ ਸਹੀ ਹੈ ਉਹ ਸਮਸਟੀ ਲਈ ਵੀ ਸਹੀ ਹੋਏਗਾ ਇਸ ਸਟੇਟਮੈਂਟ ਫਾਲਸ ਹੈ ਜਸਟੀ ਦੇ ਵਿੱਚ ਕਹਿੰਦੇ ਬਚਤ ਨੂੰ ਲਾਹੇਵੰਦ ਕਿਹਾ ਗਿਆ ਹੈ ਪਰ ਸਮਸਟੀ ਦੇ ਵਿੱਚ ਉਹ ਅਰਥਵਸਥਾ ਲਈ ਹਾਨੀਕਾਰਕ ਹੋ ਜਾਵੇਗੀ ਨੀਤੀ ਜੋਗੀ ਦੀ ਸਥਾਪਨਾ 1 ਜਨਵਰੀ 2015 ਨੂੰ ਕੀਤੀ ਗਈ ਬਿਲਕੁਲ ਟ੍ਰੂ ਸਟੇਟਮੈਂਟ ਹੈ ਕਿਰਤ ਪੂਰਤੀ ਅਤੇ ਕਿਰਤ ਸ਼ਕਤੀ ਸਮਾਨਾਰਥਿਕ ਸ਼ਬਦ ਹਨ ਹਾਂਜੀ ਇਹ ਸਟੇਟਮੈਂਟ ਫਾਲਸ ਹੈ ਕਿਉਂਕਿ ਦੋਹਾਂ ਦੇ ਵਿੱਚ ਅੰਤਰ ਪਾਇਆ ਜਾਂਦਾ ਜਿੱਥੇ ਵੀ ਪੂਰਤੀ ਸ਼ਬਦ ਆ ਜੇ ਉਹਦਾ ਸਬੰਧ ਹੈ ਮਜ਼ਦੂਰੀ ਦੀ ਦਰ ਨਾਲ ਕਿਰਤ ਪੂਰਤੀ ਦਾ ਸਬੰਧ ਮਜ਼ਦੂਰੀ ਦੀ ਦਰ ਨਾਲ ਹੈ ਇਸ ਦਾ ਸਿੱਧਾ ਸਬੰਧ ਪਾਇਆ ਜਾਂਦਾ ਹੈ ਭਾਗ ਮਜ਼ਦੂਰੀ ਵਧਣ ਤੇ ਕਿਰਤਪੂਰਤੀ ਵਧਦੀ ਹੈ ਮਜ਼ਦੂਰੀ ਦੀ ਦਰ ਘਟਣ ਦੇ ਕਿਰਤਪੂਰਤੀ ਘਟਦੀ ਹੈ ਦੂਸਰੇ ਪਾਸੇ ਹੈ ਕਿਰਤ ਸ਼ਕਤੀ ਜਿਹਨੂੰ ਆਪਾਂ ਵਰਕ ਫੋਰ ਲੇਬਰ ਫੋਰਸ ਕਹਿੰਦੇ ਆ ਲੇਬਰ ਫੋਰਸ ਮੀਨਸ ਦੋਜ਼ ਪੀਪਲ ਹੂ ਆਰ ਵਿਲਿੰਗ ਟੂ ਵਰਕ ਐਟ ਦੀ ਐਗਜ਼ਿਸਟਿੰਗ ਰੇਟ ਆਫ ਵੇਜਸ ਠੀਕ ਹੈ ਕਿਰਤ ਸ਼ਕਤੀ ਤੋਂ ਭਾਵ ਉਹਨਾਂ ਲੋਕਾਂ ਦੀ ਗਿਣਤੀ ਤੋਂ ਹੈ ਜਿਹੜੇ ਵਰਤਮਾਨ ਮਜ਼ਦੂਰੀ ਦੀ ਦਰ ਤੇ ਕੰਮ ਕਰਨਾ ਚਾਹੁੰਦੇ ਹਨ ਤੇ ਕੰਮ ਕਰਨ ਦੇ ਸਮਰਥ ਹਨ ਪੌਦਿਕ ਪੂੰਜੀ ਤੋਂ ਪਾਵੇਂ ਮਸ਼ੀਨਾਂ ਤੇ ਜੰਤਰਾਂ ਤੋਂ ਹੈ ਹਾਂਜੀ ਬਿਲਕੁਲ ਸਹੀ ਹੈ ਤਿੰਨ ਪ੍ਰਕਾਰ ਦੀ ਪੂੰਜੀ ਹੁੰਦੀ ਹੈ ਮਨੁੱਖੀ ਪੂੰਜੀ ਜਿਹਦੇ ਵਿੱਚ ਸਾਰੇ ਸਕਿਲਡ ਤੇ ਪੜ੍ਹੇ ਲਿਖੇ ਜਿਹੜੇ ਆ ਜਾਂਦੇ ਆ ਉਹਨੂੰ ਆਪਾਂ ਮਨੁੱਖੀ ਪੂੰਜੀ ਕਹਿੰਦੇ ਨੇ ਆ ਦੂਸਰੀ ਉਹਦੇ ਕੁਦਰਤੀ ਪੂੰਜੀ ਜਿਸ ਦੇ ਵਿੱਚ ਕੁਦਰਤ ਵੱਲੋਂ ਮਿਲਣ ਵਾਲੇ ਹਰ ਪ੍ਰਕਾਰ ਦੇ ਮਫਤ ਉਪਹਾਰ ਜਿਹਦੇ ਵਿੱਚ ਕੋਲਾ ਲੋਹਾ ਪੈਟਰੋਲ ਡੀਜ਼ਲ ਤੇ ਭੂਮੀ ਦਾ ਉਪਜਾਉ ਪੰਣ ਸ਼ਾਮਲ ਹੈ ਤੇ ਤੀਸਰੀ ਪ੍ਰਕਾਰ ਦੀ ਪੂੰਜੀ ਭੌਤਿਕ ਪੂੰਜੀ ਜਿਹਦੇ ਵਿੱਚ ਮਸ਼ੀਨਾਂ ਤੇ ਜੰਤਰ ਆਤ ਸ਼ਾਮਲ ਹੁੰਦੇ ਆ ਵਰਤਮਾਨ ਸਮੇਂ ਦੇ ਵਿੱਚ ਭਾਰਤੀ ਅਰਥਵਿਵਸਥਾ ਇੱਕ ਵਿਕਾਸਸ਼ੀਲ ਅਰਥਵਿਵਸਥਾ ਹੈ ਬਿਲਕੁਲ ਸਹੀ ਕਥਨਾ ਹੈ ਠੀਕ ਹੈ ਤਿੰਨ ਪ੍ਰਕਾਰ ਦੀ ਇਕਨੋਮੀ ਆਪਾਂ ਇਹਦੇ ਵਿੱਚ ਦੇਖਦੇ ਹਾਂ ਵਿਕਸਿਤ ਜਿਵੇਂ ਅਮਰੀਕਾ ਦੀ ਹੋਗੀ ਜਾਪਾਨ ਦੀ ਹੋਗੀ ਤੇ ਡਿਵੈਲਪਿੰਗ ਜਿਵੇਂ ਭਾਰਤ ਹੋ ਗਿਆ ਜਿਹੜਾ ਕਿ ਗਰੀਬੀ ਤੋਂ ਅਮੀਰੀ ਵਾਲੇ ਪਾਸੇ ਜਾ ਰਿਹਾ ਉਹਨੂੰ ਆਪਾਂ ਡਿਵੈਲਪਿੰਗ ਕਹਿ ਦਿੰਦੇ ਆ ਤੇ ਤੀਸਰਾ ਹੁੰਦੀ ਅੰਡਰ ਡਿਵੈਲਪਡ ਠੀਕ ਹੈ ਜਿਹੜੇ ਕਿ ਗਰੀਬ ਦੇਸ਼ ਆ ਜਾਂਦੇ ਆ ਜੇਕਰ ਸਿਮਾਂਤ ਉਪਭੋਗ ਪ੍ਰਵ੍ਰਤੀ ਦਾ ਮੁੱਲ 0.5 ਹੈ ਤੇ ਸਿਮਾਂਤ ਬਚਤ ਪ੍ਰਵ੍ਰਤੀ ਦਾ ਮੁੱਲ 1.5 ਹੋਵੇਗਾ ਸਟੇਟਮੈਂਟ ਟ੍ਰੂ ਹਯਾ ਜਾ ਫਾਲਸ ਸਟੇਟਮੈਂਟ ਹੈ ਫਾਲਸ ਕਿਉਂਕਿ ਐਮਪੀਸੀ ਤੇ ਐਮਪੀਐਸ ਦਾ ਜਿਹੜਾ ਮੁੱਲ ਹੈ ਉਹ ਹਮੇਸ਼ਾ 0 ਤੇ 1 ਦੇ ਵਿਚਕਾਰ ਲਾਈ ਕਰਦਾ ਹੈ ਪਰ ਇੱਥੇ ਮੁੱਲੀ 1.5 ਦਿੱਤਾ ਉਹ 1 ਤੋਂ ਵੱਡਾ ਗੁਣਕ ਦੋ ਧਾਰੀ ਤਲਵਾਰ ਹੈ ਬਿਲਕੁਲ ਟ੍ਰੂ ਸਟੇਟਮੈਂਟ ਹੈ ਦੋ ਪ੍ਰਕਾਰ ਦੇ ਇਹਦੇ ਵਿੱਚ ਹੁੰਦਾ ਹੈ ਫਾਰਵਰਡ ਐਕਸ਼ਨ ਆਫ ਮਲਟੀਪਲਾਇਰ ਤੇ ਬੈਕਵਰਡ ਐਕਸ਼ਨ ਆਫ ਮਲਟੀਪਲਾਇਰ ਭਾਅ ਨਵੇਸ਼ ਵਧੇਗਾ ਨਵੇਸ਼ ਵਧਨ ਦੇ ਨਾਲ ਆਮਦਨ ਕਈ ਗੁਣਾ ਵਧੇਗੀ ਇਹਨੂੰ ਆਪਾਂ ਗੁਣਕ ਦੀ ਅਨੁਕੂਲ ਪ੍ਰਕਿਰਿਆ ਜਾਂ ਫਾਰਵਰਡ ਐਕਸ਼ਨ ਆਫ ਮਲਟੀਪਲਾਇਰ ਕਹਿ ਦਿੰਦੇ ਆ ਤੇ ਦੂਸਰੀ ਹੁੰਦੀ ਹੈ ਬੈਕਵਰਡ ਐਕ ਨਵੇਸ਼ ਘਟਨ ਤੇ ਆਮਦਨ ਕਈ ਗੁਣਾ ਜ਼ਿਆਦਾ ਘਟ ਜਾਂਦੀ ਹੈ ਘਟ ਮੰਗ ਤੇ অতি ਵੱਧ ਮੰਗ ਦੇ ਫਲਸਰੂਪ ਵਪਾਰਕ ਚੱਕਰਾਂ ਦਾ ਜਨਮ ਹੁੰਦਾ ਹੈ ਬਿਲਕੁਲ ਸਹੀ ਵਪਾਰਕ ਚੱਕਰਾਂ ਤੋਂ ਭਾਪ ਕੀਮਤਾਂ ਦੇ ਵਿੱਚ ਕਦੇ ਬਹੁਤ ਜ਼ਿਆਦਾ ਤੇਜ਼ੀ ਦਾ ਆਉਣਾ ਕਦੇ ਬਹੁਤ ਜ਼ਿਆਦਾ ਮੰਦੀ ਦਾ ਆਉਣਾ ਜਦੋਂ ਮੰਗ ਬਹੁਤ ਅਧਿਕ ਹੋ ਜਾਂਦੀ ਹੈ ਤਾਂ ਕੀਮਤਾਂ ਬਹੁਤ ਆਸਮਾਨ ਨੂੰ ਛੂ ਜਾਂਦੀਆਂ ਜਦੋਂ ਮੰਗ ਵਿੱਚ ਕਮੀ ਬਹੁਤ ਜ਼ਿਆਦਾ ਆ ਜਾਏ ਘਟ ਮੰਗ ਆ ਜਾਏ ਤਾਂ ਉਹਦੀ ਕੀਮਤਾਂ ਵਸਤੂਆਂ ਦੀਆਂ ਬਹੁਤ ਘਟ ਜਾਂਦੀਆਂ ਇਸੇ ਨੂੰ ਵਪਾਰਕ ਚੱਕਰ ਕਹਿੰਦੇ ਆ ਸੂਚਕਾਂਕ ਪ੍ਰਾਈਸ ਇੰਡੈਕਸ ਨੰਬਰ ਦੀ ਗੱਲ ਹੋ ਰਹੀ ਹੈ ਸਭ ਤੋਂ ਬਿਹਤਰੀਨ ਵਧੀਆ ਫਾਰਮੂਲਾ ਫਿਸ਼ਰ ਦੀ ਵਿਧੀ ਹੈ ਵਪਾਰ ਵਿੱਚ ਮੁਦਰਾ ਮੁਦਰਾ ਵਿੱਚ ਕੇਵਲ ਨੋਟ ਸ਼ਾਮਲ ਕੀਤੇ ਜਾਂਦੇ ਹਨ ਇਹ ਸਟੇਟਮੈਂਟ ਫਾਲਸ ਹੈ ਵਪਾਰਕ ਬੈਂਕ ਨੋਟ ਜਾਰੀ ਕਰ ਸਕਦੇ ਹਨ ਇਸ ਸਟੇਟਮੈਂਟ ਵੀ ਫਾਲਸ ਹੈ ਕੇਂਦਰੀ ਬੈਂਕੀ ਕੇਵਲ ਨੋਟ ਜਾਰੀ ਕਰਨ ਦਾ ਇਕਮਾਤਰ ਅਧਿਕਾਰ ਰੱਖਦਾ ਹੈ ਬਸਟ ਇੱਕ ਵਿੱਤੀ ਸਾਲ ਵਿੱਚ ਸਰਕਾਰ ਦੀ ਆਮਦਨ ਤੇ ਖਰਚ ਦਾ ਬਿਉਹਰਾ ਹੈ ਹਾਂਜੀ ਇਹ ਬਿਲਕੁਲ ਸਹੀ ਹੈ ਠੀਕ ਹੈ ਸਰਕਾਰ ਦੀ ਆਮਦਨ ਅਨੁਮਾਨਿਤ ਆਮਦਨ ਤੇ ਅਨੁਮਾਨਿਤ ਖਰਚ ਦਾ ਬਿਉਹਰਾ ਇਹ ਵੀ ਧਿਆਨ ਰੱਖ ਲੈਣਾ ਹੈ ਸਹਿਤ ਬੰਦ ਗੁਨਾਕ ਹਮੇਸ਼ਾ ਤਨਾਤਮਕ ਹੁੰਦਾ ਹੈ ਇਹ ਕਤਨ ਗਲਤ ਹੈ ਆਰ ਦੀ ਵੈਲਿਊ ਪੋਜ਼ੀਟਿਵ ਵੀ ਹੋ ਸਕਦੀ ਹੈ 네ਗਟਿਵ ਵੀ ਹੋ ਸਕਦੀ ਹੈ ਤੇ ਜ਼ੀਰੋ ਵੀ ਹੋ ਸਧਾਰਨ ਸੂਚਕਾਂਕ ਸਿਰਫ ਸਰਲ ਸਮੂਈਕਰਨ ਰਾਹੀਂ ਹੀ ਬਣਾਇਆ ਜਾ ਸਕਦਾ ਹੈ ਇਸ ਸਟੇਟਮੈਂਟ ਫਾਲਸ ਹੈ ਦੋ ਪ੍ਰਕਾਰ ਦਾ ਹੁੰਦਾ ਹੈ ਅਨੁਪਾਤੀਕ ਵੀ ਹੁੰਦੀ ਹੈ ਇੱਕ ਵਿਧੀ ਤੇ ਇੱਕ ਐਗਰੀਗੇਟ ਵੀਧੀ ਵੀ ਹੁੰਦੀ ਹੈ ਠੀਕ ਹੈ ਦੋਨੋਂ ਵਿਧੀਆਂ ਧਿਆਨ ਚ ਰੱਖਣੀਆਂ ਹਨ ਸੁਤੰਤਰਤਾ ਤੋਂ ਪਹਿਲਾਂ ਜਨਸੰਖਿਆ ਦੀ ਵਾਧਾ ਦਰ ਵਰਤਮਾਨ ਸਮੇਂ ਦੀ ਵਾਧਾ ਦਰ ਤੋਂ ਬਹੁਤ ਘੱਟ ਸੀ ਬਿਲਕੁਲ ਸਹੀ ਹੈ ਸਟੇਟਮੈਂਟ ਇਹ ਟru ਹੈ ਉਸ ਸਮੇਂ ਬੱਦੀ ਦਾ ਦਰ ਘਟ ਸੀ ਅਜਰਬਾਦੀ ਦੀ ਵੱਧ ਦਰ ਬਹੁਤ ਜ਼ਿਆਦਾ ਹੈ ਆਰਥਿਕ ਅਸਮਾਨਤਾਵਾਂ ਨੂੰ ਘਟ ਕਰਨਾ ਭਾਰਤੀ ਯੋਜਨਾ ਦਾ ਉਦੇਸ਼ ਨਹੀਂ ਸੀ ਹਾਂਜੀ ਇਹ ਸਟੇਟਮੈਂਟ ਫਾਲਸ ਹੈ ਭਾਰਤੀ ਪੰਜ ਸਾਲਾ ਯੋਜਨਾ ਦੇ ਉਦੇਸ਼ਾਂ ਦੇ ਵਿੱਚ ਇੱਕ ਉਦੇਸ਼ ਸੀ ਅਮੀਰੀ ਤੇ ਗਰੀਬੀ ਦੇ ਵਿਚਕਾਰ ਵੱਧ ਰਹੇ ਗੈਪ ਨੂੰ ਘਟ ਕਰਨਾ ਆਰਥਿਕ ਅਸਮਾਨਤਾਵਾਂ ਨੂੰ ਘਟ ਕਰਨਾ ਫਿਰ ਇਹ ਕਹਿ ਰਹੇ ਨਹੀਂ ਸੀ ਉਦੇਸ਼ ਇਹ ਹੋ ਗਿਆ ਫਾਲਸ ਸੂਚਕਾਂਕ ਰਾਈ ਕੀਮਤ ਪੱਧਰ ਵਿੱਚ ਹੋਣ ਵਾਲੇ ਪਰਵਰਤਨ ਨੂੰ ਮਾਪਿਆ ਜਾ ਸਕਦਾ ਹੈ ਬਿਲਕੁਲ ਸਹੀ ਹੈ ਜੀ ਇਹ ਉਸ ਨੂੰ ਆਪਾਂ ਕੀਮਤ ਪ੍ਰਾਈਸ ਇੰਡੈਕਸ ਨੰਬਰ ਕਹਿੰਦੇ ਆ ਮੌਸਮੀ ਬੇਰੋਜ਼ਗਾਰੀ ਦੇਸ਼ ਦੇ ਛਾਰੀ ਖੇਤਰਾਂ ਵਿੱਚ ਹੁੰਦੀ ਹੈ ਇਹ ਠੀਕ ਹੈ ਜੀ ਸਾਰੇ ਖੇਤਰਾਂ ਦੇ ਵਿੱਚ ਮੌਸਮੀ ਬੇਰੋਜ਼ਗਾਰੀ ਪਾਈ ਜਾਂਦੀ ਹੈ ਪਰ ਜ਼ਿਆਦਾ ਜਿਹੜੀ ਬੇਰੋਜ਼ਗਾਰੀ ਹੈ ਉਹ ਪੰਡੂ ਖੇਤਰ ਵਿੱਚ ਪਾਈ ਜਾਂਦੀ ਹੈ ਸਾਰੇ ਵਿੱਚ ਜਿਵੇਂ ਕਿ ਬਰਫ ਦੇ ਕਾਰਖਾਨੇ ਲੱਗੇ ਆ ਠੀਕ ਹੈ ਜਾਂ ਹੋਜ਼ਰੀ ਇੰਡਸਟਰੀਆਂ ਲੱਗੀਆਂ ਬਰਫ ਦੇ ਕਾਰਖਾਨਿਆਂ ਵਿੱਚ ਸਰਦੀਆਂ 'ਚ ਕੰਮ ਨਹੀਂ ਹੁੰਦਾ ਹੋਜ਼ਰੀ ਉਦਯੋਗ ਜਿੱਥੇ ਸਵੈਟਰ ਜਰਸੀਆਂ ਬੰਦੀਆਂ ਉੱਥੇ ਗਰਮੀਆਂ ਦੇ ਵਿੱਚ ਕੰਮ ਨਹੀਂ ਹੁੰਦਾ ਠੀਕ ਹੈ ਪਰ ਜ਼ਿਆਦਾ ਇੱਕ ਚੀਜ਼ ਹੁੰਦੀ ਹੈ ਜੀ ਪੰਡੂ ਖੇਤਰ ਚ ਇਸ ਕਰਕੇ ਸਟੇਟਮੈਂਟ ਜਿਹੜੀ ਹੋਗੀ ਫਾਲਸ ਕਿਉਂਕਿ ਮੌਸਮੀ ਬੇਰੋਜ਼ਗਾਰੀ ਖੇਤੀਬਾੜੀ ਖੇਤਰ ਨਾਲ ਸੰਬੰਧਿਤ ਹੈ ਪਹਾਰਕਰ ਇੱਕ ਆਪਰਤਕਰ ਹੈ ਠੀਕ ਹੈ ਇਹ ਡਾਇਰੈਕਟ ਟੈਕਸ ਹੁੰਦਾ ਹੈ ਠੀਕ ਹੈ ਮੈਂ ਕਿਸੇ ਪਰਸਨ ਨੂੰ ਗਿਫਟ ਦੇ ਰਿਹਾ ਮਹਿੰਗਾ ਤਾਂ ਉਸ ਗਿਫਟ ਲੈਣ ਵਾਲੇ ਵਿਅਕਤੀ ਨੂੰ ਇਹ ਗਿਫਟ ਸ਼ੋਅ ਕਰਨਾ ਪਏਗਾ ਇਨਕਮ ਟੈਕਸ ਰਿਟਰਨ ਦੇ ਵਿੱਚ ਤੇ ਉਹਨੂੰ ਸਰਕਾਰ ਨੂੰ ਟੈਕਸ ਪੇ ਕਰਨਾ ਪਏਗਾ ਸकल ਘਰੇਲੂ ਉਤਪਾਦ ਵਿੱਚ ਪੂੰਜੀ ਲਾਭ ਅਤੇ ਵਜੀਫੇ ਨੂੰ ਸ਼ਾਮਲ ਕੀਤਾ ਜਾਂਦਾ ਹੈ ਹਾਂਜੀ ਸकल ਘਰੇਲੂ ਉਤਪਾਦ ਵਿੱਚ ਪੂੰਜੀ ਲਾਭ ਨੂੰ ਤਾਂ ਸ਼ਾਮਲ ਕੀਤਾ ਜਾਂਦਾ ਪਰ ਵਜੀਫੇ ਸ਼ਾਮਲ ਨਹੀਂ ਕੀਤੇ ਜਾਂਦੇ ਇਸ ਕਰਕੇ ਸਟੇਟਮੈਂਟ ਹੋਗੀ ਫਾਲਸ ਮੁੱਲ ਦਾ ਬਦਦਾ ਬਹੁਤ ਇੰਪੋਰਟੈਂਟ ਹੈ 2 ਨੰਬਰ ਦਾ ਸਵਾਲ ਵੀ ਬਣ ਸਕਦਾ ਹੈ ਉਤਪਾਦ ਦਾ ਮੁੱਲ ਮਾਈਨਸ ਮਦਵਰਤੀ ਵਸਤੂ ਦਾ ਮੁੱਲ ਠੀਕ ਹੈ ਜੀ ਇਹ ਸਟੇਟਮੈਂਟ ਬਿਲਕੁਲ ਟru ਹੈ ਵੈਲਿਊ ਆਫ ਆਉਟਪੁੱਟ ਮਾਈਨਸ ਵੈਲਿਊ ਆਫ ਇੰਟਰਮੀਡੀਏਟ ਗੁੱਡਸ ਫਿਸ਼ਰ ਦੀ ਵਿਧੀ ਨੂੰ ਆਦਰਸ਼ ਵਿਧੀ ਮੰਨਿਆ ਜਾਂਦਾ ਹੈ ਹਾਂਜੀ ਇਹ ਬਿਲਕੁਲ ਸਹੀ ਹੈ ਸਟੇਟਮੈਂਟ ਜੀ ਟru ਹੈ ਸਹਿਸੰਬੰਧ ਦਾ ਮੁੱਲ ਹਮੇਸ਼ਾ 1 ਦੇ ਬਰਾਬਰ ਹੁੰਦਾ ਹੈ ਸਟੇਟਮੈਂਟ ਗਲਤ ਹੈ -1 ਤੇ +1 ਦੇ ਵਿਚਕਾਰ ਹੁੰਦਾ ਹੈ ਭਾਰਤ ਵਿੱਚ ਲਗਭਗ 70% ਲੋਕ ਖੇਤੀਬਾੜੀ ਤੇ ਵਰਤਮਾਨ ਸਮੇਂ ਵਿੱਚ ਨਿਰਭਰ ਕਰਦੇ ਹਨ ਇਹ ਸਟੇਟਮੈਂਟ ਬਿਲ ਠੀਕ ਹੈ ਜੀ ਜਦੋਂ ਦੇਸ਼ ਆਜ਼ਾਦ ਹੋਇਆ ਸੀ ਉਦੋਂ 70% ਸੀ ਪਰ ਵਰਤਮਾਨ ਸਮੇਂ ਦੇ ਵਿੱਚ ਜਿਹੜੇ 40 ਤੋਂ 50% ਠੀਕ ਹੈ ਜੀ ਲੋਕ ਜਿਹੜੇ 40 ਤੋਂ 50% ਉਹ ਖੇਤੀਬਾੜੀ ਖੇਤਰ ਦੀ ਨਾ ਪ੍ਰਕਰਧਿਆ ਤਾਂ ਨੀ ਵਿਕਾਸ ਵਿੱਚ ਸਾਧਨਾਂ ਦੀ ਸਾਂਝ ਸੰਭਾਲ ਤੇ ਜੋੜ ਲੋਡ ਨਹੀਂ ਹੁੰਦੀ ਇਹ ਸਟੇਟਮੈਂਟ ਗਲਤ ਹੈ ਜਦ ਕਿ ਇਹਦਾ ਮੁੱਖ ਉਦੇਸ਼ ਹੀ ਹੁੰਦਾ ਹੈ ਜਿਹੜੇ ਨੇਚਰ ਰਿਸੋਰਸਸ ਹੈ ਉਹਨਾਂ ਦੀ ਸੰਭਾਲ ਉਹਨਾਂ ਦੀ ਰੱਖਿਆ ਸ਼ੁਪੀ ਬੇਰੋਜ਼ਗਾਰੀ ਜਿਆਦਾ ਖੇਤੀ ਖੇਤਰ ਵਿੱਚ ਪਾਈ ਜਾਂਦੀ ਹੈ ਬਿਲਕੁਲ ਸਹੀ ਹੈ ਜੀ ਸਟੇਟਮੈਂਟ ਵਿਸ਼ਵੀਕਰਨ ਦਾ ਭਾਵ ਨਰਜਾਤਾਂ ਤੇ ਰੋਕ ਲਗਾਉਣਾ ਹੈ ਇਸ ਸਟੇਟਮੈਂਟ ਗਲਤ ਹੈ ਵਿਸ਼ਵੀਕਰਨ ਦਾ ਮਤਲਬ ਹੈ ਅਜਾਤ ਤੇ ਨਰਜਾਤ ਭਾਵ ਅੰਤਰਰਾਸ਼ਟਰੀ ਵਪਾਰ ਦੇ ਵਿੱਚ ਵਾਧਾ ਕਰਨਾ ਆਪੋਗ ਪਰਵਿਰਤੀ ਅਤੇ ਗੁਣਕ ਦੇ ਵਿੱਚ ਉਲਟਾ ਸਬੰਧ ਹੁੰਦਾ ਹੈ ਇਸ ਕਥਨ ਵੀ ਗਲਤ ਹੋ ਗਿਆ ਐਮ ਪੀ ਸੀ ਤੇ ਗੁਣਕ ਦੇ ਵਿਚਕਾਰ ਕੇ ਦੇ ਵਿਚਕਾਰ ਸਿੱਧਾ ਸਬੰਧ ਪਾਇਆ ਜਾਂਦਾ ਹੈ ਆਮਦਨ ਇੱਕ ਸਟਾਕ ਚਰ ਹੈ ਇਹ ਵੀ ਗਲਤ ਧਾਰਨਾ ਹੈ ਜੀ ਠੀਕ ਹੈ ਜੀ ਆਮਦਨ ਇੱਕ ਪ੍ਰਵਾਹ ਚਰ ਹੈ ਘਰੇਲੂ ਆਮਦਨ ਸ਼ੁੱਧ ਸਾਧਨ ਆਮਦਨ ਹੁੰਦੀ ਹੈ ਇਹ ਬਿਲਕ ਸਵਤ ਸਾਧਨਾ ਆਮਦਨ ਨੂੰ ਹੀ ਕਰੈਲੂ ਆਮਦਨ ਕਿਹਾ ਜਾਂਦਾ ਹੈ ਕਿੰਜ ਨੂੰ ਆਧੁਨਿਕ ਸਮਸ਼ਟਿਆ ਅਧਿਸ਼ਾਸਤ ਦਾ ਪਿਤਾਮਾ ਕਿਹਾ ਜਾਂਦਾ ਹੈ ਇਹ ਕਥਨ ਵੀ ਬਿਲਕੁਲ ਸਹੀ ਹੈ ਭਾਰਤ ਦੇ ਵਿੱਚ ਖੇਤੀਬਾੜੀ ਦੇ ਪਿਛੜੇ ਹੋਣ ਦੀ ਮੁੱਖ ਵਜ੍ਹਾ ਖੇਤੀ ਦਾ ਵਪਾਰਿਕਨ ਹੈ ਇਸ ਸਟੇਟਮੈਂਟ ਬਿਲਕੁਲ ਫਾਲਸ ਹੈ ਖੇਤੀ ਦਾ ਵਪਾਰਿਕਨ ਭਾਰਤੀ ਖੇਤੀ ਨੂੰ ਪਿਛੜੇ ਪੰਨੋਂ ਦੂਰ ਕਰਨ ਵਿੱਚ ਸਹਾਇਤਾ ਕਰਦਾ ਹੈ ਨਾ ਕਿ ਹੋਰ ਵਾਧਾ ਕਰਦਾ ਹੈ ਜਿਹੜੀ ਮੈਟਰੋ ਰੇਲ ਹੈ ਉਹ ਵੱਡੇ ਨਗਰਾਂ ਦੇ ਵਿੱਚ ਪ੍ਰਦੂਸ਼ਣ ਦਾ ਇੱਕ ਮੁੱਖ ਸਰੋਤ ਹੈ ਬਿਲਕੁਲ ਗਲਤ ਹੈ ਜੀ ਠੀਕ ਹੈ ਜੀ ਅੱਜ ਕੱਲ ਜਿਹੜੀਆਂ ਮੈਟਰੋ ਟ੍ਰੇਨਸ ਆ ਉਹ ਬਿਲਕੁਲ ਪੋਲਿਊਸ਼ਨ ਨਹੀਂ ਕਰਦੀਆਂ ਇਲੈਕਟ੍ਰਿਸਿਟੀ ਤੇ ਚੱਲਦੀਆਂ ਇਸ ਕਰਕੇ ਇਹ ਕਥਨ ਬਿਲਕੁਲ ਗਲਤ ਹੈ ਸ਼ਹਿਰੀ ਖੇਤਰ ਦੀ ਤੁਲਨਾ ਵਿੱਚ ਪਿੰਡੂ ਖੇਤਰ ਦੀ ਗਰੀਬੀ ਘੱਟ ਹੈ ਹਾਂਜੀ ਇਹ ਬਿਲਕੁਲ ਕਹਿ ਰਿਹਾ ਹੈ ਪਿੰਡੂ ਖੇਤਰ ਦੀ ਗਰੀਬੀ ਘੱਟ ਹੈ ਪਿੰਡੂ ਖੇਤਰ ਵਿੱਚ ਗਰੀਬੀ ਜ਼ਿਆਦਾ ਪਾਈ ਜਾਂਦੀ ਹੈ ਠੀਕ ਹੈ ਇਹ ਸਟੇਟਮੈਂਟ ਫਾਲਸ ਹੈ 1947-48 ਵਿੱਚ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ ਜਿਹੜੀ 230 ਰੁਪਏ ਸੀ ਬਿਲਕੁਲ ਸਹੀ ਸਟੇਟਮੈਂਟ ਹੈ ਤੇ ਬਹੁਤ ਹੀ ਇੰਪੋਰਟੈਂਟ ਸਵਾਲ ਹੈ ਧਿਆਨ ਚ ਰੱਖ ਲੈਣਾ ਹੈ ਕੇਂਦਰੀ ਬੈਂਕ ਬੈਂਕਾਂ ਦਾ ਬੈਂਕ ਹੈ ਬਿਲਕੁਲ ਸਹੀ ਹੈ ਜੀ ਐਮਪੀਸੀ ਤੇ ਐਮਪੀਐਸ ਦਾ ਜੋੜ ਬੰਨ ਹੈ ਇਹ ਵੀ ਬਿਲਕੁਲ ਸਟੇਟਮੈਂਟ ਸਹੀ ਹੈ ਕਰ ਇਕ ਜ਼ਰੂਰੀ ਭੁਗਤਾਨ ਹੈ ਇਹ ਵੀ ਸਟੇਟਮੈਂਟ ਬਿਲਕੁਲ ਠੀਕ ਹੈ ਸਟਾਕ ਸਮੇਂ ਦੇ ਇੱਕ ਵਿਸ਼ੇਸ਼ ਬਿੰਦੂ ਤੇ ਮਾਪੀ ਜਾਣ ਵਾਲੀ ਮਾਤਰਾ ਹੈ ਹਾਂਜੀ ਇਹ ਕਥਨ ਵੀ ਬਿਲਕੁਲ ਟ੍ਰੂ ਹੈ ਠੀਕ ਹੈ ਜੀ ਪਰਵਾਹ ਉਹ ਸਮਾਂ ਅਭਦੀ ਵਿੱਚ ਮਾਪੀ ਜਾਣ ਵਾਲੀ ਮਾਤਰਾ ਹੈ ਵੀ ਧਿਆਨ ਚ ਰੱਖ ਲੈਣਾ ਹੈ ਜੀਡੀਪੀ ਅਤੇ ਰਾਸ਼ਟਰੀ ਆਮਦਨ ਦੇ ਮਾਪ ਵਿੱਚ ਸਿਰਫ ਅੰਤਮ ਵਸਤੂਆਂ ਦੇ ਮੁੱਲ ਨੂੰ ਦੀ ਜਿਹੜੀ ਮੁੱਲ ਦੀ ਬਿਲਕੁਲ ਸਹੀ ਹੈ ਜੀ ਠੀਕ ਹੈ ਅੰਤਮ ਵਸਤੂਆਂ ਦੇ ਮੁੱਲ ਨੂੰ ਸ਼ਾਮਲ ਕਰਦੇ ਹਾਂ ਮੱਧ ਵਰਤੀ ਵਸਤੂਆਂ ਦੇ ਮੁੱਲ ਨੂੰ ਕਦੇ ਸ਼ਾਮਲ ਨਹੀਂ ਕੀਤਾ ਜਾਂਦਾ ਮੁਦਰਾ ਦੇ ਮੁਦਲੇ ਕੰਮ ਦੇ ਵਿੱਚ ਵਟਾਂਦਰੇ ਦਾ ਮਾਧਿਅਮ ਮੁੱਲ ਦਾ ਮਾਪ ਜੋ ਕੰਮ ਕਰਨਾ ਹੈ ਬਿਲਕੁਲ ਸਹੀ ਸਟੇਟਮੈਂਟ ਹੈ ਜੀ ਠੀਕ ਹੈ ਜੀ ਅਗੇ ਹੱਕੇ ਤੇ ਐਮ ਪੀਐਸ ਵਿਚਕਾਰ ਸਿੱਧਾ ਸਬੰਧ ਹੁੰਦਾ ਹੈ ਇਹ ਉਲਟਾ ਸਬੰਧ ਪਾਇਆ ਜਾਂਦਾ ਇਸ ਕਰਕੇ ਸਟੇਟਮੈਂਟ ਹੈ ਜਿਹੜੀ ਫਾਲਸ ਹੈ ਵਾਧੂ ਮੰਗ ਨੂੰ ਕੰਮ ਕਾਬੂ ਕਰਨ ਲਈ ਟੈਕਸਾਂ ਨੂੰ ਵਧਾਇਆ ਜਾਣਾ ਚਾਹੀਦਾ ਹੈ ਬਿਲਕੁਲ ਸਹੀ ਹੈ ਜੀ ਠੀਕ ਹੈ ਜੀ ਜਿਹੜੇ ਆਪਾਂ ਪੜ੍ਹ ਕੇ ਗਏ ਆ ਬੈਂਕ ਇਹ ਦੇ ਕਰਕੇ ਕੀ ਲਾਣ ਮਹਿੰਗੇ ਹੋ ਜਾਣਗੇ ਲੋਕ ਘੱਟ ਲੋਨ ਲੈਣਗੇ ਤੇ ਬਾਜ਼ਾਰ ਦੇ ਵਿੱਚ ਉਹਨਾਂ ਦੀ ਖਰੀਦ ਸ਼ਕਤੀ ਘਟ ਜੇਗੀ ਤੇ ਵਾਧੂ ਮੰਗ ਦੀ ਸਮੱਸਿਆ ਨੂੰ ਆਪਾਂ ਕਪੂ ਵਿੱਚ ਪਾ ਲਾਂਗੇ ਉਦਯੋਗਾਂ ਦਾ ਵਿਕਾਸ ਆਬਾਦੀ ਦੇ ਖੇਤੀਬਾੜੀ ਸੈਕਟਰ ਦੇ ਬੋਝ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ ਬਿਲਕੁਲ ਸਹੀ ਕਥਨ ਹੈ ਜੀ ਇਹ ਰਾਸ਼ਟਰੀ ਖੇਤੀ ਬੀਮਾ ਯੋਜਨਾ ਕਦੋਂ ਆਰੰਭ ਕੀਤੀ ਗਈ ਸੀ 1999 ਦੇ ਵਿੱਚ ਇਹ ਆਰੰਭ ਕੀਤਾ ਗਿਆ ਸੀ ਗਰੀਬੀ ਦਾ ਮੌਕ ਕਾਰਨ ਡੈਸ਼ ਵਿੱਚ ਨਿਰੰਤਰ ਵਾਧਾ ਹੈ ਇਹ ਜਨਸੰਖਿਆ ਵਿੱਚ ਹੋਣ ਵਾਲੇ ਵਾਧੇ ਨੂੰ ਕਾਰਨ ਗਰੀਬੀ ਇਹ ਜੜੀ ਉਹ ਵਧਦੀ ਜਾ ਰਹੀ ਹੈ ਅੰਤਮ ਉਤਪਾਦਕ ਵਸਤੂਆਂ ਉਪਭੋਗਤਾਵਾਂ ਦੁਆਰਾ ਪ੍ਰਯੋਗਤੀਆਂ ਗੱਲ ਹੋ ਰਹੀ ਹੈ ਅੰਤਿਮ ਉਤਪਾਦਕ ਵਸਤੂਆਂ ਉਪਭੋਗਤਾ ਸਿਰਫ ਅੰਤਿਮ ਉਪਭੋਗ ਵਸਤੂਆਂ ਦਾ ਪ੍ਰਯੋਗ ਕਰਦੇ ਆ ਨਾ ਕਿ ਉਤਪਾਦਕ ਵਸਤੂਆਂ ਦਾ ਹਾਂਜੀ ਇਹ ਸਟੇਟਮੈਂਟ ਹੋ ਗਈ ਫਾਲਸ ਸਰਕਾਰੀ ਖੇਤਰ ਨਰਜਾਤ ਤੇ ਆਜ਼ਾਦ ਕਰਦਾ ਹੈ ਸਰਕਾਰੀ ਖੇਤਰ ਨਹੀਂ ਇਹ ਹੁੰਦਾ ਜੀ ਬਾਕੀ ਵਿਸ਼ਵ ਖੇਤਰ ਠੀਕ ਹੈ ਜੀ ਸਟੇਟਮੈਂਟ ਵੀ ਹੋ ਗਈ ਫਾਲਸ ਭਾਰਤ ਵਿੱਚ ਪਿੰਡੂ ਖੇਤਰਾਂ ਵਿੱਚ ਸ਼ਹਿਰੀ ਖੇਤਰ ਨਾਲੋਂ ਵੱਧ ਗਰੀਬੀ ਪਾਈ ਜਾਂਦੀ ਹੈ ਹਾਂਜੀ ਕਹਿ ਰਿਹਾ ਪਿੰਡੂ ਖੇਤਰ ਵਿੱਚ ਠੀਕ ਹੈ ਇਹ ਬਿਲਕੁਲ ਸਹੀ ਹੈ ਜੀ ਸਟੇਟਮੈਂਟ ਮਨੁੱਖੀ ਪੂੰਜੀ ਤੇ ਕਿਤੇ ਗਈ ਖਰਚ ਦਾ ਆਰਥਿਕਤਾ ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ ਬਿਲਕੁਲ ਸਹੀ ਹੈ ਜੀ ਜੇ ਸਿਹਤ ਸਬਦਾਵਾਂ ਤੇ ਸਿੱਖਿਆ ਤੇ ਜ਼ਿਆਦਾ ਜ਼ੋਰ ਦਿੱਤਾ ਜਾਏਗਾ ਹਿਊਮਨ ਕੈਪੀਟਲ ਫਾਰਮੇਸ਼ਨ ਵਧੇਗੀ ਤਾਂ ਇਹਦਾ ਆਰਥਿਕ ਅਰਥਵਿਵਸਥਾ ਤੇ ਚੰਗਾ ਪ੍ਰਭਾਵ ਪਾਏਗਾ ਕੀਮਤ ਤੇ ਪੂਰਤੀ ਵਿਚਕਾਰ ਨਾਟਮਕ ਸਬੰਧ ਹੁੰਦਾ ਹੈ ਇਹ ਸਟੇਟਮੈਂਟ ਬਿਲਕੁਲ ਗਲਤ ਹੈ ਕੀਮਤ ਵਧਣ ਤੇ ਪੂਰਤੀ ਵਧਦੀ ਹੈ ਕੀਮਤ ਘਟਣ ਦੇ ਪੂਰਤੀ ਘਟਦੀ ਹੈ ਸਿੱਧਾ ਸਬੰਧ ਪਾਇਆ ਜਾਂਦਾ ਹੈ ਰੋਜ਼ਗਾਰ ਸਧਾਤਾ ਦਾ ਅਧਿਐਨ ਸਮਸ਼ਟ ਅਰਥ ਸ਼ਾਸਤਰ ਵਿੱਚ ਕੀਤਾ ਜਾਂਦਾ ਹੈ ਹਾਂਜੀ ਬਿਲਕੁਲ ਸਹੀ ਹੈ ਸਮਸ਼ਟ ਅਰਥ ਸ਼ਾਸਤਰ ਦਾ ਜਿਹੜਾ ਦੂਸਰਾ ਨ ਹਾਂਜੀ ਸਾਧਨ ਲਾਗਤ ਤੇ ਜੀ ਡੀ ਪੀ ਇਕਵਲ ਟੂ ਸਾਧਨ ਲਾਗਤ ਤੇ ਐਨ ਡੀ ਪੀ ਮਾਈਨਸ ਖਸਾਬਟ ਹਾਂਜੀ ਇਹ ਬਿਲਕੁਲ ਸਟੇਟਮੈਂਟ ਗਲਤ ਹੈ ਸਟੇਟਮੈਂਟ ਠੀਕ ਕਿਵੇਂ ਹੋਣੀ ਸੀ ਜੇ ਆਪਾਂ ਖਸਾਬਟੇ ਦੇ ਵਿੱਚ ਜੋੜ ਦੇ ਤਾਂ ਇਹ ਸਟੇਟਮੈਂਟ ਠੀਕ ਹੋ ਜਾਣੀ ਸੀ ਪ੍ਰਯਤਨ ਨਿਵੇਸ਼ ਆਮਦਨ ਦੇ ਪਦਰਤ 'ਤੇ ਨਿਰਭਰ ਕਰਦਾ ਹੈ ਇਹ ਸਟੇਟਮੈਂਟ ਬਿਲਕੁਲ ਟ੍ਰੂ ਹੈ ਅਗੇ ਹੈ ਜੀ ਰਾਸ਼ਟਰੀ ਆਮਦਨ ਇੱਕ ਪ੍ਰਵਾਹ ਤਾਰਨਾ ਹੈ ਇਹ ਸਟੇਟਮੈਂਟ ਵੀ ਬਿਲਕੁਲ ਟ੍ਰੂ ਹੈ ਕਿਸਮ ਦੇ ਭੁਗਤਾਨ ਪੇਮੈਂਟ ਇਨ ਕਾਈਂਡ ਕਰਮਚਾਰੀਆਂ ਦੇ ਮੁਆਵਜ਼ੇ ਵਿੱਚ ਸ਼ਾਮਲ ਨਹੀਂ ਹਨ ਹਾਂਜੀ ਗੱਲ ਹੋ ਰਹੀ ਹੈ ਕੰਪਨਸੇਸ਼ਨ ਆਫ EMPLOYES ਦੀ। ਕਈ ਵਾਰ ਤੁਸੀਂ ਦੇਖਿਆ ਹੋਊਗਾ ਮਜ਼ਦੂਰ ਕਿਸੇ ਕਿਸਾਨ ਦੇ ਘਰ ਕੰਮ ਕਰਨ ਜਾਂਦਾ ਹੈ ਤਾਂ ਜੋ ਸ਼ਾਮ ਨੂੰ ਜਦੋਂ ਆਪਦੀ ਮਜ਼ਦੂਰੀ ਲੈਣ ਦੀ ਵਾਰੀ ਹੁੰਦੀ ਹੈ ਉਸ ਨੂੰ ਆਟਾ, ਕਣਕ ਜਾਂ ਦੁੱਧ ਦੇ ਕੇ ਵਾਪਸ ਤੋਰ ਦਿੱਤਾ ਜਾਂਦਾ ਹੈ। ਇਸ ਪ੍ਰਕਾਰ ਦੀ ਮਜ਼ਦੂਰੀ ਨੂੰ ਆਪਾਂ ਕੀ ਕਵਾਂਗੇ ਪੇਮੈਂਟ ਇਨ ਕਾਈਂਡ ਤੇ ਇਹ ਸਮੂਲ ਰਾਸ਼ਟਰੀ ਆਮਦਨ ਦੀ ਗੱਨਾਂ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ। ਇਸ ਸਟੇਟਮੈਂਟ ਬਿਲਕੁਲ ਟ੍ਰੂ ਹੈ। ਵਾਧੂ ਮੰਗ ਦੀ ਸਮੱਸਿਆ ਦੇ ਨਤੀਜੇ ਵਜੋਂ ਮਹਿੰਗਾਈ ਉਤਪਨ ਹੁੰਦੀ ਹੈ। ਹਾਂਜੀ ਬਿਲਕੁਲ ਸਹੀ ਹੈ ਜਿੰਨੀ ਮੰਗ ਵਧਦੀ ਜਾਏਗੀ ਉਤਪਾਦਨ ਆ ਸਮਰੱਥਾ ਦੇ ਵਿੱਚ ਨਹੀਂ ਵਧਦਾ ਤਾਂ ਮ ਹਾਂਜੀ ਨੈਕਸਟ ਜਿਹੜਾ ਆਪਣੇ ਕੋਲ ਹੈ ਫਿਰ ਲਿਖਿਆ ਵਿੱਚ ਮੁਦਰਾ ਦਾ ਪਹਿਲਾ ਕੰਮ ਜਾਂ ਮੋਢਲਾ ਕੰਮ ਕਿਹੜਾ ਹੈ ਹਾਂਜੀ ਵਟਾਂਦਰੇ ਦਾ ਮਾਧਿਅਮ ਵੀ ਹੈ ਮੁੱਲ ਦੀ ਇਕਾਈ ਦਾ ਕੰਮ ਵੀ ਹੈ ਇੱਕ ਤੇ ਤਿੰਨ ਦੋਨੋਂ ਕਥਨ ਜਿਹੜੇ ਬਿਲਕੁਲ ਸਹੀ ਹੈ ਠੀਕ ਹੈ ਅਗਿਆ ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ ਕਿਹੜੇ ਸਾਲ ਹੋਈ ਸੀ 1935 ਦੇ ਵਿੱਚ ਸਥਾਪਨਾ ਹੋਈ ਸੀ ਇਹ ਪੀ ਸੀ ਦਾ ਜਿਹੜਾ ਫਾਰਮੂਲਾ ਹੈ ਉਹ ਹੈ ਸੀ ਵਾਈ ਤੇ ਡੈਲਟਾ ਸੀ ਡੈਲਟਾ ਵਾਈ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸਣਾ ਹੈ ਕਿ ਕਿਸ ਚੀਜ਼ ਦਾ ਫਾਰਮੂਲਾ ਹੈ ਯੋਜਨਾ ਜੋਗਦਾ ਪ੍ਰਦਾਨ ਕੌਣ ਹੁੰਦਾ ਹੈ ਯੋਜਨਾ ਜੋਗਦਾ ਜਿਹੜਾ ਪ੍ਰਦਾਨ ਆ ਦੇਸ਼ ਦਾ ਪ੍ਰਧਾਨ ਮੰਤਰੀ ਜਦੋਂ ਦੋ ਚਰਾਂ ਦੇ ਵਿੱਚ ਪਰਵਰਤਨ ਇੱਕ ਹੀ ਦਿਸ਼ਾ ਵੱਲ ਹੁੰਦਾ ਹੈ ਤਾਂ ਸਹਿ ਸੰਬੰਧਕ ਹੁੰਦਾ ਹੈ ਇੱਕ ਹੀ ਦਿਸ਼ਾ ਵੱਲ ਜਦੋਂ ਦੋ ਚਰਾਂ 'ਚ ਪਰਵਰਤਨ ਹੁੰਦਾ ਹੈ ਉਸ ਨੂੰ ਧਨਾਤਮਕ ਸਹਿ ਸੰਬੰਧ ਕਿਹਾ ਜਾਂਦਾ ਹੈ ਸਮਸ਼ਟ ਅਰਥ ਸ਼ਾਸਤਰ ਅਧਿਐਨ ਸੰਪੂਰਨ ਅਰਥਵਿਵਸਥਾ ਦਾ ਕਰਦਾ ਹੈ ਚੀਨੀ ਦੇ ਉਤਪਾਦਨ ਦੇ ਵਿੱਚ ਗੰਨਾ ਇੱਕ ਮਦਵਰਤੀ ਵਸਤੂ ਹੈ ਇਸੇ ਤਰ੍ਹਾਂ ਕੱਪੜੇ ਦੇ ਉਤਪਾਦਨ ਦੇ ਵਿੱਚ ਕਪਾਹ ਹੈ ਉਹ ਵੀ ਮਦਵਰਤੀ ਵਸਤੂ ਹੈ ਰਿ ਲਿਖਿਆਂ ਵਿੱਚੋਂ ਵਾਪਸੀ ਨੂੰ ਵਿੱਚ ਕਿਸ ਨੂੰ ਸ਼ਾਮਲ ਕੀਤਾ ਜਾਂਦਾ ਹੈ ਜੀ ਵਾਪਸੀ ਜਿਹੜਾ ਇੱਕ ਆਰਥਿਕ ਚਾਰ ਹੈ ਜਿਹੜੇ ਆਮਦਨ ਦੇ ਚੱਕਰੀ ਪ੍ਰਵਾਹ ਨੂੰ ਘਟਾ ਦਿੰਦਾ ਹੈ ਉਹ ਤੇ ਰਨਾਤਮਿਕ ਪ੍ਰਭਾਵ ਪੰਦਾ ਹੈ ਇਸ ਵਿੱਚ ਬਚਤ ਅਜਾਤ ਦੀ ਸਰਕਾਰ ਦੁਆਰਾ ਲਗਾਈ ਗਈ ਕਰ ਸਾਰੇ ਸਭ ਕੁਝ ਸ਼ਾਮਲ ਹੁੰਦਾ ਹੈ ਕਰੈਲੂ ਉਤਪਾਦ ਡੈਸ਼ ਦੇ ਬਰਾਬਰ ਹੁੰਦਾ ਹੈ ਅੰਡਰਸਕ੍ਰੈਚ ਆਫ ਡੋਮੈਸਟਿਕ ਪ੍ਰੋਡਕਟ ਦੀ ਗੱਲ ਹੋ ਰਹੀ ਹੈ ਜਦੋਂ ਆਪਾਂ ਰਾਸ਼ਟਰੀ ਉਤਪਾਦ ਦੇ ਵਿੱਚੋਂ ਪੁਆਇੰਟ ਨੰਬਰ 6 ਵਿਦੇਸ਼ਾਂ ਤੋਂ ਪ੍ਰਾਪਤ ਸੁੱਧ ਸਾਧਨ ਆਮਦਨ ਮਾਈਨਸ ਕਰਾਂਗੇ ਤਾਂ ਆਪਣੇ ਕੋਲ ਕੀ ਨਿਕਲ ਕੇ ਆਏਗਾ ਕਰੈਲੂ ਉਤਪਾਦ ਆਏਗਾ ਨੈਕਸਟ ਹੈ ਜੀ ਆਪਣੇ ਕੋਲ ਕੰਜ ਦੇ ਅਨੁਸਾਰ ਦੇ ਅਨੁਸਾਰ ਰੋਜ਼ਗਾਰ ਦੇ ਪੁਨਰੋਜ਼ਗਾਰ ਦੇ ਪੱਧਰ ਤੇ ਕੁੱਲ ਪੂਰਤੀ ਰੋਜ਼ਗਾਰ ਦੇ ਪੱਧਰ ਵਿੱਚ ਕੁੱਲ ਪੂਰਤੀ ਫਲਨ ਕਿਸ ਤਰ੍ਹਾਂ ਦੀ ਰੇਖਾ ਹੈ ਹਾਂਜੀ ਕਿੰਜ ਦੇ ਅਨੁਸਾਰ ਜਿਹੜਾ ਕੁੱਲ ਪੂਰਤੀ ਵਕਰ ਹੈੇਠਾਂ ਤੋਂ ਉੱਪਰ ਵੱਲ ਨੂੰ ਜਾਂਦੀ ہوئی ਰੇਖਾ ਦੇ ਰੂਪ ਵਿੱਚ ਹੈ ਠੀਕ ਹੈ ਜੀ ਜੇਕਰ ਐਮ ਪੀ ਸੀ 0.75 ਹੈ ਤਾਂ ਗੁਣਕ ਦਾ ਮੁੱਲ ਕੀ ਹੋਏਗਾ ਹਾਂਜੀ ਐਮ ਪੀ ਸੀ ਦਿੱਤੀ ਹੋਵੇ ਤਾਂ ਕੇ ਦਾ ਫਾਰਮੂਲਾ 1 ਕੇ ਬਰਾਬਰ 1 1 ਐਮ ਪੀ ਸੀ ਜੇਕਰ ਆਪਾਂ ਨੂੰ ਸੋਲਵ ਕਰਾਂਗੇ ਤਾਂ 1 0.25 ਆ ਜਾਏਗਾ आ, उपर सोच चला जाएगा पच्ची चौक सौ चार उत्तर बन जाएगा ठीक है ये ये देख लिना राष्ट्रीय आमदन बहुत इंपोर्टेंट आ गया ए पीसी पता करनी है ठीक है जी आप पता करनी है ए पी सी सॉरी ए पी एस पता करनी सी ठीक है उसत तो बचत प्रवृत्ति पता करनी है आप अंग्रेजी वर्जन ध्यान से ना रखो उसत तो बचत प्रवृत्ति हाँ जी अपने राष्ट्र आमदन देती दो हज़ार करोड़ उपभोग खर्च देता सोलह सौ करोड़ सब तो पहला आप बचत पता कराँगे आमदन हुई सी दो हज़ार की ਤੇ ਵਿੱਚੋਂ ਖਰਚ ਕਰਤਾ 1600 ਕਰੋੜ ਕਿੰਨੇ ਬਾਕੀ ਰਹਿ ਗਏ ਬਚ ਗਏ ਆਪਣੇ ਕੋਲ 400 ਕਰੋੜ 400 ਕਰੋੜ ਆਪਣੇ ਕੋਲ ਬਚਤ ਆ ਗਈ ਤੇ ਪਤਾ ਕਰਨੀ ਆਪਾਂ ਜੀ ਉਸਤ ਬਚਤ ਪ੍ਰਵਿਰਤੀ ਉਸਤ ਬਚਤ ਪ੍ਰਵਿਰਤੀ ਦਾ ਫਾਰਮੂਲਾ ਹੁੰਦਾ ਏ ਪੀ ਐਸ ਦਾ ਫਾਰਮੂਲਾ ਐਸ ਵਾਈ ਐਸ ਉੱਪਰ ਆ ਜਾਏਗਾ 400 ਥੱਲੇ ਆ ਜਾਏਗਾ ਵਾਈ 2000 ਤੇ ਜਦੋਂ ਆਪਾਂ ਇਹਨੂੰ ਕੈਨਸਲ ਕਰਾਂਗੇ 400 ਇੱਕ ਤੇ ਕੱਟਿਆ ਜਾਏਗਾ ਤੇ 2000 ਪੰਜ ਤੇ ਕੱਟਿਆ ਜਾਏਗਾ 1 5 ਕੈਲਕੂਲੇਟਰ ਤੁਹਾਡੇ ਕੋਲ ਹੋਏਗਾ 1 ਨੂੰ 5 ਤੇ ਭਾਗ ਕਰਾਂਗੇ 0.20 ਉੱਤਰ ਇਸ ਸਵਾਲ ਦਾ ਆ ਜਾਏਗਾ ਆਜ਼ਾਦੀ ਦੇ ਸਮੇਂ ਭਾਰਤੀ ਅਰਥਵਿਵਸਥਾ ਇਹ ਤੇ ਸਾਰੇ ਪ੍ਰਕਾਰ ਦੀ ਸੀਗੀ ਠੀਕ ਹੈ ਅਲਪ ਵਿਕਸਤ ਅਰਧ ਸ਼ਾਂਤ ਗਤੀਹੀਣ ਰਾਸ਼ਟਰੀ ਖੇਤੀ ਬੀਮਾ ਯੋਜਨਾ ਆਰੰਭ ਕੀਤੀ ਗਈ ਸੀ 1999 ਦੇ ਵਿੱਚ ਦੇਸ਼ ਦੀ ਪਹਿਲੀ ਉਦਯੋਗੀ ਨੀਤੀ 1948 6 April ਸ਼ਾਮਾ ਪ੍ਰਸ਼ਾਦ ਮੁਖਰਜੀ ਦੇ ਦੁਆਰਾ ਜਾਰੀ ਕੀਤੀ ਗਈ ਸੀ ਕਿਹੜਾ ਗਰੀਬੀ ਦਾ ਇੱਕ ਪਹਿਲੂ ਨਹੀਂ ਇਹ ਸਾਰੇ ਗਰੀਬੀ ਦੇ ਪਹਿਲੂ ਹਨ ਹਾਂਜੀ ਭਾਰਤ ਦੇ ਵਿੱਚ ਸਵਾਸਤ ਆਧਾਰਿਕ ਸਰਚਨਾ ਪੱਕਪੱਕ ਕਰਦਾ ਹੈ ਹਾਂਜੀ ਜਿਹੜੇ ਸਿਹਤ ਪੱਕੋਂ ਜਿਹੜੀ ਇਨਫਰਾਸਟ੍ਰਕਚਰ ਬਣਿਆ ਉਹਦੇ ਵਿੱਚ ਦੇਖਿਆ ਗਿਆ ਹੈ ਅਮੀਰ ਤਾਂ ਸਹੂਲਤਾਂ ਲੈ ਜਾਂਦੇ ਪਰ ਗਰੀਬਾਂ ਨੂੰ ਨਹੀਂ ਮਿਲਦੀਆਂ ਗਰੀਬਾਂ ਨਾਲ ਪੱਕਪੱਕ ਕੀਤਾ ਜਾਂਦਾ ਹੈ ਸਰਕਾਰੀ ਖੇਤਰ ਜਾਨਰਜਤ ਕਰਦਾ ਹੈ ਇਹ ਕਥਨ ਹੋ ਗਿਆ ਗਲਤ ਉਤਪਾਦਨ ਦਾ ਮੁੱਲ ਬਰਾਬਰ ਵਿਕਰੀ ਪਲੱਸ ਸਟਾਕ ਵਿੱਚ ਵਾਧਾ ਇਹ ਕਥਨ ਬਿਲਕੁਲ ਸਹੀ ਹੈ ਬਹੁਤ ਇੰਪੋਰਟੈਂਟ ਹੈ ਆਰਥਿਕ ਸਮਾਨਤਾ ਨੂੰ ਘਟਕਾ ਨਾ ਭਾਰਤੀ ਯੋਜਨਾ ਦਾ ਉਦੇਸ਼ ਨਹੀਂ ਸੀ ਇਸ ਸਟੇਟਮੈਂਟ ਹੋਗੀ ਫਾਲਸ ਕੇ ਦਾ ਮੁੱਲ 1/1 MPS ਇਹ ਗਲਤ ਹੋ ਗਿਆ ਜੀ MPS ਦਿੱਤੀ ਹੋਈ ਦਾ ਫਾਰਮੂਲਾ ਹੁੰਦਾ 1/MPS ਅਗੇ ਹੈ ਜੀ ਅੰਤਮ ਉਤਪਾਦਕ ਵਸਤੂਆਂ ਉਪਭੋਗਤਾ ਦੁਆਰਾ ਪ੍ਰਯੋਗਤੀ ਜਾਂਦੀਆਂ ਹਨ ਇਹ ਕਥਨ ਹੋ ਗਿਆ ਜੀ ਗਲਤ ਉਪਭੋਗ ਕਰਿਆਵਾਂ ਵਿੱਚ ਲੱਗੇ ਹੋਏ ਵਿਅਕਤੀਆਂ ਨੂੰ ਕੀ ਕਵਾਂਗੇ ਉਪਭੋਗੀ ਕਵਾਂਗੇ ਇੱਥੇ ਕਿਹਾ ਹੋਇਆ ਕਿਰਤੀ ਇਹ ਸਵਾਲ ਹੋ ਗਿਆ ਜੀ ਗਲਤ ਅੰਗਰੇਜ਼ਾਂ ਦੀਆਂ ਨੀਤੀਆਂ ਦੇ ਨਤੀਜੇ ਵਜੋਂ ਭਾਰਤ ਵਿੱਚ ਕਟੀਰ ਤੇ ਛੋਟੇ ਦੇ ਜੋਗਾਂ ਦਾ ਪਤਨ ਹੋਇਆ ਇਹ ਬਿਲਕੁਲ ਸਹੀ ਕਥਨ ਹੈ ਜੀ ਠੀਕ ਹੈ ਜੀ ਗਰੀਬੀ ਰੇਖਾ ਦਾ ਨਿਰਧਾਰਨ ਭਾਰਤ ਵਿੱਚ ਉਪਭੋਗ ਖਰਚ ਦੇ ਆਧਾਰ ਤੇ ਕੀਤਾ ਜਾਂਦਾ ਬਹੁਤ ਹੀ ਇੰਪੋਰਟੈਂਟ ਸਵਾਲ ਹੈ ਧਿਆਨ ਰੱਖਣਾ ਹੈ ਗਰੀਬੀ ਭਾਰਤ ਵਿੱਚ ਜਿਹੜੀ ਗਰੀਬੀ ਦੇਖਾ ਦਾ ਨਿਰਮਾਣ ਜਿਹੜਾ ਕੰਜ਼ਮਪਸ਼ਨ ਐਕਸਪੈਂਡੀਚਰ ਆਪਾਂ ਉਹ ਖਰਚਾ ਉਹਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ 2025 ਤੱਕ ਜਿਹੜੇ ਧਾਰਨੀ ਵਿਕਾਸਟੀ ਚ ਸਸਟੇਨੇਬਲ ਡਿਵੈਲਪਮੈਂਟ ਗੋਲ ਹੈ ਉਹਨੂੰ ਪ੍ਰਾਪਤ ਕੀਤੇ ਜਾਣੇ ਹਨ ਹਾਂਜੀ ਇਹ 17 ਗੋਲ ਹੈ ਤੇ ਇਹ 2025 ਤੱਕ ਇਹਨਾਂ ਨੂੰ ਪ੍ਰਾਪਤ ਕੀਤੇ ਜਾਣਾ ਹੈ ਹਾਂ ਸੌਰੀ 2030 ਤੱਕ ਮੈਂ ਤੁਹਾਨੂੰ ਸ਼ਾਇਦ ਪਹਿਲਾਂ ਵੀ ਗਲਤ ਦੱਸ ਗਿਆ 17 ਗੋਲ ਹੈ 2030 ਤੱਕ ਇਹ ਪ੍ਰਾਪਤ ਕੀਤੇ ਜਾਣੇ ਬੰਦੇ ਹਨ ਧਿਆਨ ਰੱਖ ਲੈਣਾ 2030 17 ਗੋਲ ਹੈ Karl Marx Pearson ਦੇ ਸੈਸ ਬੰਦੇ ਗੁਨਾਕ ਦਾ ਮੁੱਲ 0 ਤੇ 1 ਦੇ ਵਿਚਕਾਰ ਹੈ ਹਾਂਜੀ ਗੱਲ ਹੋ ਰਹੀ ਹੈ ਸੈਸਬੰਦ ਗੁਨਾਕ ਦਾ ਮੁੱਲ ਹਮੇਸ਼ਾ -1 ਤੇ +1 ਦੇ ਵਿੱਚ ਘਰ ਹੁੰਦਾ ਇਸ ਕਰਕੇ ਸਟੇਟਮੈਂਟ ਹੋਗੀ ਗਲਤ ਇੰਡੈਕਸ ਨੰਬਰ ਬਣਾਉਣ ਲਈ ਫਿਸ਼ ਦਾ ਵਿਧੀ ਸਭ ਤੋਂ ਵਧੀਆ ਹੈ ਬਿਲਕੁਲ ਸਹੀ ਹੈ ਜੀ ਸਟੇਟਮੈਂਟ ਅਤੀਤਿਕ ਮੰਗ ਆ ਸਫੀਤੀ ਅੰਤਰਾਲ ਨੂੰ ਜਨਮ ਦਿੰਦੀ ਹੈ ਆਪ ਸਫੀਤੀ ਦਾ ਮਤਲਬ ਹੁੰਦਾ ਹੈ ਡੀਫਲੇਸ਼ਨਰੀ ਗੈਪ ਡੀਫਲੇਸ਼ਨਰੀ ਗੈਪ ਦੇ ਵਿੱਚ ਕੀਮਤਾਂ ਘਟਣੀਆਂ ਸ਼ੁਰੂ ਹੋ ਜਾਂਦੀਆਂ ਹਨ ਪਰ ਗੈਹ ਰਿਆਦੀਕ ਮੰਗ ਦੇ ਕਾਰਨ ਕੀਮਤਾਂ ਘਟਣੀਆਂ ਇਸ ਸਟੇਟਮੈਂਟ ਹੋਗੀ ਫਾਲਸ ਆਜ਼ਾਦੀ ਦੇ ਸਮੇਂ ਭਾਰੀ ਦੇ ਮੁੱਢਲੇ ਜੋਗ ਹੀ ਵਿਕਸਤ ਅਵਸਥਾ ਵਿੱਚ ਸਨ ਇਸ ਸਟੇਟਮੈਂਟ ਬਿਲਕੁਲ ਗਲਤ ਹੈ ਇਸ ਕਰਕੇ ਇਸ ਸਟੇਟਮੈਂਟ ਹੈ ਗਲਤ ਐਲਪੀਜੀ ਦੇ ਵਿੱਚ ਐਲ ਦਾ ਭਾਵ ਉਦਾਰੀਕਰਨ ਬਿਲਕੁਲ ਸਹੀ ਹੈ ਜੀ ਐਲ ਮੀਨਸ ਲਿਬਰਲਾਈਜੇਸ਼ਨ ਉਦਾਰੀਕਰਨ ਪੀ ਮੀਨਸ ਪ੍ਰਾਈਵੇਟੇਸ਼ਨ ਪਟਨਜੀਕਰਨ ਜੀ ਮੀਨਸ ਗਲੋਬਲਾਈਜੇਸ਼ਨ ਠੀਕ ਹੈ ਵਿਸ਼ਵਿਕਰ ਆਸਮਾਨ ਆਮਦਨ ਵੰਡ ਦੇ ਕਹਨ ਗਰੀਬੀ ਵਿੱਚ ਵਧਦਾ ਹੁੰਦਾ ਹੈ ਬਿਲਕੁਲ ਸਹੀ ਹੈ ਜੀ ਠੀਕ ਹੈ ਕਥਨ ਆਰਥਿਕ ਮੰਦੀ ਦੀ ਅਵਸਥਾ ਦੇ ਵਿੱਚ ਕੁੱਲ ਮੰਗ ਵਿੱਚ ਬਹੁਤ ਜ਼ਿਆਦਾ ਗ੍ਰਾਫਟ ਹੁੰਦੀ ਹੈ ਹਾਂਜੀ ਆਰਥਿਕ ਮੰਦੀ ਦੇ ਕਾਰਨ ਕੁੱਲ ਮੰਗ ਘਟ ਜਾਂਦੀ ਹੈ ਇਹ ਵੀ ਬਿਲਕੁਲ ਸਹੀ ਹੈ ਜੀ 2002 ਤੋਂ ਬਾਅਦ ਸਮੂਹਾਂਤੀਆਂ ਲੜੀਆਂ ਦੇ ਵਿੱਚ ਪਾਈ ਜਾਣ ਵਾਲੇ ਸਬੰਧ ਨੂੰ ਸਹਿਸਬੰਧ ਕਹਿੰਦੇ ਹਾਂ ਬਿਲਕੁਲ ਸਹੀ ਹੈ ਜੀ ਇੱਕ ਵਿਅਕਤੀ ਦੁਆਰਾ ਉਸ ਦੀ ਨਿੱਜੀ ਵਰਤੋਂ ਲਈ ਖਰੀਦੀ ਗਈ ਕਾਰ ਨੂੰ ਆਪਾਂ ਅੰਤਮ ਵਸਤੂ ਕਹਾਂਗੇ ਰਾਸ਼ਟਰੀ ਆਮਦਨ ਬਾਰੇ ਦੱਸਣਾ ਕਿਹੜਾ ਕਥਨ ਸਹੀ ਹੈ ਰਾਸ਼ਟਰੀ ਆਮਦਨ ਬਰਾਬਰ ਘਰੇਲੂ ਆਮਦਨ ਦੇ ਵਿੱਚ ਪੁਆਇੰਟ ਨੰਬਰ 6 ਜੋੜ ਦਿਆਂਗੇ ਤਾਂ ਆਪਾਂ ਰਾਸ਼ਟਰੀ ਆਮਦਨ ਪ੍ਰਾਪਤ ਕਰ ਸਕਦੇ ਹਾਂ ਭਾਰਤੀ ਅਰਥਵਿਵਸਥਾ ਦੇ ਕਿਸ ਖੇਤਰ ਦੇ ਵਿੱਚ ਛੁਪੀ ਹੋਈ ਬੇਰੋਜ਼ਗਾਰੀ ਪਾਈ ਜਾਂਦੀ ਹੈ ਹਾਂਜੀ ਇਹ ਦੇ ਵਿੱਚ ਪਾਈ ਜਾਂਦੀ ਹੈ ਖੇਤੀਬਾੜੀ ਖੇਤਰ ਦੇ ਵਿੱਚ ਛੁਪੀ ਹੋਈ ਬੇਰੋਜ਼ਗਾਰੀ ਪਾਈ ਜਾਂਦੀ ਹੈ ਹਾਂਜੀ 2014 ਦੇ ਵਿੱਚ ਰੰਗਰਾਜਨ ਕਮੇਟੀ ਬਣੀ ਸੀਗੀ ਜਿਹੜੀ ਕਿ ਗਰੀਬੀ ਦਾ ਮਾਪ ਕਰਨਾ ਸੀ 2011-12 ਦੇ ਵਿੱਚ ਦੱਸਣਾ ਕਿੰਨੇ ਪਰਸੈਂਟ ਗਰੀਬੀ ਸੀ ਦੇ ਅੰਕੜਿਆਂ ਅਨੁਸਾਰ 29.5% ਗਰੀਬੀ ਸੀ ਰੰਗਰਾਜਨ ਕਮੇਟੀ ਦੇ ਅਨੁਸਾਰ ਭਾਰਤ ਵਿੱਚ ਪਾਣੀ ਭਾਰਤ ਵਿੱਚ ਪਾਣੀ ਦੇ ਪ੍ਰਦੂਸ਼ਣ ਵਿੱਚ ਇਹ ਲਿਖਿਆਂ ਵਿੱਚੋਂ ਕਿਹੜੇ ਕਾਰਨ ਹਨ ਘਰੇਲੂ ਸੀਵਰੇਜ ਪਾਣੀ ਵਿੱਚ ਛੱਡਿਆ ਜਾਣਾ ਇਹ ਵੀ ਇੱਕ ਕਾਰਨ ਹੈ ਨਦੀਆਂ ਦੇ ਵਿੱਚ ਅਨਸੁੱਧਿਆ ਉਦਯੋਗਿਕ ਰੈਨ ਖੂਨ ਛੱਡਣਾ ਇਹ ਵੀ ਇੱਕ ਕਾਰਨਾਂ ਵਿੱਚੋਂ ਕਾਰਨ ਹੈ ਇਹ ਦੋਨੋਂ ਕਾਰਨ ਜਿਹੜੇ ਭਾਰਤ ਵਿੱਚ ਪਾਣੀ ਦੇ ਪ੍ਰਦੂਸ਼ਣ ਤੇ ਮੁੱਖ ਕਾਰਨ ਹਨ ਮਨੁੱਖੀ ਪੁੰਜ ਦੀ ਗੁਣਵਤਾ ਇਹ ਲਿਖੇ ਕਾਰਕ ਤੇ ਨਿਰਭਰ ਕਰਦੀ ਹੈ। ਹਾਂਜੀ ਸਿਹਤ ਤੇ ਸਿੱਖਿਆ ਇਹਨਾਂ ਦੋਹਾਂ ਤੇ ਹੀ ਮਨੁੱਖੀ ਪੁੰਜ ਦੀ ਜੜੀ ਗੁਣਵਤਾ ਉਹ ਨਿਰਭਰ ਕਰਦੀ ਹੈ। ਹੇਠਾਂ ਦਿੱਤੇ ਵਿੱਚੋਂ ਕਿਹੜਾ ਆਰਥਿਕ ਸੁਧਾਰਾਂ ਦਾ ਤੱਤ ਨਹੀਂ ਹੈ? ਹਾਂਜੀ ਆਰਥਿਕ ਸੁਧਾਰਾਂ ਵਿੱਚ ਤਿੰਨ ਚੀਜ਼ਾਂ ਦਾ ਜ਼ੋਰ ਦਿੱਤਾ ਗਿਆ ਸੀ। ਐਲ ਪੀਜੀ, ਨਿੱਜੀਕਰ, ਵਿਸ਼ਵੀਕਰਨ, ਉਦਾਰੀਕਰਨ। ਪਰ ਰਾਸ਼ਟਰੀਕਰਨ ਵਿੱਚ ਕਿਸੇ ਪ੍ਰਕਾਰ ਦਾ ਜ਼ੋਰ ਨਹੀਂ ਦਿੱਤਾ ਗਿਆ ਸੀ। ਇਹਨਾਂ ਵਿੱਚੋਂ ਕਿਹੜਾ ਸਹੀ ਹੈ? ਹਾਂਜੀ ਬੇਰੋਜ਼ਗਾਰੀ ਵਿਅਕਤੀਆਂ ਦੀ ਸੰਖਿਆ ਇਹ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੋਇਆ ਹੈ। ਬੇਰੋਜ਼ਗਾਰੀ ਵਿਅਕਤੀਆਂ ਦੀ ਸੰਖਿਆ ਹੁੰਦੀ ਹੈ। ਜਿਹੜੀ ਆਪਣੇ ਕੋਲ ਲੇਬਰ ਫੋਰਸ ਹੁੰਦੀ ਆ ਉਹਦੇ ਵਿੱਚ ਆਪਾਂ ਮਾਈਨਸ ਕਰਾਂਗੇ ਵਰਕ ਫੋਰਸ ਜਿਹੜੇ 80 ਲੋਕ ਕੰਮ ਕਰਨ ਲਈ ਆਏ ਸੀ ਉਹਨੂੰ ਆਪਾਂ ਲੇਬਰ ਫੋਰਸ ਕਹਿੰਦੇ ਆ ਜਿਹਦੇ ਵਿੱਚੋਂ 70 ਲੋਕ ਕੰਮ ਕਰਨ ਲਈ ਚਲੇ ਗਏ ਉਹਨੂੰ ਆਪਾਂ ਵਰਕ ਫੋਰਸ ਕਹਾਂਗੇ ਤੇ 10 ਲੋਕ ਜਿਹੜੇ ਉਹ ਬੇਰੁਜ਼ਗਾਰ ਵਿਕਿਆਂ ਦੀ ਗਿਣਤੀ ਨਿਕਲ ਕੇ ਆਵੇਗੀ ਵਰਤਮਾਨ ਵਿੱਚ ਕਿੰਨੇ ਅਧਿయోగ ਸਿਰਫ ਜਨਤਕ ਖੇਤਰ ਜਾਂ ਸਰਕਾਰੀ ਖੇਤਰ ਲਈ ਰੱਖਵੇਂ ਹਨ ਉਹਨਾਂ ਦੀ ਗਿਣਤੀ ਜਿਹੜੀ ਹੈ ਵਰਤਮਾਨ ਸਮੇਂ ਵਿੱਚ 2 ਹੈ ਭਾਰਤ ਦੀ antim ਪੰਜ ਸਾਲਾਂ ਯੋਜਨਾ ਕਿਹੜੀ ਸੀ ਹਾਂਜੀ 12ਵੀਂ ਪੰਜ ਸਾਲਾਂ ਯੋਜਨਾ ਜਿਹਦਾ ਸਮਾਂ ਪੀਰੀਅਡ ਹੈਗਾ ਜੀ 2012 ਤੋਂ ਲੈ ਕੇ 2017 ਦੁਹਾਂ ਦੇਸ਼ਾਂ ਦੀਆਂ ਮਦਰਾਵਾ ਵਿਚਕਾਰ ਵਿਟਾਂਦਰੇ ਦੀ ਦਰ ਨੂੰ ਕੀ ਕਿਹਾ ਜਾਂਦਾ ਹੈ? ਹਾਂਜੀ ਇਸ ਨੂੰ ਆਪਾਂ ਵਿਦੇਸ਼ੀ ਵਿਟਾਂਦਰੇ ਦੀ ਦਰ ਕਹਿੰਦੇ ਹਾਂ। ਜਦੋਂ AD ਤੇ AS ਦੋਨੋਂ ਬਰਾਬਰ ਹੁੰਦੇ ਆ ਤਾਂ ਉਦੋਂ S ਤੇ I ਵੀ ਬਰਾਬਰ ਹੁੰਦੇ ਹਨ। ਬਚਤ ਤੇ ਨਿਵੇਸ਼ ਵੀ ਬਰਾਬਰ ਹੁੰਦੇ ਹਨ। ਪੂਰਨ ਰੋਜ਼ਗਾਰ ਦੀ ਸਥਿਤੀ ਦੇ ਵਿੱਚ ਅਰਥਵਿਵਸਥਾ ਵਿੱਚ ਕਿਸ ਕਿਸਮ ਦੀ ਬੇਰੋਜ਼ਗਾਰੀ ਹੋ ਸਕਦੀ ਹੈ? ਹਾਂਜੀ ਸਰਚਨਾਤਮਕ ਤੇ ਸੰਘਰਸ਼ਾਤਮਕ। ਦੋਹਾਂ ਕਿਸਮ ਦੀ ਬੇਰੋਜ਼ਗਾਰੀ ਹੈ ਜਿਹੜੀ ਉਹ ਪੂਰਨ ਰੋਜ਼ਗਾਰ ਦੇ ਵਿੱਚ ਵੀ ਪਾਈ ਜਾਂਦੀ ਹੈ। ਕਿਹੜੀ ਸੰਸਥਾ ਦੇਸ਼ ਦੀ ਬੈਂਕਿੰਗ ਪ੍ਰਣਾਲੀ ਦੇ ਸਿਖਰ ਤੇ ਹੈ? ਹਾਂਜੀ ਉਹ ਹੈ ਕੇਂਦਰੀ ਬੈਂਕ। ਘੱਟ ਮੰਗ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਫਿਰ ਇਕੁੱਲ ਮੰਗ ਨੂੰ ਵਧਾਇਆ ਜਾਣਾ ਜ਼ਰੂਰੀ ਹੈ। ਜਾਤੀ ਦੇ ਸਮੇਂ ਦੇਸ਼ ਦੀ ਆਬਾਦੀ ਦਾ ਇੱਕ ਵੱਡਾ ਬਹੁ ਗਿਣਤੀ ਖੇਤੀਬਾੜੀ ਸੈਕਟਰ ਤੇ ਨਿਰਭਰ ਕਰਦਾ ਸੀ ਲਗਭਗ 70% ਲੋਕ ਖੇਤੀਬਾੜੀ ਉਹਨਾਂ ਦਾ ਮੁੱਖ ਕੰਮ ਹੁੰਦਾ ਸੀ। ਮੈਨੂੰ ਉਮੀਦ ਹੈ ਇਹ ਸੈਸ਼ਨ ਜਿਹੜਾ ਹੈ ਐਮਸੀਕਿਊ ਦਾ ਸਾਰੇ ਬੱਚਿਆਂ ਨੂੰ ਪਸੰਦ ਆਇਆ ਹੋਵੇਗਾ ਤੇ ਇਸ ਤੋਂ ਅਗਲੇ ਸੈਸ਼ਨ ਦੇ ਵਿੱਚ ਆਪਾਂ ਜਿਹੜਾ ਹੈ 14 ਨੰਬਰ ਦਾ ਜਿਹੜਾ ਨੈਮੈਰੀਕਲ ਹੈ ਜਿਹੜਾ ਐਗਜ਼ਾਮ ਦੇ ਵਿੱਚ ਪੁੱਛਿਆ ਜਾਏਗਾ ਉਹ ਕਿਸ ਤਰ੍ਹਾਂ ਸੋਲਵ ਕਰਨਾ ਹੈ ਉਹਦੇ ਤੇ ਚਰਚਾ ਕਰਾਂਗੇ। ਬਹੁਤ ਬਹੁਤ ਧੰਨਵਾਦ ਅੱਜ ਦੇ ਇਸ ਵੀਡੀਓ ਦੇ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਵਿੱਚ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ